ਇੱਕ ਦਿਨ ਸਤਿਗੁਰ ਮੈਂਡੇ ਪਾਸੋਂ ਮੈਂ ਪ੍ਰੇਮ ਸੁਰਾਹੀ ਪੀਤੀ ਭਾਗ ਹਮਾਰੇ ਲਿਖੀ ਫਕੀਰੀ ਸੋ ਮਸਤਕ ਧਰ ਲੀਤੀ ਭਾਈ ਪਿਛਲਾ ਜਨਮ ਅਕਾਰਥ ਖੋਇਆ ਹਰ ਕੀ ਭਗਤ ਨਾ ਕੀਤੀ ਆਗੇ ਸਮਝ ਚੱਲੋ ਨੰਦ ਲਾਲਾ ਪਿੱਛੇ ਜੋ ਬੀਤੀ ਸੋ ਬੀਤੀ ਅਜੇ ਕੁਛ ਨਹੀਂ ਵਿਗੜਿਆ ਤੇਰਾ ਹਰ ਗੁਣ ਗਾਏ ਲੈ ਮਨਾ ਅਜੇ ਕੁਛ ਨਹੀਂ ਵਿਗੜਿਆ ਤੇਰਾ ਹਰ ਗੁਣ ਗਾਏ ਲੈ ਮਨਾ ਕੁਝ ਨੀ ਬਿਗੜਿਆ ਤੇਰਾ ਬਿਗੜਿਆ ਤੇਰਾ ਹਰ ਗੁਣ ਗਾਏ ਲੈ ਮਨਾ ਅਜੇ ਕੁਝ ਨੀ ਬਿਗੜਿਆ ਤੇਰਾ ਹਰ ਗੁਣ ਗਾਏ ਲੈ ਮਨਾ ਵਾਹਿਗੁਰੂ 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 ਵਾਹਿਗੁਰੂ
Vaheguru, 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 Vaheguru. ਦੋ ਮਿੰਟ ਵਾਸਤੇ ਸਾਰੀ ਸੰਗਤ ਜਪੋ, ਇਸੇ ਨਾਲ ਹੀ ਭਲਾ ਹੋਣਾ ਹੈ, ਇਹੀ ਸਾਨੂੰ ਸੁੱਖ ਦੇਣ ਵਾਲਾ ਹੈ। ਸਾਰੀ ਸੰਗਤ ਜਪੋ ਜੀ, ਵਾਹਿਗੁਰੂ 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 ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਵਾਹਿਗੁਰੂ ਜਿਨ ਮਾਨਸ ਤੇ ਦੇਵਤੇ ਕੀਏ ਵਾਹਿਗੁਰੂ ਕਰਤ ਨ ਲਾਗੀ ਵਾਰ ਜੇ ਸੌ ਚੰਦਾ ਯੁਗ ਵਹਿ ਸੂਰਜ ਚੜ੍ਹੈ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਲੱਖ ਚੜ੍ਹਨ ਚੰਦਰਮਾ ਜੀ ਸਾਨੂੰ ਗੁਰਬਿਨ ਘੋਰ ਅੰਧੇਰਾ 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 ਚੰਦਰਮਾ ਜੀ ਸਾਨੂੰ ਗੁਰਬਿਨ ਘੋਰ ਅੰਧੇਰਾ
ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ ਇੱਥੇ ਚਾਨਣ ਹੁੰਦਿਆਂ ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਵਿੱਚ ਜਿੰਨੀ ਵੀ ਸੰਗਤ ਬੈਠ ਕਰਕੇ ਹਾਜ਼ਰੀ ਭਰ ਰਹੇ ਹੋ, ਆਓ ਸਭ ਤੋਂ ਪਹਿਲਾਂ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਈਏ। ਪਿਆਰ ਸਤਿਕਾਰ ਔਰ ਸ਼ਰਧਾ ਦੇ ਨਾਲ ਸਭ ਮਾਈ ਭਾਈ ਦੋਵੇਂ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਸੀਸ ਝੁਕਾ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ, ਚੱਠੇ ਵਾਲਾ ਨਗਰ ਦੀ ਸੰਗਤ ਉੱਪਰ ਜਿਨ੍ਹਾਂ ਵੱਲੋਂ ਰਲ ਮਿਲ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਵਤਾਰ ਪੁਰਬ ਦੀਆਂ ਖੁਸ਼ੀਆਂ ਵਿੱਚ ਅੰਮ੍ਰਿਤਮਈ ਬਾਣੀ ਦੇ ਜਾਪ, ਨਗਰ ਕੀਰਤਨ, ਗੁਰੂ ਕੇ ਲੰਗਰ ਔਰ ਧਾਰਮਿਕ ਦੀਵਾਨ ਸਤਿਗੁਰ ਦੀ ਮਿਹਰ ਨਾਲ ਸਜਾਏ ਜਾ ਰਹੇ ਨੇ। ਗੁਰੂ ਪਿਆਰਿਓ, ਵੈਸੇ ਤਾਂ ਜਿਹੜਾ ਆਪਣਾ ਬਠਿੰਡਾ ਜ਼ਿਲ੍ਹਾ ਹੈ ਨਾ, ਇਸ ਸਾਰੇ ਜ਼ਿਲ੍ਹੇ 'ਤੇ ਹੀ ਮਹਾਰਾਜ ਦੀ ਬੜੀ ਬਖਸ਼ਿਸ਼ ਹੈ। ਇੱਧਰ ਨਾਲ ਹੀ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ, ਜਿੱਥੇ ਮਹਾਰਾਜ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ 9 ਮਹੀਨੇ 9 ਦਿਨ 9 ਘੜੀਆਂ 9 ਪਲ ਰਹਿ ਕੇ ਇਸ ਜਗ੍ਹਾ ਨੂੰ ਤਾਰਿਆ। ਸਤਿਗੁਰ ਦੀ ਰਹਿਮਤ ਹੋਈ, ਮਾਲਵੇ ਨੂੰ ਇੰਨਾ ਮਾਣ ਦਿੱਤਾ, ਮਹਾਰਾਜ ਕਹਿੰਦੇ ਮਾਲੋ ਮਾਲ ਮਾਲਵਾ। ਸਤਿਗੁਰ ਜੀ ਨੇ ਬੜਾ ਮਾਣ ਦਿੱਤਾ ਹੈ, ਕਹਿੰਦੇ ਨੇ ਮਾਲੋ ਮਾਲ ਮਾਲਵਾ। ਇੱਥੇ ਹੀ ਮੇਰੇ ਸਤਿਗੁਰ ਨੇ ਗੁਰੂ ਗ੍ਰੰਥ ਸਾਹਿਬ ਦੀ ਅਬੀੜ ਲਿਖਵਾਈ ਗੁਰਮੁਖ। ਆਪਣੇ ਇਲਾਕੇ ਵਿੱਚ ਇੱਕੋ ਓਅੰਕਾਰ ਤੋਂ ਲੈ ਕੇ 18, 10, 20 ਤੱਕ ਬੀੜ ਲਿਖੀ ਅਤੇ ਅੱਜ ਜਿਹੜੀ ਸਾਰੇ ਸੰਸਾਰ 'ਚ ਪਹੁੰਚੀ ਆ, ਆਖੋ ਸਤਨਾਮ ਵਾਹਿਗੁਰੂ। ਇਹ ਆਪਣੇ ਵਾਸਤੇ ਮਾਣ ਦੀ ਗੱਲ ਹੈ ਗੁਰਮੁਖ। ਇੱਥੇ ਬਠਿੰਡੇ ਕਿਲ੍ਹੇ ਦੇ ਵਿੱਚ ਦਿਓ ਰਹਿੰਦਾ ਸੀ, ਜਿਹੜਾ ਇਸ ਇਲਾਕੇ ਨੂੰ ਵਸਣ ਨਹੀਂ ਸੀ ਦਿੰਦਾ ਅਤੇ ਮਾਲਕ ਦੀ ਕਿਰਪਾ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਰਹਿਮਤ ਕੀਤੀ, ਬਠਿੰਡੇ ਕਿਲ੍ਹੇ ਦੇ ਵਿੱਚੋਂ ਦਿਓ ਵੀ ਕੱਢਿਆ ਗੁਰਮੁਖ।
ਨਾਲ ਹੀ ਨੱਤ ਵੰਘੇਰ ਪਿੰਡ ਹੈ, ਕੋਈ ਦੂਰ ਤਾਂ ਹੈ ਨਹੀਂ। ਇੱਥੋਂ ਲਿਜਾ ਕੇ ਝੋਟੇ ਦੀ ਬਲੀ ਦਿੱਤੀ ਸੀ ਗੁਰਮੁਖੋ। ਥੋੜ੍ਹਾ ਜਿਹਾ ਇੱਧਰ ਆ ਚਨਾਰ ਥਲ ਲੰਘੋ, ਝੰਡੂ ਕੇ ਲੰਘੋ, ਚੱਕ ਫਤਿਹ ਸਿੰਘ ਵਾਲਾ ਨਗਰ ਹੈ। ਇੱਥੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਰਨ ਪਾਏ ਗੁਰਮੁਖੋ। ਇੱਧਰ ਤਿੱਤਰਸਰ ਸਾਹਿਬ ਹੈ, ਗੁਰੂ ਤੇਗ ਬਹਾਦਰ ਮਹਾਰਾਜ ਨੇ ਵੀ ਆਪਣੇ ਮਾਲਵੇ ਨੂੰ ਤਾਰਿਆ ਗੁਰਮੁਖੋ। ਕੱਲ ਵੀ ਆਪਾਂ ਵਿਚਾਰ ਕੀਤੀ ਸੀ, ਸੋ ਮਹਾਰਾਜ ਨੇ ਬਹੁਤ ਕਿਰਪਾ ਆਪਣੇ ਮਾਲਵੇ 'ਤੇ ਕੀਤੀ। ਪਹਿਲਾਂ ਛੇਵੇਂ ਪਾਤਸ਼ਾਹ ਵੀ ਆਏ, ਗੁਰੂ ਨਾਨਕ ਸਾਹਿਬ ਵੀ ਆਏ, ਸੱਤਵੇਂ ਪਾਤਸ਼ਾਹ ਵੀ ਆਏ, ਔਰ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ, ਅਤੇ ਹੁਣ ਮੌਜੂਦਾ ਗੁਰੂ ਗੁਰੂ ਗ੍ਰੰਥ ਸਾਹਿਬ, ਜਿਹੜੇ ਹਰ ਨਗਰ ਵਿੱਚ ਸੰਗਤ ਨੂੰ ਤਾਰ ਰਹੇ ਨੇ। ਆਖੋ ਸਤਨਾਮ ਵਾਹਿਗੁਰੂ। ਜੇ ਸਮਝੋ ਨਾ ਭਾਈ, ਤਾਂ ਸਤਿਗੁਰ ਕਹਿ ਕੇ ਗਏ ਨੇ, ਕਹਿੰਦੇ ਸਿੱਖੋ ਅੱਜ ਤੋਂ ਤੁਹਾਡੇ ਵੀ ਅਤੇ ਮੇਰੇ ਵੀ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਜੀ। ਦੇਖੋ ਸਮੇਂ ਦੀਆਂ ਸਰਕਾਰਾਂ ਗੁਰੂ ਗੋਬਿੰਦ ਸਿੰਘ ਨੂੰ ਝੁਕਾ ਨਹੀਂ ਸਕੀਆਂ, ਕਿੰਨੇ ਦੁੱਖ ਆਏ। ਮਹਾਰਾਜ ਝੁਕੇ ਕਿਤੇ ਗੁਰਮੁਖੋ? ਕਿਸੇ ਰਾਜੇ ਦੀ ਪਰਵਾਹ ਨਹੀਂ ਸੀ, ਪਰ ਜੇ ਗੁਰੂ ਗੋਬਿੰਦ ਸਿੰਘ ਦਾ ਸੀਹ ਝੁਕਿਆ, ਗੁਰੂ ਗ੍ਰੰਥ ਸਾਹਿਬ ਅੱਗੇ ਝੁਕਿਆ ਭਾਈ, ਸਮੁੱਚੇ ਸੰਸਾਰ ਵਿੱਚ ਕਿੰਨੀ ਕੁ ਦੁਨੀਆ ਗੁਰੂ ਗ੍ਰੰਥ ਸਾਹਿਬ ਨੂੰ ਸੀਹ ਝੁਕਾਉਂਦੀ ਹੈ, ਤੁਸੀਂ ਗਿਣ ਸਕਦੇ ਹੋ ਕਿਤੇ? ਐਡਾ ਵੱਡਾ ਮਾਲਕ, ਉਹਦੀ ਗੋਦ ਵਿੱਚ ਬੈਠਣ ਦਾ ਆਪਾਂ ਨੂੰ ਸਮਾਂ ਮਿਲ ਜੇ, ਉਹਦੇ ਨਾਲ ਗੱਲਾਂ ਕਰਨ ਦਾ ਸਮਾਂ ਮਿਲ ਜੇ, ਆਪਾਂ ਤੋਂ ਤਾਂ ਚਾਹ ਹੀ ਨਾ ਚੱਕਿਆ ਜਾਵੇ। ਇੱਥੇ ਕਿਸੇ MLA ਨੂੰ, ਮੰਤਰੀ ਵਜ਼ੀਰ ਨੂੰ ਮਿਲਣ ਜਾਣਾ ਹੋਵੇ, ਤੁਹਾਨੂੰ ਕਿੰਨੀ ਖੁਸ਼ੀ ਹੁੰਦੀ ਹੈ? ਕਿਸੇ ਨੂੰ ਪਤਾ ਲੱਗ ਜੇ ਵੀ ਸਾਡੇ ਘਰ ਆਉਣਾ, ਉਈ ਬੰਦੇ ਇਕੱਠੇ ਕਰੀ ਜਾਣਗੇ, ਫਲਾਣੇ ਨੇ ਆਉਣਾ ਜੀ। ਉਹ ਤਾਂ ਹੋ ਸਕਦਾ 5 ਸਾਲਾਂ ਨੂੰ ਹਾਰ ਜੇ, ਫਿਰ ਹੋਰ ਮੰਗਰ ਜੁੜਨਾ ਪਊ। ਪਰ ਆਹ ਸੱਚੇ ਸਤਿਗੁਰ ਗੁਰੂ ਗ੍ਰੰਥ ਸਾਹਿਬ ਨੇ, ਦੁਨੀਆ ਇੱਧਰ ਦੀ ਇੱਧਰ ਹੋ ਜੂ, ਪਰ ਇਹ ਹਾਰਦੇ ਨਹੀਂ, ਸਦਾ ਜਿੱਤ ਹੀ ਜਿੱਤ। ਸੋ ਆਪਾਂ ਜਿੱਥੇ ਸੰਸਾਰੀ ਰਿਸ਼ਤੇ ਨਿਭਾਉਂਦੇ ਹਾਂ, ਰਾਜਨੀਤੀ 'ਚ ਹਿੱਸਾ ਤੁਸੀਂ ਲੈਂਦੇ ਹੋ, ਇਹ ਹੈ ਕਿ ਬਾਲ ਬੱਚੇ ਪੜ੍ਹਾ ਦਈਏ, ਘਰ ਬਾਰ ਬਣਾ ਦਈਏ, ਕੱਲ੍ਹ ਨੂੰ ਅਗਲਾ ਇਹ ਨਾ ਕਹੇ ਤੇਰੇ ਜਵਾਕ ਰੁਲਦੇ ਫਿਰਦੇ ਆ। ਹੁੰਦਾ ਨਾ ਫਿਕਰ, ਦਿਨ ਰਾਤ ਭੱਜੇ ਫਿਰਦੇ ਹਾਂ, ਪੁੱਤਾਂ ਦਾ ਕਰਦੇ ਹਾਂ, ਪੋਤਿਆਂ ਦਾ ਕਰਦੇ ਹਾਂ, ਧੀਆਂ ਦਾ ਕਰਦੇ ਹਾਂ, ਦੋਹਤਿਆਂ ਦਾ ਕਰਦੇ ਹਾਂ। ਠੀਕ ਹੈ, ਕਰੋ, ਅਸੀਂ ਨਹੀਂ ਕਹਿੰਦੇ, ਕਰੋ, ਵੱਧ ਤੋਂ ਵੱਧ ਕਰੋ, ਫਿਰ ਹੀ ਯਾਦ ਕਰਨਗੇ ਵੀ ਆਹ ਜ਼ਮੀਨ ਸਾਡੇ ਬਾਪ ਨੇ ਬਣਾਈ ਸੀ, ਆਹ ਕੋਠੀ ਮੇਰੇ ਪਿਤਾ ਨੇ ਪਾ ਕੇ ਦਿੱਤੀ, ਆਹ ਗੱਡੀ ਮੇਰੇ ਨਾਨਾ ਜੀ ਨੇ ਦਿੱਤੀ ਹੈ, ਆਹ ਮੇਰੀ ਦਾਦੀ ਨੇ ਮੈਨੂੰ ਆਹ ਕੁਛ ਦਿੱਤਾ। ਜੇ ਕੁਛ ਦਿਓਗੇ ਤਾਂ ਸਤਿਕਾਰ ਕਰਨਗੇ, ਅਤੇ ਜੇ ਆਪ ਹੀ ਮਾੜੇ ਕੰਮਾਂ 'ਚ ਉਮਰ ਲੰਘਾਤੀ, ਫਿਰ ਇੱਥੇ ਕਿਸੇ ਨੇ ਨਹੀਂ ਪੁੱਛਣਾ ਗੁਰਮੁਖ। ਕਈ ਸਾਰੀ ਜ਼ਿੰਦਗੀ
ਆਪਣਾ ਆਪ ਨਹੀਂ ਸੁਧਾਰਦੇ, ਮਗਰੋਂ ਉਲਾਂਭੇ ਦੇਣਗੇ ਬੱਚਿਆਂ ਨੂੰ ਵੀ ਬੱਚੇ ਨਹੀਂ ਸਾਂਭਦੇ। ਇਹ ਠੀਕ ਹੈ, ਕੁਛ ਧੀਆਂ ਪੁੱਤਾਂ ਦਾ ਵੀ ਕਸੂਰ ਹੈਗਾ ਕਈ ਥਾਵਾਂ 'ਤੇ ਕਈ ਥਾਵਾਂ 'ਤੇ ਭਾਈ ਬਜ਼ੁਰਗਾਂ ਦਾ ਵੀ ਕਸੂਰ ਹੁੰਦਾ ਹੈ। ਪੰਜੇ ਉਂਗਲਾਂ 'ਤੇ ਇੱਕ ਸਾਰ ਨਹੀਂ ਹੁੰਦੀਆਂ, ਹਰ ਥਾਂ 'ਤੇ ਬੇਨਤੀ ਕਰੀਦੀ ਹੈ ਬਜ਼ੁਰਗਾਂ ਦਾ ਸਤਿਕਾਰ ਕਰਿਆ ਕਰੋ ਭਾਈ, ਵੱਧ ਤੋਂ ਵੱਧ ਸੇਵਾ ਕਰੋ। ਇਹ ਘਰੇ ਸੰਤ ਨੇ, ਆ ਹੁਣ ਸਾਨੂੰ ਤੁਸੀਂ ਬੁਲਾਇਆ, ਪ੍ਰਬੰਧਕ ਚੰਗਾ ਗੱਫਾ ਦੇਣਗੇ ਤਾਂ ਗਾਹਾਂ ਨੂੰ ਆਵਾਂਗੇ, ਨਹੀਂ ਉਈ ਕਹਿ ਦਿਆਂਗੇ ਵੀ ਟਾਈਮ ਹੀ ਹੈ ਨਹੀਂ। ਹੁੰਦਾ ਕਈ ਵਾਰੀ, ਸਾਰੇ ਹੀ ਕਰਦੇ ਆ, ਪਰ ਜਿਹੜੇ ਮਾਂ ਬਾਪ ਹੈ ਉਹਨਾਂ ਨੇ ਥੋਥੋ ਕੁਛ ਲੈਣਾ ਨਹੀਂ, ਹਰ ਵੇਲੇ ਚੰਗਾ ਗਿਆਨ ਹੀ ਦੇਣਾ। ਆਖੋ ਸਤਨਾਮ, ਵੱਧ ਚੜ੍ਹ ਕੇ ਸੇਵਾ ਕਰੋ, ਪਰ ਸੇਵਾ ਕਰਾਉਣ ਦੇ ਯੋਗ ਵੀ ਬਣੋ ਭਾਈ, ਯੋਗ ਵੀ ਬਣਨਾ। ਸਾਰਿਆਂ ਨੂੰ ਆਪੋ ਆਪਣੇ ਫਰਜ਼ ਪਛਾਣਨੇ ਪੈਣਗੇ ਤਾਂ ਸੰਸਾਰ ਵਿੱਚ ਸ਼ਾਂਤੀ ਰਹਿ ਸਕਦੀ ਹੈ। ਇੱਕ ਸਾਈਕਲ, ਇੱਕ ਜ਼ਿੰਦਗੀ, ਇਹ ਤਾਂ ਠੀਕ ਚੱਲਦੇ ਆ ਜੇ ਚੈਨ ਹੋਵੇ। ਜੇ ਜ਼ਿੰਦਗੀ 'ਚ ਬੰਦੇ ਨੂੰ ਚੈਨ ਨਹੀਂ ਫਿਰ ਕਾਹਦਾ ਸੁਖੀ। ਸਾਈਕਲ ਦੀ ਚੈਨ ਟੁੱਟ ਜਾਓ ਤਾਂ ਨਹੀਂ ਚੱਲਦਾ ਗੁਰਮੁਖ। ਆਨੰਦ ਦੀ, ਸੁੱਖ ਸ਼ਾਂਤੀ ਦੀ ਜ਼ਿੰਦਗੀ ਜਿਉਵੋ, ਉਹ ਤਾਂ ਜਿਉਂ ਜਾਊ ਜੇ ਆਪਾਂ ਸਾਰੇ ਆਪੋ ਆਪਣੇ ਫਰਜ਼ ਪਛਾਣਾਂਗੇ। ਸੋ ਆਓ, ਹਜੇ ਵੀ ਕੁਛ ਨਹੀਂ ਵਿਗੜਿਆ। ਸਮਾਜ ਭਾਵੇਂ ਗਿਰਾਵਟ ਵੱਲ ਜਾ ਰਿਹਾ ਹੈ, ਹੁਣ ਉਹ ਹਾਲ ਹੋ ਗਿਆ ਗੁਰਮੁਖੋ ਜਿਵੇਂ ਜੰਗਲ ਨੂੰ ਅੱਗ ਲੱਗੀ ਹੋਵੇ, ਬੁਝਾਉਣੀ ਬਹੁਤ ਔਖੀ ਹੁੰਦੀ। ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਇੱਕ ਵਾਰੀ ਕਹਿੰਦੇ ਨਾ ਜੰਗਲ ਨੂੰ ਅੱਗ ਲੱਗ ਗਈ ਅਤੇ ਕੁਛ ਜੀਵ ਜੰਤੂ ਉਹ ਸੀ ਜਿਹੜੇ ਭੱਜ ਗਏ, ਕੁਛ ਉਹ ਸੀ ਜਿਹੜੇ ਭੱਜ ਨਹੀਂ ਸੀ ਸਕਦੇ, ਉਹ ਅੱਗ ਦੀ ਲਪੇਟ 'ਚ ਆ ਗਏ। ਅਤੇ ਉੱਥੇ ਇੱਕ ਚਿੜੀ ਸੀ, ਉਹ ਦੂਰ ਉੱਡ ਕੇ ਜਾਇਆ ਕਰੇ, ਨਦੀ ਤੋਂ ਚੁੰਝ ਪਾਣੀ ਦੀ ਭਰ ਕੇ ਲਿਆਇਆ ਕਰੇ ਅਤੇ ਜੰਗਲ ਵਿੱਚ ਡੋਲ ਦਿਆ ਕਰੇ। ਕਿਸੇ ਨੇ ਕਿਹਾ, ਚਿੜੀਏ ਨਿੱਕੀ ਜੀ ਤੇਰੀ ਚੁੰਝ ਹੈ, ਪਾਣੀ ਤਾਂ ਬਿਲਕੁਲ ਥੋੜ੍ਹਾ ਪੈਂਦਾ ਅਤੇ ਜੰਗਲ ਦੀ ਅੱਗ ਤਾਂ ਇੰਨੀ ਜ਼ਿਆਦਾ ਹੈ, ਕਿਉਂ ਐਵੇਂ ਮੱਥਾ ਮਾਰਿਆ, ਤੂੰ ਅੱਗ ਬੁਝਾ ਨਹੀਂ ਸਕੇਂਗੀ। ਉਹ ਫਿਰ ਚਿੜੀ ਨੇ ਕਿਹਾ, ਕਹਿੰਦੀ ਵੀ ਇਹ ਠੀਕ ਹੈ, ਜੰਗਲ ਦੀ ਅੱਗ ਜ਼ਿਆਦਾ ਹੈ, ਮੈਨੂੰ ਇਹ ਵੀ ਪਤਾ ਮੈਂ ਬੁਝਾ ਨਹੀਂ ਸਕਦੀ, ਪਰ ਮੈਂ ਤਾਂ ਇਹ ਸੁਣਿਆ ਕਿ ਰੱਬ ਦੀ ਦਰਗਾਹ ਵਿੱਚ ਲੇਖਾ ਹੁੰਦਾ ਹੈ, ਉੱਥੇ ਉਹ ਵੀ ਹੋਣਗੇ ਜਿਨ੍ਹਾਂ ਨੇ ਜੰਗਲ ਨੂੰ ਅੱਗ ਲਾਈ ਹੋਏਗੀ, ਉੱਥੇ ਉਹ ਵੀ ਹੋਣਗੇ ਜਿਨ੍ਹਾਂ ਨੇ ਅੱਗ ਬੁਝਾਉਣ ਦਾ ਯਤਨ ਕੀਤਾ। ਅੱਗ ਬੁਝੇ ਭਾਵੇਂ ਨਾ ਬੁਝੇ ਇਹ ਵੱਖਰੀ ਗੱਲ ਹੈ, ਘੱਟੋ ਘੱਟ ਬੁਝਾਉਣ ਵਾਲਿਆਂ ਦੀ ਕਤਾਰ ਵਿੱਚ ਮੇਰਾ ਨਾਂ ਜ਼ਰੂਰ ਆਊਗਾ ਕਹਿੰਦੇ। ਆ ਜਿਹੜੇ ਕਾਰਜ ਤੁਸੀਂ ਕਰ ਰਹੇ ਹੋ ਇਹ ਵੀ ਇਹੀ ਮਤਲਬ ਹੈ। ਸਤਿਗੁਰੂ ਜੀ ਰੋਜ਼ ਗਿਆਨ ਦਿੰਦੇ ਹੈ, ਰੋਜ਼ ਕਿੰਨੇ ਕਥਾਵਾਚਕ ਪ੍ਰਚਾਰਕ ਗਿਆਨ ਦਿੰਦੇ ਹੈ,
ਆ ਹੁਣ ਪ੍ਰੋਗਰਾਮ ਤੁਸੀਂ ਕਰਵਾਇਆ, ਕਿੰਨਾ ਖਰਚਾ ਕੀਤਾ ਹੈ, ਇਹਦਾ ਮਤਲਬ ਕੀ ਹੈ ਵੀ ਕਿਸੇ ਨੂੰ ਕੋਈ ਚੰਗੀ ਗੱਲ ਮਿਲੇ ਅਤੇ ਕਿਸੇ ਦਾ ਜੀਵਨ ਸੁਧਰ ਜੇ। ਅੱਗ ਲਾਉਣ ਵਾਲੇ ਤਾਂ ਬਾਹਲੇ ਆ ਇੱਥੇ ਗੁਰਮੁਖੋ, ਮਾੜੀ ਮਾੜੀ ਗੱਲ ਵਧਾ ਘਟਾ ਕੇ ਦੁਨੀਆਂ ਦੇ ਘਰ ਤਾਂ ਬਹੁਤ ਪਟਦੇ ਨੇ, ਪਰ ਘਰ ਵਸਾਉਣ ਵਾਲਾ ਕਿਤੇ ਕਿਤੇ ਮਿਲਦਾ। ਧਰਮ ਜੋੜਦਾ ਹੁੰਦਾ ਹੈ ਅਤੇ ਖਿਮਾ ਕਰਿਓ, ਅੱਜ ਸਾਡੇ ਵਿੱਚ ਪ੍ਰਚਾਰਕ ਬਈ ਕਈ ਇੱਦਾਂ ਦੇ ਨੇ ਜਿਹੜੇ ਗੁਣ ਘੱਟ ਦੱਸਦੇ ਆ ਅਤੇ ਔਗਣ ਵਾਲੇ ਦੱਸਦੇ ਆ ਵੀ ਫਲਾਣਾ ਆਹ ਘਾਟ ਹੈ, ਫਲਾਣੇ 'ਚ ਆਹ ਘਾਟ ਹੈ। ਇਹਨਾਂ ਕੰਮਾਂ ਵਾਸਤੇ ਜ਼ਿੰਦਗੀ ਥੋੜ੍ਹੀ ਹੈ ਗੁਰਮੁਖੋ। ਹਰ ਬੰਦੇ ਵਿੱਚ ਕੋਈ ਨਾ ਕੋਈ ਗੁਣ ਵੀ ਹੁੰਦਾ ਹੈ ਅਤੇ ਕੋਈ ਨਾ ਕੋਈ ਔਗਣ ਵੀ ਹੁੰਦਾ ਹੈ, ਪਰ ਆਪਾਂ ਤਾਂ ਗੁਣ ਦੇਖਣਾ, ਗੁਣ ਔਗਣ ਨਾ ਫਰੋਲਿਆ ਕਰੋ। ਅੱਗ ਲਾਉਣ ਵਾਲੇ ਬਹੁਤ ਨੇ, ਬੁਝਾਉਣ ਵਾਲਾ ਤਾਂ ਕੋਈ ਕੋਈ ਰਹਿ ਗਿਆ ਭਾਈ। ਆਹ ਜਿਹੜਾ ਕੰਮ ਤੁਸੀਂ ਕਰ ਰਹੇ ਹੋ, ਆਪਾਂ ਰਲ ਕੇ ਕਰ ਰਹੇ ਹਾਂ, ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਅੱਗ ਲੱਗੀ ਹੈ ਜਿਹੜੀ ਇਹਨੂੰ ਬੁਝਾਇਆ ਜਾਵੇ ਗੁਰੂ, ਤਾਂ ਹੀ ਸਮਝਾਈਦਾ। ਇਹ ਰਾਤ ਵੀ ਆਪਾਂ ਵਿਚਾਰਾਂ ਕੀਤੀਆਂ ਕਿ ਸਿਮਰਨ ਨਾਲ ਜੁੜੋ, ਸੇਵਾ ਨਾਲ ਜੁੜੋ, ਚੰਗੇ ਕੰਮ ਕਰੋ, ਉਹ ਕੰਮ ਨਾ ਕਰੋ ਜਿਹਦੇ ਨਾਲ ਜੀਵਨ ਵਿੱਚ ਦਾਗ ਲੱਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਮਨਾ ਰਹੇ ਹੋ, ਕੱਲ੍ਹ ਵੀ ਪਹਿਲਾ ਦੀਵਾਨ ਸਜਿਆ, ਅੱਜ ਦੂਸਰਾ ਦੀਵਾਨ ਹੈ, ਅਤੇ ਖੁਸ਼ੀ ਦੀ ਗੱਲ ਇਹ ਵੇਖ ਲਓ ਕੱਲ੍ਹ ਨਵਾਂ ਸਾਲ ਸ਼ੁਰੂ ਹੋਇਆ ਸੀ ਅਤੇ ਅੱਜ 2 ਜਨਵਰੀ 2020 ਪੋਸ਼ ਦੀ ਸੱਤਵੀਂ, ਅੱਜ ਉਹ ਦਿਨ ਹੈ ਜਿਸ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਕੇ ਸੰਸਾਰ ਵਿੱਚ ਪ੍ਰਗਟ ਹੋਏ ਸੀ। ਗੁਰੂ ਸਤਿ ਸ੍ਰੀ ਅਕਾਲ। ਪੋਸ਼ ਦੀ ਸੱਤਵੀਂ 1666 ਈਸਵੀ ਅਤੇ ਉਦੋਂ 22 ਦਸੰਬਰ ਸੀ ਅੰਗਰੇਜ਼ੀ ਤਰੀਕਾਂ ਦੇ ਹਿਸਾਬ ਨਾਲ। ਉਹ ਬਿਹਾਰ ਦੇ ਵਿੱਚ ਪਟਨਾ ਸਾਹਿਬ, ਉੱਥੇ ਮਹਾਰਾਜ ਨੇ ਅਵਤਾਰ ਧਾਰਨ ਕੀਤਾ। ਕੱਲ੍ਹ ਤੁਸੀਂ ਸੁਣਿਆ ਹੀ ਸੀ ਸਾਰਾ, ਪਹਿਲਾਂ ਗੁਰੂ ਨਾਨਕ ਸਾਹਿਬ ਗਏ, ਫਿਰ ਗੁਰੂ ਤੇਗ ਬਹਾਦਰ ਸਾਹਿਬ ਗਏ। ਜਿੱਦੇ ਕਿਤੇ ਜਾਓ ਨਾ ਭਾਈ, ਦਰਸ਼ਨ ਕਰਕੇ ਆਇਓ। ਸੱਚਖੰਡ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਸਾਲਸਰਾਏ ਜੌਹਰੀ ਦੀ ਹਵੇਲੀ ਸੀ ਜਿੱਥੇ ਗੁਰੂ ਗੋਬਿੰਦ ਸਿੰਘ ਨੇ ਅਵਤਾਰ ਧਾਰਨ ਕੀਤਾ। ਉੱਥੇ ਉਹ ਪੰਘੂੜਾ ਵੀ ਪਿਆ ਜਿਹਦੇ ਵਿੱਚ ਮਾਤਾ ਗੁਜਰ ਕੌਰ ਜੀ ਆਪਣੇ ਪਿਆਰੇ ਜਿਹੇ ਲਾਲ ਨੂੰ ਪਾ ਕੇ ਹਲੂਣੇ ਦਿੰਦੇ ਹੁੰਦੇ, ਸੋਨੇ ਦੇ ਪਾਵੇ, ਬੜਾ ਪਿਆਰਾ ਪੰਘੂੜਾ। ਨਿਆਣੀ ਜੀ ਉਮਰ ਦੇ ਮਹਾਰਾਜ ਮਾਂ ਨੇ ਪੰਘੂੜੇ 'ਚ ਪਾ ਕੇ ਨਾ ਝੂਟੇ ਦੇਣੇ। ਉੱਥੇ ਮੇਰੇ ਸਤਿਗੁਰ ਦੇ ਤੀਰ ਵੀ ਪਏ ਨੇ ਜਿਨ੍ਹਾਂ ਤੀਰਾਂ ਨਾਲ ਮਾਰ ਮਾਰ ਕੇ ਗਾਗਰਾਂ ਭੰਨਦੇ ਸੀ। ਕੱਲ੍ਹ ਤੁਸੀਂ ਸਾਰਾ ਇਤਿਹਾਸ ਸੁਣਿਆ ਸੀ। ਉੱਥੇ ਮਿੱਟੀ ਦੀਆਂ ਉਹ ਗੋਲੀਆਂ ਵੀ ਪਈਆਂ ਜਿਨ੍ਹਾਂ ਨੂੰ ਗਲੇਲੇ ਵਿੱਚ ਪਾ ਪਾ ਕੇ ਘੜੇ ਤੋੜੇ ਸਤਿਗੁਰ ਨੇ।
ਜ਼ਰੂਰ ਦਰਸ਼ਨ ਕਰਿਓ। ਮੇਰੇ ਸਤਿਗੁਰ ਦੀ ਛੋਟੀ ਕਿਰਪਾਨ, ਇੱਕ ਖੰਡਾ ਵੀ ਉੱਥੇ ਪਿਆ, ਛੋਟੀ ਜੀ ਦਸਤਾਰ ਮਾਂ ਗੁਜਰੀ ਨੇ ਸਜਾਉਣੀ, ਉੱਤੇ ਚੱਕਰ ਲਾ ਦੇਣਾ, ਲੋਹੇ ਦਾ ਚੱਕਰ। ਉਹ ਲੋਹੇ ਦੀ ਚੱਕਰੀ ਵੀ ਉੱਥੇ ਛੋਟੀ ਪਈ ਹੈ ਮਹਾਰਾਜ ਦੇ ਬਚਪਨ ਦੀ, ਜਿਹੜੀ ਸਤਿਗੁਰ ਦੇ ਸੀਸ 'ਤੇ ਸੱਜਦੀ ਰਹੀ। ਹਾਥੀ ਦੰਦ ਦੇ ਛੋਟੇ ਛੋਟੇ ਸੈਂਡਲ ਮਹਾਰਾਜ ਦੇ, ਉਹ ਵੀ ਉੱਥੇ ਪਏ ਨੇ ਗੁਰਮੁਖੋਂ। ਇਹਨਾਂ ਚੀਜ਼ਾਂ ਦੇ ਦਰਸ਼ਨ ਕਰਕੇ ਆਇਓ। ਇੱਕੋ ਗੁਰਦੁਆਰਾ ਸਾਹਿਬ ਜਿੱਥੇ ਕੰਗਣ ਸਿੱਟਿਆ ਸੀ, ਕੰਗਣ ਘਾਟ, ਗੁਰਦੁਆਰਾ ਗੋਬਿੰਦ ਘਾਟ, ਜਿੱਥੇ ਪੰਡਿਤ ਸ਼ਿਵ ਦੱਤ ਨੂੰ ਰਾਮ ਚੰਦਰ ਜੀ ਦੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਰਸ਼ਨ ਦਿੱਤੇ। ਗੁਰਦੁਆਰਾ ਗਊ ਘਾਟ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਔਰ ਗੁਰੂ ਨਾਨਕ ਸਾਹਿਬ ਦੇ ਚਰਨ ਪਏ। ਜੈਤੇ ਮੱਲ ਸੇਠ ਹਲਵਾਈ ਦਾ ਉਧਾਰ ਕੀਤਾ ਸੀ, ਉੱਥੇ ਮਾਤਾ ਗੁਜਰ ਕੌਰ ਜੀ ਦੀ ਇੱਕ ਚੱਕੀ ਵੀ ਪਈ ਹੈ ਗੁਰਮੁਖ। ਅੱਗੇ ਮਾਈਆਂ ਘਰਾਂ ਚਾਟਾ ਪੀਂਦੀਆਂ, ਪੁਰਾਣੀਆਂ ਬਜ਼ੁਰਗ ਮਾਤਾਵਾਂ ਬੈਠੀਆਂ, ਇਹਨਾਂ ਨੂੰ ਤਾਂ ਪਤਾ, ਹੁਣ ਤਾਂ ਜਵਾਨਾਂ ਤੁਹਾਨੂੰ ਪਤਾ ਬਦਲ ਗਿਆ ਗੁਰਮੁਖੋ। ਹੁਣ ਤਾਂ ਕਈ ਕੁੜੀਆਂ ਪੁੱਛਦੀਆਂ ਵੀ ਬੀਬੀ ਚਰਖਾ ਅਤੇ ਚੱਕੀ ਕੀ ਹੁੰਦਾ, ਕਿ ਉਹਨਾਂ ਨੇ ਦੇਖਿਆ ਹੀ ਨਹੀਂ। ਉੱਥੇ ਮਾਤਾ ਗੁਜਰ ਕੌਰ ਜੀ ਦੀ ਚੱਕੀ ਪਈ ਹੈ ਗੁਰਮੁਖ। ਜਿੱਥੇ ਗਊ ਘਾਟ ਦੇ ਦਰਸ਼ਨ, ਗੋਬਿੰਦ ਘਾਟ ਦੇ, ਕੰਗਣ ਘਾਟ ਦੇ ਦਰਸ਼ਨ ਕਰਨੇ ਹੈ, ਉੱਥੇ ਨਾਲ ਹੀ ਗੁਰਦੁਆਰਾ ਗੁਰੂ ਕਾ ਬਾਗ ਵੀ ਹੈ। ਆਖੋ ਸਤਨਾਮ। ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਅਤੇ ਇਸ ਪਰਿਵਾਰ ਦਾ 7 ਸਾਲਾਂ ਬਾਅਦ ਮੇਲ ਹੋਇਆ ਸੀ ਗੁਰੂ। ਇਹ ਕੱਲ੍ਹ ਸਾਰਾ ਇਤਿਹਾਸ ਤੁਸੀਂ ਸੁਣਿਆ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਪ੍ਰਗਟ ਹੋਏ, ਉਦੋਂ 7 ਸਾਲਾਂ ਬਾਅਦ ਗੁਰੂ ਤੇਗ ਬਹਾਦਰ ਮਹਾਰਾਜ ਵਾਪਸ ਪਟਨੇ ਆਏ ਸੀ ਗੁਰੂ। ਸੁੱਕਾ ਬਾਗ ਮਹਾਰਾਜ ਨੇ ਹਰਾ ਕੀਤਾ ਅਤੇ ਉਹਦਾ ਨਾਂ ਪਿਆ ਗੁਰੂ ਕਾ ਬਾਗ। ਆਖੋ ਸਤਨਾਮ। ਇੱਕ ਜਿੱਥੇ ਗੁਰਦੁਆਰਾ ਮੈਣੀ ਸੰਗਤ ਬਣਿਆ, ਰਾਣੀ ਮੈਣੀ, ਕੱਲ੍ਹ ਸੁਣਿਆ ਸੀ ਇਹ ਵੀ ਤੁਸੀਂ, ਉਹਨੂੰ ਆਸ ਸੀ ਮੇਰੇ ਪੁੱਤਰ ਹੋਵੇ। ਮੇਰੇ ਮਾਲਕ ਗਏ, ਕਹਿੰਦੇ ਮੈਂ ਧਰਮ ਦਾ ਪੁੱਤ, ਤੂੰ ਮੇਰੀ ਧਰਮ ਦੀ ਮਾਂ ਹੈ। ਉੱਥੇ ਇੱਕ ਕਰਾਉਂਦੇ ਦਾ ਦਰਖਤ ਹੈ, ਉਹ ਕਰਾਉਂਦੇ ਦੇ ਦਰਖਤ ਦੀ ਗੁਰੂ ਸਾਹਿਬ ਦਾਤਣ ਕਰਦੇ ਹੁੰਦੇ ਸੀ। ਅੱਗੇ ਦਾਤਣਾ ਕਰਦੇ ਬਜ਼ੁਰਗ, ਅਤੇ ਇਹ ਵੀ ਸੰਗਤ ਦੀ ਮਾਨਤਾ ਹੈ ਕਿ ਉਹ ਉਸ ਦਰਖਤ ਦੀ ਦਾਤਣ ਕਰਨ ਦੇ ਨਾਲ ਸਾਡੇ ਦੁੱਖ ਦੂਰ ਹੁੰਦੇ ਆ। ਸ਼ਰਧਾ ਸੰਗਤ ਦੀ ਪਾਈ, ਸ਼ਰਧਾ ਤਾਂ ਧੰਨੇ ਭਗਤ ਨੇ ਪੱਥਰ 'ਤੇ ਰੱਖ ਲਈ, ਰੱਬ ਤਾਂ ਉਹਨੂੰ ਮਿਲ ਗਿਆ ਗੁਰਮੁਖ। ਭਾਵਨਾ ਦੀ ਗੱਲ ਹੈ ਸਾਰੀ, ਅਤੇ ਜਿੱਥੇ ਇਹਨਾਂ ਸਥਾਨਾਂ ਦੇ ਦਰਸ਼ਨ ਤੁਸੀਂ ਕਰਨੇ ਨੇ, ਉੱਥੇ ਗੁਰਮੁਖ ਪਿਆਰਿਓ, ਜਦੋਂ ਮੇਰੇ ਗੁਰੂ ਨਾਨਕ ਸਾਹਿਬ ਗਏ ਸੀ ਨਾ ਪਟਨਾ ਸਾਹਿਬ, ਜਿੱਥੋਂ ਮਰਦਾਨੇ ਨੂੰ ਭੇਜਿਆ ਸੀ ਵੀ ਆ ਲਾਲ ਵੇਚ ਕੇ ਆ, ਉਹ ਗੁਰਦੁਆਰਾ ਸਾਹਿਬ ਦਾ ਨਾਂ ਹੈ ਗੁਰਦੁਆਰਾ ਘਈ ਘਾਟ, ਉਹਨੂੰ ਘਈ ਘਾਟ ਆਖਿਆ ਜਾਂਦਾ। ਉਹ ਵੀ ਗੰਗਾ ਦੇ ਕਿਨਾਰੇ ਹੀ ਹੈ।
ਜਿੱਥੋਂ ਮਰਦਾਨੇ ਨੂੰ ਲਾਲ ਵੇਚਣ ਭੇਜਿਆ ਸੀ ਉੱਥੇ ਹੀ ਗੁਰੂ ਨਾਨਕ ਦੇ ਮਹਾਰਾਜ ਗਏ ਸਨ 1509 ਦੇ ਵਿੱਚ। ਪਹਿਲੀ ਉਦਾਸੀ ਵੇਲੇ 1509 ਈਸਵੀ 'ਚ ਗੁਰੂ ਨਾਨਕ ਪਾਤਸ਼ਾਹ ਗੁਰਦੁਆਰਾ ਘਈ ਘਾਟ ਦੇ ਸਥਾਨ 'ਤੇ ਗਏ ਅਤੇ ਉਦੋਂ ਬਾਅਦ ਫਿਰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ 1666 'ਚ ਉੱਥੇ ਗਏ ਸੀ ਗੁਰਦੁਆਰਾ ਘਈ ਘਾਟ। ਅਤੇ ਕੱਲ੍ਹ ਆਪਾਂ ਮਹਾਰਾਜ ਦੇ ਬਚਪਨ ਦੇ ਚੋਜ ਸਾਂਝੇ ਕੀਤੇ। ਲਓ ਅੱਜ ਜਿਹੜਾ ਇਤਿਹਾਸ ਆਪਾਂ ਸਾਂਝਾ ਕਰਨਾ ਹੈ, ਕੱਲ੍ਹ ਜਿੱਥੋਂ ਵਿਛੜੇ ਸੀ ਜਦੋਂ ਮੇਰੇ ਸਤਿਗੁਰ ਤੇਗ ਬਹਾਦਰ ਮਹਾਰਾਜ ਪਟਨੇ ਆ ਕੇ ਪਰਿਵਾਰ ਨੂੰ ਮਿਲੇ ਅਤੇ ਬਾਅਦ 'ਚ ਹੁਕਮ ਕਰਤਾ ਸੀ ਕਿ ਸਾਰੇ ਪਰਿਵਾਰ ਨੂੰ ਲੈ ਕੇ ਹੁਣ ਚੱਕ ਮਾਤਾ ਨਾਨਕੀ ਆ ਜਾਓ, ਜਿਹਨੂੰ ਹੁਣ ਤੁਸੀਂ ਅਨੰਦਪੁਰ ਸਾਹਿਬ ਕਹਿੰਦੇ ਹੋ। ਅਨੰਦਪੁਰ ਸਾਹਿਬ ਤਾਂ ਨਾਮ ਬਾਅਦ 'ਚ ਪਿਆ, ਪਹਿਲਾਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਇਹ ਜਗ੍ਹਾ ਮੁੱਲ ਖਰੀਦੀ ਸੀ ਰਾਜੇ ਭੀਮ ਚੰਦ ਤੋਂ। ਉਦੋਂ ਨਾਂ ਰੱਖਿਆ ਸੀ ਆਪਣੀ ਮਾਤਾ ਦੇ ਨਾਂ 'ਤੇ, ਚੱਕ ਮਾਤਾ ਨਾਨਕੀ। ਹੁਣ ਗੁਰੂ ਤੇਗ ਬਹਾਦਰ ਮਹਾਰਾਜ ਇਹਨਾਂ ਦਾ ਹੁਕਮਨਾਮਾ ਚੱਲਿਆ ਗਿਆ ਅਤੇ ਉੱਧਰੋਂ ਬਾਲ ਗੋਬਿੰਦ ਰਾਏ, ਮਾਤਾ ਗੁਜਰ ਕੌਰ ਜੀ, ਮਾਤਾ ਨਾਨਕੀ ਜੀ, ਮਾਮਾ ਕਿਰਪਾਲ ਚੰਦ ਜੀ, ਹੋਰ ਵੀ ਜਿਹੜੇ ਸਿੱਖ ਸੇਵਕ ਉੱਥੇ ਰਹਿੰਦੇ ਸੀ ਉਹ ਸਾਰਿਆਂ ਨੇ ਤਿਆਰੀ ਕਰ ਲਈ ਕਿ ਚੱਲੋ ਹੁਣ ਚੱਕ ਮਾਤਾ ਨਾਨਕੀ ਜਾਣਾ। ਜਦੋਂ ਤਿਆਰੀ ਕੀਤੀ ਤੇ ਪਟਨੇ ਦੇ ਜਿਹੜੇ ਵਾਸੀ ਸੀ ਉਹ ਰੋਏ, ਕਹਿੰਦੇ ਸੱਚੇ ਪਾਤਸ਼ਾਹ ਤੁਹਾਡੇ ਆਉਣ ਨਾਲ ਪਟਨੇ ਵਿੱਚ ਰੌਣਕਾਂ ਲੱਗੀਆਂ ਸੀ, ਇਹ ਪਟਨਾ ਸਾਹਿਬ ਬਣ ਗਿਆ। ਜਦੋਂ ਵੀ ਕਿਸੇ ਨੂੰ ਦੁੱਖ ਤਕਲੀਫ ਹੁੰਦੀ ਭੱਜ ਕੇ ਮਾਤਾ ਗੁਜਰ ਕੌਰ ਕੋਲ ਜਾਂਦੀਆਂ ਸੀ ਮਾਈਆਂ, ਮਾਂ ਅੱਜ ਸਾਡੇ ਘਰ ਆਟਾ ਨਹੀਂ ਹੈ, ਅੱਜ ਆ ਬੱਚੇ ਨੂੰ ਕੱਪੜੇ ਦਵਾਉਣੇ ਹੈ, ਅੱਜ ਸਾਡੀ ਧੀ ਆਈ ਹੈ, ਕਿਉਂਕਿ ਬਿਹਾਰ ਵਿੱਚ ਗਰੀਬੀ ਬਹੁਤ ਹੈ। ਅਤੇ ਜਿਹੜਾ ਵੀ ਮਾਤਾ ਗੁਜਰੀ ਕੋਲ ਚੱਲਿਆ ਜਾਂਦਾ ਮੇਰੀ ਮਾਂ ਨੇ ਕਦੇ ਉਹਨੂੰ ਖਾਲੀ ਨਹੀਂ ਸੀ ਮੋੜਿਆ, ਆਖੋ ਸਤਨਾਮ। ਵਾਹਿਗੁਰੂ। ਕੋਈ ਵੀ ਚਾਹੇ ਮਾੜਾ ਮੰਗਤਾ ਆਉਂਦਾ ਚਾਹੇ ਕੋਈ ਘਰੇਲੂ ਆਉਂਦਾ ਖਾਲੀ ਨਹੀਂ ਸੀ ਮੋੜਦੇ। ਅਤੇ ਅੱਜ ਜਦੋਂ ਪਤਾ ਲੱਗਿਆ ਗੁਰੂ ਪਰਿਵਾਰ ਜਾ ਰਿਹਾ, ਸਾਰੀ ਸੰਗਤ ਰੋਈ, ਮਾਂ ਸਾਡੇ ਰੋਇਆਂ ਦੀ ਕਦਰ ਕੌਣ ਪਾਊਗਾ ਤੁਹਾਡੇ ਬਿਨਾਂ। ਇੱਥੇ ਪਟਨੇ ਦੀਆਂ ਗਲੀਆਂ ਵਿੱਚ ਰੱਬ ਖੇਡਦਾ ਫਿਰਦਾ ਸੀ, ਜਿਹਦੇ ਦਰਸ਼ਨ ਕਰਕੇ ਭੁੱਖ ਲੈਂਦੀ ਸੀ, ਅਸੀਂ ਦਰਸ਼ਨ ਕਿਹਦੇ ਕਰਿਆ ਕਰਾਂਗੇ। ਸਤਿਗੁਰ ਕਹਿੰਦੇ ਭਾਈ ਜਾਣਾ ਹੀ ਪੈਣਾ। ਪਟਨੇ ਦੀ ਸੰਗਤ ਗੁਰੂ ਜੀ ਨੂੰ ਵਿਦਾ ਕਰਨ ਵਾਸਤੇ ਪਟਨਾ ਸਾਹਿਬ ਦੀ ਜੂਹ ਤੱਕ ਆਈ ਗੁਰੂ, ਅਤੇ ਉੱਧਰ ਰਾਣੀ ਮੈਣੀ ਨੂੰ ਪਤਾ ਲੱਗ ਗਿਆ, ਭੱਜੀ ਆਵੇ
ਐ ਕਮਲਿਆਂ ਵਰਗਾ ਹਾਲ, ਸਿਰ ਦੇ ਵਾਲ ਖੁੱਲੇ। ਰਾਜਾ ਫਤਿਹ ਚੰਦ ਮੈਣੀ ਗੁਰਮੁਖ, ਇਹ ਰਾਜੇ ਦਾ ਨਾਂ ਸੀ ਮੈਣੀ, ਰਾਜੇ ਨੂੰ ਕਹਿੰਦੇ ਸੀ ਰਾਜਾ ਫਤਿਹ ਚੰਦ ਮੈਣੀ। ਤੇ ਜਿਹੜੀ ਉਹਦੇ ਘਰ ਵਾਲੀ ਸੀ ਰਾਣੀ, ਉਹਦਾ ਨਾਂ ਸੀ ਬਸੰਬਰ ਦੇਵੀ, ਪਰ ਉਹ ਜ਼ਿਆਦਾਤਰ ਮੈਣੀ ਰਾਣੀ ਕਹਿ ਦਿੰਦੇ ਆ, ਕਿਉਂਕਿ ਰਾਜੇ ਮਗਰ ਨਾਂ ਅੱਲ ਪੈ ਗਈ। ਜਿਵੇਂ ਰਾਜਾ ਤਾਂ ਕੋਈ ਹੋਵੇ, ਆ ਪਟਿਆਲੇ ਰਾਜ ਘਰਾਣਾ, ਆਪਾਂ ਕਹਿੰਦੇ ਹਾਂ ਮਹਾਰਾਜਾ ਪਟਿਆਲਾ ਆਇਆ, ਹੁਣ ਇੱਥੇ ਤਾਂ ਕਿੰਨੇ ਰਾਜੇ ਹੋ ਚੱਲੇ ਗੁਰਮੁਖੋ। ਅਈ ਰਾਣੀ ਦਾ ਨਾਂ ਸੀ ਬਸੰਬਰ ਦੇਵੀ, ਪਰ ਪ੍ਰਚਲਿਤ ਹੋ ਗਿਆ ਰਾਣੀ ਮੈਣੀ, ਕਿਉਂਕਿ ਰਾਜਾ ਫਤਿਹ ਚੰਦ ਮੈਣੀ ਦੇ ਘਰ ਵਾਲੀ ਸੀ। ਜਦੋਂ ਉਹਨੂੰ ਪਤਾ ਲੱਗਿਆ ਮੇਰਾ ਪੁੱਤਰ ਗੋਬਿੰਦ ਰਾਏ ਜਾ ਰਿਹਾ, ਬੜਾ ਦੁੱਖ, ਬੀਬੀਆਂ ਬੈਠੀਆਂ, ਬੱਚੇ ਨਾਲ ਹੋਵੇ ਤੁਹਾਡਾ ਮੋਹ, ਚਾਰ ਦਿਨ ਨਾਨਕੇ ਵਗ ਜੇ ਨਾ ਕਈ ਰੱਜਵੀਂ ਰੋਟੀ ਨਹੀਂ ਖਾਂਦੀਆਂ, ਮੇਰੇ ਪੁੱਤ ਦਾ ਪਤਾ ਨਹੀਂ ਕੀ ਹਾਲ ਹੋ। ਕਈਆਂ ਦਾ ਤਾਂ ਇਹੋ ਜਿਹਾ ਹਾਲ ਦੇਖਿਆ, ਇੱਕ ਦਿਨ ਬੱਚੇ ਨੂੰ ਕਿਸੇ ਦੂਜੇ ਕੋਲ ਨਹੀਂ ਛੱਡਦੀਆਂ, ਵੀ ਉਹਨਾਂ ਨੇ ਸਾਂਭਣਾ ਨਹੀਂ। ਅਤੇ ਹਾਲਾਤ ਵੀ ਤੁਹਾਨੂੰ ਪਤਾ ਇਹੋ ਜਿਹੇ ਹੋ ਗਏ, ਨਿੱਕੇ ਨਿੱਕੇ ਬੱਚਿਆਂ ਨਾਲ ਕਿੰਨੇ ਗਲਤ ਕੰਮ ਹੁੰਦੇ ਆ ਗੁਰਮੁਖੋ। ਕਿਸੇ ਕੋਲ ਛੱਡਣ ਦਾ ਜ਼ਮਾਨਾ ਵੀ ਨਹੀਂ ਰਿਹਾ, ਥੋੜ੍ਹਾ ਜਿਹਾ ਖਿਆਲ ਵੀ ਰੱਖਿਆ ਕਰੋ। ਜੇ ਬੱਚੇ ਜੰਮੇ ਨੇ, ਵਿਆਹ ਸ਼ਾਦੀ ਕਰਵਾਇਆ, ਆਪਣੇ ਤਾਂ ਚਾ ਜਾ ਚੜ੍ਹਾਈ ਰੱਖਣਗੇ, ਮੈਂ ਵਿਆਹਿਆ ਗਿਆ, ਜਿੰਨੀ ਖੁਸ਼ੀ ਮਨਾਉਂਦੇ ਹੋ ਉਹਨਾਂ ਇਹ ਵੀ ਜ਼ਿੰਮੇਵਾਰੀ ਸਮਝਿਆ ਕਰੋ ਵੀ ਮੇਰੇ ਸਿਰ 'ਤੇ ਜ਼ਿੰਮੇਵਾਰੀ ਆ ਗਈ। ਆ ਜਿਹੜੀ ਆਪਣੇ ਮਾਂ ਪਿਓ ਨੂੰ ਛੱਡ ਕੇ ਮੇਰੇ ਮਗਰ ਆਈ ਹੈ, ਇਹਦਾ ਵੀ ਮੈਂ ਖਿਆਲ ਰੱਖਣਾ ਹੈ। ਇਹਨੂੰ ਕੱਪੜੇ ਲੀੜੇ ਦੀ ਵੀ ਲੋੜ ਹੈ, ਇਹਨੇ ਮਾਪਿਆਂ ਨੂੰ ਮਿਲਣ ਵੀ ਜਾਣਾ ਹੈ। ਇਹ ਸਾਰਾ ਪਰਿਵਾਰ ਛੱਡ ਕੇ ਨਵੇਂ ਘਰ 'ਚ ਆਈ ਆ, ਕਿਹਦੇ ਨਾਲ ਦੁੱਖ ਸੁੱਖ ਕਰੇ ਬਈ। ਜੇ ਬੱਚੇ ਹੋ ਗਏ, ਕੱਲੀਆਂ ਪਾਰਟੀਆਂ ਕਰਕੇ ਖੁਸ਼ੀਆਂ ਹੀ ਨਾ ਮਨਾਇਆ ਕਰੋ। ਹਾਂ, ਖੁਸ਼ੀ ਮਨਾਓ, ਪਰ ਨਾਲ ਆਹ ਵੀ ਖਿਆਲ ਰੱਖੋ ਕਿ ਹੁਣ ਬੱਚੇ ਹੋ ਗਏ, ਇਹਨਾਂ ਨੂੰ ਪੜ੍ਹਾਉਣ ਵਾਸਤੇ ਵੀ ਪੈਸਾ ਚਾਹੀਦਾ। ਕੱਲ੍ਹ ਨੂੰ ਇਹਨਾਂ ਨਾਲ ਕੋਈ ਗਲਤ ਕਰਮ ਨਾ ਹੋ ਜਾਵੇ, ਮੈਨੂੰ ਖਿਆਲ ਵੀ ਰੱਖਣਾ ਪੈਣਾ ਹੈ। ਇਹਨਾਂ ਨੂੰ ਗਰਮੀ ਸਰਦੀ ਤੋਂ ਬਚਾਉਣਾ ਪੈਣਾ ਹੈ। ਜ਼ਿੰਮੇਵਾਰੀ ਦਿਨੋਂ ਦਿਨ ਵੱਧਦੀ ਜਾਂਦੀ ਹੈ ਭਾਈ, ਜ਼ਿੰਮੇਵਾਰੀਆਂ ਨੂੰ ਸਮਝੋ। ਕਈ ਲੋਕ ਇੱਦਾਂ ਦੇ ਹੁੰਦੇ ਆ ਜਿਹੜੇ ਨਾ ਸਫਲ ਪੁੱਤ ਬਣ ਸਕੇ, ਨਾ ਸਫਲ ਪਤੀ ਬਣ ਸਕੇ, ਨਾ ਸਫਲ ਬਾਪ ਬਣ ਸਕੇ। ਬੀਬੀਆਂ ਵੀ ਗੁੱਸਾ ਨਾ ਕਰਿਓ, ਕਈ ਇੱਦਾਂ ਦੀਆਂ ਹੁੰਦੀਆਂ, ਨਾ ਸਫਲ ਧੀ ਬਣ ਸਕੀ, ਸਹੁਰੇ ਘਰ ਵਿੱਚ ਜਾ ਕੇ ਨਾ ਸਫਲ ਪਤਨੀ ਬਣੀ, ਪਤੀ ਨੂੰ ਵੀ ਖੁਸ਼ ਨਾ ਰੱਖ ਸਕੀ, ਸਾਰਾ ਪਰਿਵਾਰ ਤੋੜ ਲਿਆ, ਨਾ ਸਫਲ ਨੂੰ ਬਣੀ। ਅਤੇ ਜੇ ਬੱਚੇ ਵੀ ਨਾ ਸਾਂਭੇ, ਬੱਚਿਆਂ ਨੇ ਕਹਿਣਾ ਵੀ ਇਹ ਸਫਲ ਮਾਂ ਵੀ ਹੈ ਨਹੀਂ, ਇਕੱਲਾ ਜਨਮ ਦੇਣ ਨਾਲ ਹੀ ਮਾਂ ਨਹੀਂ ਹੁੰਦੀ, ਮਾਂ ਹੈ ਮਾਂ ਗੁਜਰ ਕੌਰ, ਜਿਹਨੇ ਸਾਰੇ ਫਰਜ਼ ਨਿਭਾਏ। ਆਖੋ ਸਤਨਾਮ। ਸੋ ਮੇਰੇ ਕਹਿਣ ਦਾ ਭਾਵ, ਆਪੋ ਆਪਣੀ ਜ਼ਿੰਮੇਵਾਰੀ ਨੂੰ ਸਮਝਣਾ। ਹੁਣ ਰਾਣੀ ਮੈਣੀ ਰੋਈ, ਪਤਾ ਕੀ ਆਖਿਆ, ਮੇਰਾ ਪੁੱਤ ਜਾ ਰਿਹਾ ਹੈ, ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਂ ਕਹੇ, ਉਹਦਾ ਵਿਛੋੜਾ ਜਰਨਾ ਕਿਤੇ ਸੌਖਾ ਗੁਰਮੁਖੋ।
ਇਹ ਵੀ ਪਤਾ ਸੀ ਵੀ ਹੁਣ ਇਹਨਾਂ ਨੇ ਮੁੜ ਕੇ ਨਹੀਂ ਆਉਣਾ, ਆਖੋ ਸਤਨਾਮ, ਵਾਹਿਗੁਰੂ, ਪਤਾ ਸੀ ਇਸ ਗੱਲ ਦਾ। ਰਾਣੀ ਮੈਣੀ ਭੱਜੀ ਹੋਈ ਆਵੇ, ਇੱਧਰ ਬਾਲ ਗੋਬਿੰਦ ਰਾਏ 7 ਸਾਲ ਦੀ ਉਮਰ, ਪਤਾ ਲੱਗ ਗਿਆ ਵੀ ਰਾਣੀ ਮੈਣੀ ਆ ਰਹੀ ਹੈ। ਰੱਥ ਤੇ ਸਵਾਰ ਸਨ ਮਹਾਰਾਜ, ਉਤਰ ਗਏ। ਰਾਣੀ ਮੈਣੀ ਨੇ ਭੱਜ ਕੇ ਗਲਵੱਕੜੀ ਪਾ ਲਈ, ਕਹਿੰਦੀ ਬੇਟਾ ਮੈਨੂੰ ਮਾਂ ਕਹਿ ਕੇ ਜਿੰਨੀਆਂ ਖੁਸ਼ੀਆਂ ਦਿੱਤੀਆਂ ਸੀ, ਅੱਜ ਉਹ ਖੁਸ਼ੀਆਂ ਖੋਹ ਕੇ ਲੈ ਚੱਲੇ। ਮੈਨੂੰ ਕੌਣ ਮਾਂ ਆਖੂਗਾ। ਰਾਣੀ ਮੈਣੀ ਰੋਈ, ਨਾਲੇ ਕਿਹਾ ਸੀ ਲਓ ਬੋਲਿਓ ਸਾਰੀ ਸੰਗਤ, ਕਾਹਦਾ ਮਾਂ ਮੈਨੂੰ ਕਹਿ ਚੱਲਿਆ, ਜਿੰਦ ਵਿੱਚ ਜਿੰਦ ਨਾ ਰਹੀ, ਜਿੰਦ ਨਾਲੇ ਹੀ ਲੈ ਚੱਲਿਆ। ਕਾਹਦਾ ਮਾਂ ਮੈਨੂੰ ਕਹਿ ਚੱਲਿਆ, ਕਾਹਦਾ ਮਾਂ ਮੈਨੂੰ ਕਹਿ ਚੱਲਿਆ, ਜਿੰਦ ਵਿੱਚ ਜਿੰਦ ਨਾ ਰਹੀ, ਜਿੰਦ ਨਾਲੇ ਲੈ ਚੱਲੇ, ਜਿੰਦ ਵਿੱਚ ਜਿੰਦ ਨਾ ਰਹੀ, ਜਿੰਦ ਨਾਲੇ ਲੈ ਚੱਲੇ, ਕਾਹਦਾ ਮਾਂ ਚੱਲੇ, ਕਾਹਦਾ ਮਾਂ ਚੱਲੇ, ਜਿੰਦ ਵਿੱਚ ਜਿੰਦ ਨਾ ਰਹੀ, ਜਿੰਦ ਨਾਲੇ ਲੈ ਚੱਲੇ, ਹਾਂ ਜਿੰਦ ਵਿੱਚ ਜਿੰਦ ਨਾ ਰਹੀ, ਜਿੰਦ ਨਾਲੇ ਲੈ ਚੱਲੇ, ਮੈਨੂੰ ਤਾਂ ਚੱਲੇ, ਕਾਦਾ ਮੈਨੂੰ ਤਾਂ ਚੱਲੇ, ਜਿੰਦ ਵਿੱਚ ਜਿੰਦ ਨਾ ਰਹੀ, ਜਿੰਦ ਨਾਲ ਹੀ ਲੈ ਚੱਲੇ, ਜਿੰਦ ਵਿੱਚ ਜਿੰਦ ਨਾ ਰਹੀ, ਜਿੰਦ ਨਾਲ ਹੀ ਲੈ ਚੱਲੇ। ਸ਼ਾਮਾਂ ਠੰਡੀਆਂ ਨੇ ਬੋੜ ਦੀਆਂ, ਸ਼ਾਮਾਂ ਠੰਡੀਆਂ ਨੇ ਬੋੜ ਦੀਆਂ, ਸਤਿਗੁਰ ਜੀ ਤੇਰੇ ਦਰਸ਼ਨ ਨੂੰ ਅੱਖਾਂ ਮੇਰੀਆਂ ਲੋੜਦੀਆਂ, ਸਤਿਗੁਰ ਜੀ ਤੇਰੇ ਦਰਸ਼ਨ ਨੂੰ ਅੱਖਾਂ ਮੇਰੀਆਂ ਲੋੜਦੀਆਂ, ਸਤਿਗੁਰ ਜੀ ਤੇਰੇ ਦਰਸ਼ਨ ਨੂੰ ਅੱਖਾਂ ਮੇਰੀਆਂ ਲੋੜਦੀਆਂ, ਦਰਸ਼ਨ ਨੂੰ ਅੱਖਾਂ ਮੇਰੀਆਂ ਲੋੜਦੀਆਂ, ਠੰਡੀਆਂ ਨੇ ਬੋੜਦੀਆਂ, ਦਰਸ਼ਨ
ਗੁਰ ਜੀ ਤੇਰੇ ਦਰ ਇਸ ਤਰ੍ਹਾਂ ਬੇਨਤੀ ਕੀਤੀ ਮੈਂ ਦਰਸ਼ਨ ਕਿਹਦੇ ਕਰਾਂਗੀ ਸਤਿਗੁਰ ਕਹਿੰਦੇ ਮਾਂ ਜਾਣਾ ਤਾਂ ਹੁਣ ਪਊਗਾ ਜ਼ਰੂਰ ਕਿਉਂਕਿ ਗੁਰੂ ਪਿਤਾ ਦਾ ਹੁਕਮ ਆਇਆ ਪਰ ਜਿਹੜੀ ਗੱਲ ਰਹੀ ਤੈਨੂੰ ਦਰਸ਼ਨਾਂ ਦੀ ਜਿਵੇਂ ਮੈਨੂੰ ਛੋਲੇ ਪੂਰੀਆਂ ਤਿਆਰ ਕਰਕੇ ਛਕਾਉਂਦੀ ਸੀ ਉਸੇ ਤਰ੍ਹਾਂ ਛੋਲੇ ਪੂਰੀਆਂ ਤਿਆਰ ਕਰਕੇ ਮੇਰੇ ਮਿੱਤਰਾਂ ਨੂੰ ਛਕਾ ਦਿਆ ਕਰੀ ਜਦੋਂ ਇਹ ਬਹਿ ਕੇ ਛਕਿਆ ਕਰਨਗੇ ਇਹਨਾਂ ਵਿੱਚ ਬੈਠਾ ਹੋਇਆ ਮੈਂ ਦਿਸਿਆ ਕਰਾਂਗਾ ਜਿੰਨਾ ਚਿਰ ਰਾਣੀ ਮੈਣੀ ਜਿਉਂਦੀ ਰਹੀ ਛੋਲੇ ਪੂਰੀਆਂ ਤਿਆਰ ਕਰਕੇ ਮਹਾਰਾਜ ਦੇ ਬਚਪਨ ਦੇ ਸਾਥੀਆਂ ਨੂੰ ਛਕਾਉਂਦੀ ਅਤੇ ਜਦੋਂ ਰਾਜਾ ਰਾਣੀ ਸਰੀਰ ਛੱਡ ਗਏ ਫਿਰ ਜਿੱਥੇ ਰਹਿ ਕੇ ਉਹਨੇ ਮਾਲਕ ਨੂੰ ਯਾਦ ਕੀਤਾ ਸੀ ਨਾ ਉਸ ਜਗ੍ਹਾ 'ਤੇ ਗੁਰਦੁਆਰਾ ਸਾਹਿਬ ਬਣਿਆ ਜਿਹਦਾ ਨਾਂ ਹੈ ਗੁਰਦੁਆਰਾ ਮੈਣੀ ਸੰਗਤ ਆਖੋ ਸਤਨਾਮ ਘਰ ਤਾਂ ਭਾਈ ਆਪਣੇ ਵੀ ਹੈਗੇ ਆਪਾਂ ਨੂੰ ਤਾਂ ਆਪਦੇ ਵੀ ਯਾਦ ਨਹੀਂ ਕਰਦੇ ਤੁਸੀਂ ਆਪਦੇ ਮਨਾਂ 'ਚ ਝਾਤੀ ਮਾਰਿਓ ਤੁਹਾਨੂੰ ਵੱਧ ਤੋਂ ਵੱਧ ਆਪਣੇ ਬਾਪ ਦਾ ਨਾਂ ਯਾਦ ਹੈ ਦਾਦੇ ਦਾ ਯਾਦ ਹੋ ਪੜਦਾਦੇ ਦਾ ਨਾਂ ਕਿਸੇ ਕਿਸੇ ਨੂੰ ਯਾਦ ਹੈ ਪੜਦਾਦੇ ਦਾ ਬਾਪ ਕੌਣ ਸੀ ਮੇਰਾ ਖਿਆਲ ਹੈ ਕਿਸੇ ਨੂੰ ਯਾਦ ਨਹੀਂ ਹੋਣ ਤੀਜੀ ਚੌਥੀ ਪੀੜ੍ਹੀ ਤੱਕ ਜਾਂਦੇ ਹੀ ਭੁੱਲ ਜਾਂਦੇ ਹੈ ਪਰ ਜਿਨ੍ਹਾਂ ਨੇ ਮਾਲਕ ਦਾ ਨਾਮ ਜਪਿਆ ਕਿੰਨੀਆਂ ਪੀੜ੍ਹੀਆਂ ਹੋ ਗਈਆਂ 553 ਸਾਲ ਹੋ ਗਏ ਆਹ ਗੱਲ ਜਿਹੜੀ ਕਰ ਰਿਹਾ 553 ਸਾਲ ਹੋ ਗਏ ਹਰ ਸਾਲ ਹਰ ਪਿੰਡ ਵਿੱਚ ਜਿੱਥੇ ਗੁਰੂ ਗੋਬਿੰਦ ਸਿੰਘ ਦੀ ਕਥਾ ਚੱਲੂ ਰਾਣੀ ਮੈਣੀ ਨੂੰ ਵੀ ਜ਼ਰੂਰ ਯਾਦ ਕੀਤਾ ਜਾਂਦਾ ਹੈ ਇਹ ਹੈ ਗੁਰੂ ਦੇ ਨਾਮ ਨਾਲ ਜੁੜਨ ਦਾ ਫਲ ਆਖੋ ਸਤਨਾਮ ਜੇ ਚਾਹੁੰਦੇ ਹਾਂ ਨਾ ਵੀ ਸਾਡੀਆਂ ਯਾਦਾਂ ਰਹਿ ਜਾਣ ਸਾਨੂੰ ਵੀ ਕੋਈ ਯਾਦ ਕਰ ਲਏ ਤਾਂ ਗੁਰਮੁਖੋ ਵੱਧ ਤੋਂ ਵੱਧ ਗੁਰੂਆਂ ਦੀ ਮਹਿਮਾ ਕਰਿਆ ਕਰੋ ਗੁਰਬਾਣੀ ਪੜ੍ਹੋ ਇਤਿਹਾਸ ਪੜ੍ਹੋ ਅੱਗੇ ਦੀ ਅੱਗੇ ਦੱਸੋ ਕਿਤੇ ਨਾ ਕਿਤੇ ਤਾਂ ਯਾਦ ਕਰਨਗੇ ਵੀ ਆਹ ਕਥਾ ਮੈਨੂੰ ਫਲਾਣੇ ਨੇ ਸੁਣਾਈ ਸੀ ਚੰਗੀਆਂ ਗੱਲਾਂ ਦੱਸਿਆ ਕਰੋ ਅਤੇ ਜਿਹੜੀਆਂ ਮਾੜੀਆਂ ਆਦਤਾਂ ਸਿਖਾਉਂਦੇ ਹੋ ਉਹ ਤਾਂ ਅਗਲਾ ਗਾਹਾਂ ਦੱਸਣ ਜੋਗਾ ਵੀ ਨਹੀਂ ਰਹਿੰਦਾ ਉਹਨਾਂ ਕੰਮਾਂ ਤੋਂ ਹਟਣਾ ਹੈ ਹੁਣ ਇਸ ਤਰ੍ਹਾਂ ਮੇਰੇ ਸਤਿਗੁਰ ਪਟਨਾ ਸਾਹਿਬ ਤੋਂ ਚੱਲੇ 20 ਕਿਲੋਮੀਟਰ ਅੱਗੇ ਆ ਗਏ ਇੱਕ ਸਟੇਸ਼ਨ ਪੈਂਦਾ ਦਾਨਾਪੁਰ ਗੁਰਦੁਆਰਾ ਪਟਨਾ ਸਾਹਿਬ ਤੋਂ ਗੁਰਦੁਆਰਾ ਹਾਂਡੀ ਸੰਗਤ 27 ਕਿਲੋਮੀਟਰ ਹੈ ਪੂਰਾ ਪਰ ਜਦੋਂ ਪਟਨੇ ਤੋਂ ਚੱਲ ਕੇ ਆਏ ਨਾ 20 ਕਿਲੋਮੀਟਰ ਰਾਤ ਪੈ ਗਈ ਸਾਰਾ ਪਰਿਵਾਰ ਸੋਚੇ ਵੀ ਹੁਣ ਕਿੱਥੇ ਚੱਲੀਏ ਬਾਜਾਂ ਵਾਲੇ ਸਤਿਗੁਰ ਮੂਹਰੇ ਤੁਰ ਪਏ 7 ਸਾਲ ਦੀ ਉਮਰ ਸੀ ਸਾਰੀ ਉਦੋਂ ਕਹਿੰਦੇ ਆ ਜਾਓ ਮੈਂ ਲੈ ਕੇ ਚੱਲਣਾ ਉੱਥੇ ਦਾਨਾਪੁਰ ਇੱਕ ਗੁਰਦੁਆਰਾ ਸਾਹਿਬ ਪਿਆ ਉਹਦਾ ਨਾਮ ਹੈ ਭਾਈ ਗੁਰਦੁਆਰਾ ਹਾਂਡੀ ਸਾਹਿਬ ਉਹ ਪਤਾ ਕਿਉਂ ਪਿਆ ਵੈਸੇ ਤਾਂ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਵੀ ਆਏ ਸੀ
ਉਹ ਜਿਹੜੀ ਮਾਈ ਸੀ ਨਾ ਉਹਦਾ ਨਾਂ ਸੀ ਜਮਨਾ ਦੇਵੀ। ਕਈ ਮਾਈ ਪ੍ਰਧਾਨੀ ਵੀ ਕਹਿੰਦੇ ਸੀ ਉਹਨੂੰ। ਉਹਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕੀਤੇ ਸੀ ਪਰ ਹੁਣ ਬਜ਼ੁਰਗ ਹੋ ਗਈ ਸੀ। ਇਹਦੇ ਮਨ 'ਚ ਚਾਹ ਹੁੰਦਾ ਸੀ ਵੀ ਗੁਰੂ ਤੇਗ ਬਹਾਦਰ ਦੇ ਘਰ ਮਹਾਬਲੀ ਅਵਤਾਰ ਪੈਦਾ ਹੋਇਆ। ਭੀਖਮ ਸ਼ਾਹ ਫਕੀਰ ਕਹਿ ਕੇ ਗਿਆ ਵੀ ਅੱਲਾ ਆ ਗਿਆ। ਇਸ ਗੱਲ ਦੀ ਸਾਰੇ ਚਰਚਾ ਸੀ। ਸੋਚਦੀ ਹੁੰਦੀ ਵੀ ਕਿਤੇ ਮੈਂ ਵੀ ਦਰਸ਼ਨ ਕਰ ਲੂੰ, ਚਾਹੁੰਦੀ ਸੀ ਜਾਣਾ ਪਰ 7 ਸਾਲ ਹੋ ਗਏ ਸੀ ਜਾ ਨਾ ਸਕੀ। ਆਪਣੇ ਵਾਲੀ ਹੀ ਗੱਲ ਹੈ, ਦੇਖੋ ਹਰ ਪਿੰਡ 'ਚ ਗੁਰਦੁਆਰਾ ਸਾਹਿਬ ਬਣਿਆ ਨਾ, ਪਿੰਡ 'ਚ ਤੁਹਾਡੇ ਘਰ ਵੀ ਹੈਗੇ। ਕਈ ਉਹੇ ਜਿਹੇ ਵੀ ਹੋਣਗੇ ਜਿਨ੍ਹਾਂ ਦੀ ਉਮਰ ਲੰਘੀ ਹੋਊ ਵੀ ਆਪਣੇ ਘਰੇ ਕਿਤੇ ਪਾਠ ਹੀ ਨਹੀਂ ਹੋਇਆ। ਕਈ ਮਿਲਦੇ ਆ ਇਹੋ ਜਿਹੇ, ਕਿਤੇ ਮੁੰਡੇ ਦਾ ਵਿਆਹ ਹੈ, ਕੁੜੀ ਦਾ ਵਿਆਹ ਹੈ, ਜਾਂ ਕੋਈ ਬਜ਼ੁਰਗ ਚੜ੍ਹਾਈ ਕਰ ਗਿਆ। ਉਹ ਤਾਂ ਸਾਡੀ ਮਜਬੂਰੀ ਹੁੰਦੀ ਹੈ ਗੁਰੂ ਲਿਆਉਣਾ ਮਹਾਰਾਜ ਨੂੰ, ਪਰ ਤੁਸੀਂ ਆਪੇ ਮਨ 'ਚ ਝਾਤੀ ਮਾਰ ਲਿਓ ਕਿੰਨੇ ਕੁ ਹੋ ਜਿਨ੍ਹਾਂ ਨੇ ਕਦੇ ਖੁਸ਼ੀ ਨਾਮੇ ਪਾਠ ਕਰਾਇਆ ਹੋਵੇ ਵੀ ਚਲੋ ਮਹਾਰਾਜ ਨੇ ਘਰ ਦਿੱਤਾ, ਬੱਚੇ ਹੈਗੇ, ਕੰਮ ਧੰਦਾ ਵੀ ਸੋਹਣਾ ਚੱਲਦਾ, ਹੁਣ 10-15 ਦਿਨ ਹੈਗੇ ਵਿਹਲੇ, ਅਤੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਘਰ ਲਿਆ ਕੇ ਪਾਠ ਆਪ ਕਰੀਏ, ਜੇ ਨਹੀਂ ਕਰ ਹੁੰਦਾ ਤਾਂ ਗ੍ਰੰਥੀ ਸਿੰਘ ਤੋਂ ਸੁਣੀਏ ਸਾਰਾ। ਹੈਗਾ ਕੋਈ ਇੱਦਾਂ ਦਾ? ਕੋਈ ਇੱਕ ਅੱਧਾ ਮਸਾਂ ਨਿਕਲੂ ਸਾਰੇ ਪਿੰਡ 'ਚੋਂ। ਦੇਖੋ ਲੋੜ ਵੇਲੇ ਤਾਂ ਆਪਾਂ ਰਿਸ਼ਤੇਦਾਰਾਂ ਦੀ ਵੀ ਮਿੰਨਤ ਕਰ ਲੈਂਦੇ ਹਾਂ, ਕਿਤੇ ਬਿਨਾਂ ਲੋੜ ਤੋਂ ਜਾ ਕੇ ਦੇਖਿਓ ਵੀ ਸ਼ੋਕਰ ਵੈਸੇ ਹੀ ਮਿਲਣ ਆਏ ਸੀ, ਉਹ ਆਨੰਦ ਵੱਖਰਾ ਹੁੰਦਾ ਗੁਰੂ। ਕਈ ਉਮਰਾਂ ਲੰਘ ਗਈਆਂ, ਉਡੀਕਦੇ ਰਹਿੰਦੇ ਆ ਵੀ ਕਿਤੇ ਸਾਡੇ ਵੀ ਖੁਸ਼ੀ ਆ ਜੂਗੀ, ਅਸੀਂ ਵੀ ਆਏ ਸੰਗਤ ਨੂੰ ਲੰਗਰ ਛਕਾ ਦਿਆਂਗੇ, ਪੁੰਨ ਦਾਨ ਕਰ ਲਾਂਗੇ। ਉਮਰ ਲੰਘ ਜਾਂਦੀ ਹੈ, ਨਹੀਂ ਮਿਲਦਾ ਸਮਾਂ। ਕਈ ਉਹ ਹੁੰਦੇ ਹੈ ਜਿਹੜੇ ਖੁਸ਼ੀਆਂ ਨੂੰ ਨਹੀਂ ਉਡੀਕਦੇ, ਜਿੱਥੇ ਵੀ ਜਾਂਦੇ ਨੇ ਉੱਥੇ ਹੀ ਰੌਣਕਾਂ ਲਾ ਲੈਂਦੇ ਆ। ਆਖੋ ਸਤਨਾਮ, ਉਦਾਂ ਦੇ ਬਣੋ ਪਿਆਰੇ। ਉਹ ਇਹ ਮਾਈ ਪ੍ਰਧਾਨੀ ਜਮਨਾ ਦੇਵੀ ਉਡੀਕਦੀ ਸੀ, ਕਹਿੰਦੀ 7 ਸਾਲ ਲੰਘ ਗਏ, ਮੈਂ ਨੇੜੇ ਦਰਸ਼ਨ ਨਹੀਂ ਕਰ ਸਕੀ, ਅੱਜ ਸੁਣਿਆ ਮੇਰਾ ਸਤਿਗੁਰ ਜਾ ਰਿਹਾ। ਇਹ ਵੀ ਕਿਸੇ ਨੇ ਦੱਸਤਾ ਵੀ ਮਾਈ ਜਿਹਨੂੰ ਤੂੰ ਯਾਦ ਕਰਦੀ ਹੁੰਦੀ ਨਾ, ਗੁਰੂ ਤੇਗ ਬਹਾਦਰ ਦੇ ਸਪੁੱਤਰ ਗੋਬਿੰਦ ਰਾਏ ਅੱਜ ਜਾ ਰਹੇ ਨੇ ਪੰਜਾਬ ਵੱਲ। ਬੜੀ ਰੋਈ ਗੁਰਮੁਖ, ਰੋਈ, ਕਹਿੰਦੀ ਸੱਚੇ ਪਾਤਸ਼ਾਹ ਮੈਂ ਗਰੀਬ ਹਾਂ, ਮੈਂ ਤਾਂ ਦਰਸ਼ਨ ਕਰਨ ਨਹੀਂ ਆ ਸਕਦੀ, ਮੇਰੀ ਤਾਂ ਮਜਬੂਰੀ ਹੈ ਕਿਉਂਕਿ ਬਜ਼ੁਰਗਾਂ, ਲਿਆਉਣ ਵਾਲਾ ਕੋਈ ਧੀ ਪੁੱਤ ਵੀ ਹੈ ਨਹੀਂ, ਪਰ ਮੇਰਿਆ ਸਤਿਗੁਰਾ ਤੇਰੀ ਤਾਂ ਕੋਈ ਮਜਬੂਰੀ ਨਹੀਂ ਹੈ, ਤੂੰ ਤਾਂ ਆ ਸਕਦਾ। ਰੋਈ, ਸ਼ਾਮ ਦਾ ਟਾਈਮ, ਛਟਾਂਕ ਕ ਚੌਲ ਸੀ ਘਰੇ ਬਸ, ਉਹ ਤੌੜੀ 'ਚ ਪਾ ਕੇ ਹਾਂਡੀ 'ਚ, ਆਪਾਂ ਤੌੜੀ ਕਹਿ ਦਿੰਦੇ ਹਾਂ ਜਿਵੇਂ ਦੁੱਧ ਉਬਾਲੀ ਦਾ, ਉੱਧਰ ਹਾਂਡੀ ਕਹਿੰਦੇ ਆ, ਹਾਂਡੀ 'ਚ ਪਾ ਕੇ ਉਬਲਣੇ ਧਰਤੇ,
ਚੌਲ ਉੱਬਲ ਨੇ ਧਰ ਕੇ ਆਪ ਬਹਿ ਗਈ, ਨੇਤਰ ਕਰ ਲਏ ਬੰਦ ਤੇ ਮੇਰੇ ਮਾਲਕ ਨੂੰ ਯਾਦ ਕਰਦੀ ਹੈ, ਸੱਚਿਆ ਪਾਤਸ਼ਾਹ ਮੇਰੀ ਕੱਖਾਂ ਦੀ ਕੁੱਲੀ ਨੂੰ ਪਾਗਲਾ ਦੇ, ਰਾਜਿਆਂ ਦੇ ਜਾਣ ਵਾਲਿਆ ਮੇਰੀ ਕੱਖਾਂ ਦੀ ਕੁੱਲੀ ਨੂੰ ਪਾਗਲਾ ਦੇ, ਰਾਜਿਆਂ ਦੇ ਜਾਣ ਵਾਲਿਆ ਕੱਖਾਂ ਦੀ ਕੁੱਲੀ ਨੂੰ ਪਾਗਲਾ ਦੇ, ਸਾਰੇ ਬੋਲਿਆ ਕਰੋ ਸਤਿਗੁਰ ਤੇਰੇ ਰਸਤੇ ਅੰਦਰ ਇਹ ਦਿਲ ਫਰਸ਼ ਵਸਾਵਾਂ, ਸੋਹਣੇ ਚਰਨ ਤੁਸਾਂ ਦਾ ਜੋੜਾ ਇਹ ਦੋਏ ਨੈਣ ਬਣਾਵਾਂ, ਅੱਖਾਂ ਵਿੱਚ ਸਫੇਦੀ ਆਈ ਤੱਕਦਿਆਂ ਰਾਹ ਤੇਰਾ, ਇੱਕ ਅਰਜੋਈ ਸੁਣ ਲੈ ਮੇਰੀ ਕਦੇ ਪਾ ਸਾਡੇ ਵੱਲ ਫੇਰਾ, ਮਨ ਲੋਚਦਾ ਤਰਸਦੀਆਂ ਅੱਖੀਆਂ ਤੇਰਿਆਂ ਦਿਦਾਰਿਆਂ ਨੂੰ, ਮਨ ਲੋਚਦਾ ਤਰਸਦੀਆਂ ਅੱਖੀਆਂ ਤੇਰਿਆਂ ਦਿਦਾਰਿਆਂ ਨੂੰ, ਲੋਚਦਾ ਤਰਸ ਦੀਆਂ ਅੱਖੀਆਂ, ਮਨ ਲੋਚਦਾ ਤਰਸ ਦੀਆਂ ਅੱਖੀਆਂ, ਮਨ ਲੋਚਦਾ ਤਰਸ ਦੀਆਂ ਅੱਖੀਆਂ, ਨੇਤਰ ਬੰਦ ਯਾਦ ਕਰੀ ਜਾਂਦੀ ਹੈ ਸ਼ਰਧਾ ਨਾਲ, ਇੱਧਰੋਂ ਮੇਰੇ ਸਤਿਗੁਰ ਸੰਗਤ ਮੰਗਰ ਮੰਗਰ ਮੂਹਰੇ ਮੂਹਰੇ ਗੋਬਿੰਦ ਰਾਏ ਆ ਕੇ ਦਰਵਾਜ਼ਾ ਖੜਕਾਇਆ, ਜਦੋਂ ਕੀਤਾ ਨਾ ਠੱਕ ਠੱਕ ਭੱਜ ਕੇ ਉੱਠੀ, ਕਿਉਂ ਜਦੋਂ ਬੰਦਾ ਕਿਸੇ ਡੂੰਘੀ ਸੋਚ 'ਚ ਡੁੱਗਿਆ ਪਿਆ ਹੋਵੇ ਭਾਵੇਂ ਊਈ ਖੜਕਾ ਹੋ ਜਾਵੇ ਡਰ ਜਾਂਦਾ ਨਾ, ਸਹਿਮਗੀ ਮਾਰੀ। ਜਦੋਂ ਭੱਜ ਕੇ ਦਰਵਾਜ਼ਾ ਖੋਲਿਆ ਸੁਰਤੀ ਗੁੰਬ ਗਈ, ਪਤਾ ਕਿਉਂ?
ਦਰਸ਼ਨ ਭੇਟ ਧਰੀ ਸਖੀ ਭੁੱਲ ਗਈ ਸੁੱਧ ਸਾਤ। ਸੋਚਿਆ ਹੀ ਨਹੀਂ ਸੀ ਵੀ ਮਹਾਰਾਜ ਹੋਣਗੇ। ਜਦੋਂ ਦਰਵਾਜ਼ਾ ਖੋਲ੍ਹ ਕੇ ਦੇਖਿਆ ਫਿਰ ਪਤਾ ਲੱਗਿਆ, ਖੜਾ ਹੈ ਦੁਆਰੇ ਸਤਿਗੁਰ ਬੰਨਿਆ ਪ੍ਰੇਮ ਦਾ, ਖੜਾ ਹੈ ਦੁਆਰੇ ਰੱਬ ਬੰਨਿਆ ਪ੍ਰੇਮ ਦਾ, ਦੁਆਰੇ ਸਤਿਗੁਰ ਬੰਨਿਆ ਪ੍ਰੇਮ ਦਾ, ਖੜਾ ਹੈ ਦੁਆਰੇ ਰੱਬ ਬੰਨਿਆ ਪ੍ਰੇਮ ਦਾ, ਖੜਾ ਹੈ ਦੁਆਰੇ ਸਤਿਗੁਰ 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 ਬੰਨਿਆ ਪ੍ਰੇਮ ਦਾ, ਰੱਬ ਵਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾ ਕੇ ਡੋਰੀਆਂ। ਮੇਰੇ ਸਤਿਗੁਰ ਨੇ ਆ ਕੇ ਦਰਵਾਜ਼ਾ ਖੜਕਾਤਾ। ਇੱਥੋਂ ਹੁਣ ਆ ਗੱਲ ਪੱਲੇ ਬੰਨ ਲਿਓ, ਜਦੋਂ ਤਾਂ ਬੱਚੇ ਸੀ ਉਹ ਤਾਂ ਮੰਨਿਆ ਵੀ ਸੁਰਤ ਨਹੀਂ ਸੀ, ਪਰ ਜਿੱਦੇ ਤੋਂ ਸਮਝ ਆ ਜੇ ਨਾ ਸੁਰਤ ਆ ਜੇ, ਉਦੋਂ ਤੋਂ ਭਾਈ ਗੁਰੂ ਨੂੰ ਜ਼ਰੂਰ ਯਾਦ ਕਰਿਆ ਕਰੋ, ਅਰਦਾਸ ਕਰਿਆ ਕਰੋ, ਮਾਲਕਾ ਸਾਨੂੰ ਵੀ ਆਪਣੇ ਬਣਾ ਲੈ। ਕੱਲ੍ਹ ਵੀ ਬੇਨਤੀ ਕੀਤੀ ਸੀ, ਜਿਉਂਦੇ ਜਿਉਂਦੇ ਗੁਰੂ ਵਾਲੇ ਜ਼ਰੂਰ ਬਣੋ ਭਾਈ, ਕਿਉਂਕਿ ਆਪਣੀ ਇਹ ਮਰਿਆਦਾ ਹੈ। ਹੁਣ ਮਾਈ ਯਾਦ ਕਰਦੀ ਸੀ, ਸਤਿਗੁਰ ਗਏ, ਭੱਜ ਕੇ ਚਰਨਾਂ 'ਤੇ ਮੱਥਾ ਟੇਕ ਕੇ ਨਾ ਰੋਣ ਹੀ ਲੱਗ ਗਈ। ਮਹਾਰਾਜ ਕਹਿੰਦੇ, ਮਾਂ ਤੈਨੂੰ ਮੈਂ ਆਪਣੇ ਚਰਨੀ ਨਹੀਂ ਚੁਕਾਉਣਾ। ਉਹਨੇ ਵੀ ਐਂ ਜਿਵੇਂ ਮਾਂ ਪੁੱਤ ਮਿਲਦੇ ਹੈ ਨਾ, ਖੁਸ਼ੀ ਦੇ ਹੰਝੂ ਨੇਤਰਾਂ 'ਚ ਬੜਾ ਪਿਆਰ ਕੀਤਾ। ਸਤਿਗੁਰ ਸੰਗਤ ਸਮੇਤ ਆ ਕੇ ਸੱਜ ਗਏ ਘਰ ਵਿੱਚ, ਅਤੇ ਬੈਠੇ ਬੈਠੇ ਕਹਿੰਦੇ, ਮਾਂ ਭੁੱਖ ਲੱਗੀ ਆ, ਸਵੇਰ ਦੇ ਚੱਲੇ ਹਾਂ, ਕੁਛ ਛਕਣਾ ਛਕਾਓ। ਅਤੇ ਜਿਹੜੀ ਮਾਤਾ ਇਹ ਜਮੁਨਾ ਦੇਵੀ ਸੀ, ਮਾਈ ਪ੍ਰਧਾਨੀ, ਇਹ ਕਹਿੰਦੀ, ਸੱਚੇ ਪਾਤਸ਼ਾਹ ਮੈਂ ਹਾਂ ਗਰੀਬ, ਆ ਛਟਾਂਕ ਚੌਲ ਹਾਂਡੀ 'ਚ ਪਾ ਕੇ ਉੱਬਲਨੇ ਧਰੇ ਪਏ ਹੈ, ਮੈਥੋਂ ਇਹੀ ਸਰਦਾ। ਸਤਿਗੁਰ ਕਹਿੰਦੇ, ਮਾਂ ਚਿੰਤਾ ਨਾ ਕਰ, ਜਿਹੜੇ ਮੇਰੇ ਨਾਲ ਆਏ ਆ ਇਹ ਵੀ ਸਬਰ ਸੰਤੋਖ ਵਾਲੇ ਹੈ, ਆਪਣੇ ਵਾਲਾ ਕੰਮ ਨਹੀਂ ਸੀ ਵੀ ਜੇ ਕਿਸੇ ਦੇ ਚਲੇ ਜਾਈਏ ਨਾ, ਕਈ ਉਹ ਚੀਜ਼ ਜਾਣ ਜਾਣ ਮੰਗਣਗੇ ਜਿਹੜੀ ਅਗਲੇ ਦੇ ਨਾ ਹੋਵੇ, ਕਿਉਂ ਨੀਵਾਂ ਜੋ ਦਿਖਾਉਣਾ। ਸੱਚ ਕਰਕੇ ਜਾਣਿਓ, ਦੂਜੇ ਨੂੰ ਨੀਵਾਂ ਦਿਖਾ ਕੇ ਆਪਾਂ ਉੱਚੇ ਨਹੀਂ ਹੋ ਸਕਦੇ। ਅਸਲ ਵਿੱਚ ਵੱਡਾ ਉਹ ਹੈ, ਮਹਾਨ ਉਹ ਹੈ ਜਿਹੜਾ ਆਪਣੇ ਨਾਲ ਦੇ ਨੂੰ ਨੀਵਾਂ ਨਾ ਦਿਖਣ ਦੇਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹੀ ਕੁਛ ਗੁਰੂਆਂ ਨੇ ਕੀਤਾ, ਜਿਨ੍ਹਾਂ ਨੂੰ ਦੁਨੀਆ ਮਾੜਾ ਸਮਝਦੀ ਸੀ ਮਹਾਰਾਜ ਨੇ ਉਹਨਾਂ ਨੂੰ ਵੀ ਆਪਣੇ ਵਰਗੇ ਬਣਾਤਾ ਗੁਰੂ। ਨਹੀਂ ਇੱਥੇ ਕਿਤੇ ਕੌਡੇ ਰਾਕਸ਼ ਦੀ ਕਦਰ ਪੈਣੀ ਸੀ, ਸੱਜਣ ਠੱਗ ਦੀ ਕਦਰ ਪੈਣੀ ਸੀ,
ਭੂਮੀਏ ਚੋਰ ਦੀ ਕੋਈ ਕਦਰ ਪੈਣੀ ਸੀ ਗੁਰਮੁਖੋ? ਹਿੰਦੂਆਂ ਦੇ ਮੰਦਰ ਨਹੀਂ ਸੀ ਹੋਣੇ ਜੇ ਗੁਰੂ ਤੇਗ ਬਹਾਦਰ ਸਾਹਿਬ ਕੁਰਬਾਨੀ ਨਾ ਕਰਦੇ। ਗੁਰਮੁਖ ਜਿਨ੍ਹਾਂ ਨੂੰ ਦੁਨੀਆ ਮਾਰਦੀ ਰਹੀ ਮੇਰੇ ਸਤਿਗੁਰ ਨੇ ਉਹਨਾਂ ਨੂੰ ਬਚਾਇਆ ਹੈ, ਅਮਰ ਕਰਤਾ ਸਦਾ ਵਾਸਤੇ। ਹੁਣ ਮਾਈ ਕਹਿੰਦੀ ਸੱਚੇ ਪਾਤਸ਼ਾਹ ਆ ਹਾਂਡੀ ਵਿੱਚ ਚੌਲ ਉੱਬਲਨੇ ਧਰੇ ਪਏ ਆ, ਸਤਿਗੁਰ ਕਹਿੰਦੇ ਇਹੀ ਲਿਆਓ। ਫਿਰ ਮਾਮਾ ਕਿਰਪਾਲ ਚੰਦ ਜੀ ਹਾਂਡੀ ਚੱਕ ਲਿਆਏ। ਮੇਰੇ ਸਤਿਗੁਰ ਨੇ ਮਿਹਰ ਦੀ ਨਜ਼ਰ ਪਾਈ, ਅਰਦਾਸ ਕੀਤੀ, ਜਾਚਕ ਮੰਗੈ ਦਾਨ ਦੇ ਪਿਆਰਿਆ, ਦੇਵਨਹਾਰ ਦਾਤਾਰ ਮੈਂ ਨਿੱਤ ਚਿਤਾਰਿਆ। ਨਿਖੁੱਟ ਨਾ ਜਾਈ ਮੂਲ ਅਤੁੱਲ ਭੰਡਾਰਿਆ, ਨਾਨਕ ਸ਼ਬਦ ਅਪਾਰ ਤਿੰਨ ਸਭ ਕੁਛ ਸਾਰਿਆ। ਪੜ੍ਹ ਕੇ ਬਚਨ ਮਾਮਾ ਕਿਰਪਾਲ ਚੰਦ ਜੀ ਨੂੰ ਕਹਿੰਦੇ ਪੜਦਾ ਨਾ ਚੱਕੋ ਬਰਤਾਈ ਚੱਲੋ। ਇੱਕ ਛਟਾਂਕ ਚੌਲ ਸੀ ਹਾਂਡੀ 'ਚ, ਨਾਲੇ ਤਾਂ ਮਾਈ ਨੇ ਛਕੇ, ਨਾਲੇ ਗੁਰੂ ਸਾਹਿਬ ਨੇ ਛਕੇ, ਜਿੰਨੇ ਸਤਿਗੁਰ ਦੇ ਨਾਲ ਸੀ ਉਹਨਾਂ ਨੇ ਵੀ ਛਕ ਲਏ, ਪਰ ਹਾਂਡੀ 'ਚੋਂ ਚੌਲ ਨਹੀਂ ਮੁੱਕੇ, ਉਹਨੇ ਹੀ ਫੇਰ ਪਏ। ਗੁਰਮੁਖੋ ਆਖੋ ਸਤਨਾਮ, ਵਾਹਿਗੁਰੂ, ਉਹਨੇ ਹੀ ਪਏ। ਗੁਰਮੁਖੋ ਉੱਥੇ ਗੁਰਦੁਆਰਾ ਬਣਿਆ, ਗੁਰਦੁਆਰਾ ਹਾਂਡੀ ਸਾਹਿਬ, ਆਖੋ ਸਤਨਾਮ, ਵਾਹਿਗੁਰੂ। ਅੱਜ ਵੀ ਉਹ ਥਾਂ ਨੂੰ ਨਮਸਕਾਰਾਂ ਹੁੰਦੀਆਂ। ਗੁਰੂ ਮਹਾਰਾਜ ਇੱਥੇ ਜਾ ਕੇ ਰੁਕੇ ਸੀ ਨਾ ਖੜੇ, ਉਹ ਚਰਨਾਂ ਦਾ ਨਿਸ਼ਾਨ ਵੀ ਉਵੇਂ ਉਹਨਾਂ ਨੇ ਨਿਸ਼ਾਨੀ ਵਜੋਂ ਬਣਾ ਕੇ ਰੱਖਿਆ ਹੋਇਆ। ਐਂ ਜਮਨਾ ਦੇ ਕਿਨਾਰੇ ਉਹ ਵੀ ਅਸਥਾਨ ਹੈ। ਇਸ ਤਰ੍ਹਾਂ ਦੀਆਂ ਖੇਡਾਂ ਵਰਤਾਉਂਦੇ ਹੋਏ ਮੇਰੇ ਸਤਿਗੁਰ ਫਿਰ ਪਟਨੇ ਦੀ ਜੂ ਟੱਪੇ, ਆਖੋ ਸਤਨਾਮ। ਪਟਨੇ ਤੋਂ ਚੱਲ ਕੇ ਭਾਈ ਅਨੰਦਪੁਰ ਸਾਹਿਬ ਪਹੁੰਚਣਾ ਸੀ, ਤੇ ਰਸਤੇ ਵਿੱਚ ਕਈ ਥਾਵਾਂ ਤੇ ਚਰਨ ਪਾਏ, ਮੂਹਰੇ ਮੂਹਰੇ ਗੁਰੂ ਸਾਹਿਬ, ਮੰਗਰ ਮੰਗਰ ਸਾਰੀ ਸੰਗਤ, ਲਖਨੌਰ ਵੀ ਚਰਨ ਪਾਏ, ਜਿਹਨੂੰ ਲਖਨੌਰ ਸਾਹਿਬ ਆਖਿਆ ਜਾਂਦਾ ਹੈ। ਉੱਥੇ ਮੇਰੇ ਸਤਿਗੁਰ ਦੀ ਯਾਦ ਵਿੱਚ ਮਫਰੀ ਪਲੰਘ ਵੀ ਪਿਆ, ਇੱਕ ਸੋਹਣਾ ਪਲੰਘ ਜਿੱਥੇ ਸਤਿਗੁਰ ਬਰਾਜੇ। ਉਦੋਂ ਪਹਿਲਾਂ ਵੀ ਦੌੜਾ ਖੇੜਾ, ਕਾਈ, ਅਯੁੱਧਿਆ, ਬ੍ਰਹਮ ਕੁੰਡ, ਮਥੁਰਾ ਅਤੇ ਹਰਿਦੁਆਰ ਵੀ ਗਏ ਸੱਚੇ ਸਤਿਗੁਰ। ਪਟਨੇ ਤੋਂ ਚੱਲ ਕੇ ਕਈ ਥਾਵਾਂ 'ਤੇ ਰੁਕਦੇ ਰੁਕਦੇ ਆਏ ਨੇ, ਈਸੋਪੁਰ, ਸੂਰਜਕੰਡ, ਰਾਜਘਾਟ, ਦਰਾਜਪੁਰ, ਜਗਾਧਰੀ ਲਾਗੇ ਵੀ ਚਰਨ ਪਾਏ, ਤੇਦੇਵਾਲ, ਥੜਾ ਸਾਹਿਬ ਬੀਟੇ, ਮੰਜੀ ਸਾਹਿਬ ਮੌੜੇ, ਮੇਰੇ ਸਤਿਗੁਰ ਨੇ ਚਰਨ ਪਾਏ। ਫਿਰ ਆ ਗਏ ਅੰਬਾਲੇ ਤੋਂ, ਚਾਰ ਕੋ ਦੂਰ ਪੈਂਦਾ ਲਖਨੌਰ ਸਾਹਿਬ। ਗੁਰਮੁਖ ਇਹ ਜਿਹੜਾ ਲਖਨੌਰ ਸਾਹਿਬ ਹੈ ਨਾ, ਇਹਦੇ ਬਾਰੇ ਜ਼ਰੂਰ ਤੁਹਾਨੂੰ ਦੱਸਾਂਗੇ, ਕਿਉਂਕਿ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਨਕਾ ਪਿੰਡ ਸੀ। ਵੈਸੇ ਤਾਂ ਜਿਹੜੀ ਮਾਤਾ ਗੁਜਰ ਕੌਰ ਹੈ ਨਾ, ਇਹ ਪਰਿਵਾਰ ਰਹਿੰਦਾ ਸੀ ਗੁਰਮੁਖ ਪਿਆਰਿਓ ਲਖਨੌਰ ਸਾਹਿਬ ਪਹਿਲਾਂ, ਪਰ ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਨੇ ਜਲੰਧਰ ਜ਼ਿਲ੍ਹੇ 'ਚ ਇੱਕ ਨਗਰ ਵਸਾਇਆ ਸੀ ਕਰਤਾਰਪੁਰ ਸਾਹਿਬ। ਪਰਿਵਾਰ ਜਾ ਕੇ ਉੱਥੇ ਰਹਿਣ ਲੱਗ ਗਿਆ, ਗੁਰੂ ਘਰ ਦਾ ਸ਼ਰਧਾਲੂ ਸੀ।
ਉੱਥੇ ਹੀ ਮਾਤਾ ਗੁਜਰ ਕੌਰ ਜੀ ਦਾ ਵਿਆਹ ਗੁਰੂ ਤੇਗ ਬਹਾਦਰ ਸਾਹਿਬ ਨਾਲ ਹੋਇਆ ਸੀ ਕਰਤਾਰਪੁਰ ਤੋਂ। ਪਰ ਅਸਲ ਵਿੱਚ ਇਹਨਾਂ ਦਾ ਪੇਕਾ ਪਿੰਡ ਜਿਹੜਾ ਸੀ ਉਹ ਲਖਨੌਰ ਸਾਹਿਬ ਹੀ ਮੰਨਿਆ ਜਾਂਦਾ ਹੈ ਮਾਤਾ ਗੁਜਰ ਕੌਰ ਜੀ ਦਾ। ਜਦੋਂ ਮਾਤਾ ਗੁਜਰ ਕੌਰ ਜੀ ਦੀ ਸ਼ਾਦੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਹੋ ਗਈ ਅਤੇ ਮਾਤਾ ਗੁਜਰ ਕੌਰ ਜੀ ਦੇ ਭਰਾ ਕਿਰਪਾਲ ਚੰਦ ਉਹ ਵੀ ਨਾਲ ਹੀ ਗੁਰੂ ਪਰਿਵਾਰ ਦੇ ਸੇਵਾ ਕਰਨ ਚਲੇ ਗਏ ਅਤੇ ਮਗਰ ਮਾਤਾ ਗੁਜਰ ਕੌਰ ਜੀ ਦੇ ਮਾਤਾ ਪਿਤਾ ਰਹਿ ਗਏ ਲਾਲ ਚੰਦ ਅਤੇ ਮਾਤਾ ਬਿਸ਼ਨ ਕੌਰ। ਇਹ ਫਿਰ ਵਾਪਸ ਆ ਗਏ ਸੀ ਲਖਨੌਰ ਆਪਣੇ ਪੁਰਾਣੇ ਨਗਰ, ਕਿਉਂਕਿ ਇੱਥੇ ਮਾਤਾ ਗੁਜਰ ਕੌਰ ਜੀ ਦਾ ਭਰਾ ਮੇਹਰ ਚੰਦ ਰਹਿੰਦਾ ਸੀ। ਦੋ ਭਰਾ ਸੀ ਮਾਤਾ ਗੁਜਰ ਕੌਰ ਜੀ ਦੇ, ਕਿਰਪਾਲ ਚੰਦ ਅਤੇ ਮੇਹਰ ਚੰਦ, ਉਹ ਇੱਥੇ ਰਹਿੰਦਾ ਸੀ। ਫਿਰ ਮਾਤਾ ਪਿਤਾ ਆ ਗਏ ਮਾਤਾ ਗੁਜਰ ਕੌਰ ਜੀ ਦੇ ਇੱਥੇ ਲਖਨੌਰ ਸਾਹਿਬ, ਅਤੇ ਜਦੋਂ ਪਟਨੇ ਸਾਹਿਬ ਤੋਂ ਚੱਲ ਕੇ ਪਰਿਵਾਰ ਅਨੰਦਪੁਰ ਸਾਹਿਬ ਆ ਰਿਹਾ ਸੀ ਉਦੋਂ ਫਿਰ ਲਖਨੌਰ ਸਾਹਿਬ ਆ ਕੇ 6 ਮਹੀਨੇ ਰੁਕੇ। ਆਖੋ ਸਤਨਾਮ, ਵਾਹਿਗੁਰੂ, ਕਿਉਂਕਿ ਵਾਰਿਸ ਦੀ ਰੁੱਤ ਸੀ ਗੁਰਮੁਖ, ਵਰਖਾ ਹੋ ਰਹੀ ਸੀ। ਉੱਥੇ ਵੀ ਮਰਦੋ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਹੋਇਆ, ਆਲੇ ਦੁਆਲੇ ਵੀ ਮੇਰੇ ਸਤਿਗੁਰ ਨੇ ਚਰਨ ਪਾਏ, ਰਾਣੋ, ਮਾਜਰਾ, ਸੂਲਰ, ਭਾਨੋ ਖੇੜੀ, ਨਨਹੇੜੀ, ਮੰਜੀ ਸਾਹਿਬ, ਨਸੀਬਲੀ, ਕਬੂਲਪੁਰ, ਰੁਪਾਲਪੁਰ, ਖੱਬਾ ਖੇੜੀ, ਫਿਰ ਅਨੰਦਪੁਰ ਸਾਹਿਬ ਆਏ ਸੀ। ਪਰ ਜਦੋਂ ਲਖਨੌਰ ਸਾਹਿਬ ਰਹਿ ਰਹੇ ਸੀ ਮਹਾਰਾਜ, ਇੱਥੇ ਮੇਰੇ ਸਤਿਗੁਰ ਨੇ ਖੱਦੋ ਖੁੰਡੀ ਖੇਡਣੀ, ਕਿਉਂ ਬੱਚੇ ਬੱਚੇ ਹੀ ਹੁੰਦੇ ਆ, 7-8 ਸਾਲ ਦੀ ਉਮਰ ਆ ਜਿਹੜੀ ਇਹ ਹੱਸਣ ਖੇਡਣ ਦੀ ਹੁੰਦੀ ਹੈ। ਆਖੋ ਸਤਨਾਮ, ਵਾਹਿਗੁਰੂ, ਮੇਰੇ ਪਾਤਸ਼ਾਹ ਨੇ ਆਪਣੇ ਸਾਥੀਆਂ ਦੇ ਨਾਲ ਖੱਦੋ ਖੁੰਡੀ ਖੇਡਣਾ ਗੁਰਮੁਖੋ। ਉੱਥੇ ਗੁਰਦੁਆਰਾ ਸਾਹਿਬ ਵੀ ਬਣਿਆ, ਗੁਰਦੁਆਰਾ ਗੇਂਦਸਰ ਸਾਹਿਬ, ਗੇਂਦ ਨਾਲ ਖੇਡਦੇ ਮਹਾਰਾਜ। ਇੱਥੇ ਵੀ ਬੱਚਿਆਂ ਦੀਆਂ ਟੋਲੀਆਂ ਬਣਾ ਲੈਣੀਆਂ, ਆਪਸ ਵਿੱਚ ਉਹਨਾਂ ਨੂੰ ਲੜਾਉਣਾ ਅਤੇ ਨਕਲੀ ਲੜਾਈਆਂ ਕਰਾਉਂਦੇ ਹੋ, ਭਾਵ ਜੰਗਾਂ ਯੁੱਧਾਂ ਦੀ ਤਿਆਰੀ ਪਹਿਲਾਂ ਤੋਂ ਹੀ ਸ਼ੁਰੂ ਹੋਈ ਵੀ ਸੀ। ਅਤੇ ਪਾਣੀ ਖਾਰਾ ਸੀ, ਪੀਣ ਯੋਗ ਪਾਣੀ ਨਹੀਂ ਸੀ। ਮਾਤਾ ਗੁਜਰ ਕੌਰ ਜੀ ਨੂੰ ਸੰਗਤਾਂ ਨੇ ਬੇਨਤੀ ਕੀਤੀ ਅਤੇ ਮਾਤਾ ਜੀ ਨੇ ਸੰਗਤ ਦੇ ਕਹਿਣ 'ਤੇ ਉੱਥੇ ਖੂਹ ਲਗਵਾਇਆ ਜਿਹਦੇ ਵਿੱਚੋਂ ਮਿੱਠਾ ਪਾਣੀ ਨਿਕਲਿਆ। ਆਖੋ ਸਤਨਾਮ, ਵਾਹਿਗੁਰੂ, ਕਿਤੇ ਜਾਓ ਲਖਨੌਰ ਸਾਹਿਬ ਦਰਸ਼ਨ ਕਰਿਓ, ਅੰਬਾਲੇ ਤੋਂ ਨੇੜੇ ਹੀ ਪੈਂਦਾ 4 ਕੁ ਮੀਲ, ਉੱਥੇ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਪਈਆਂ, 2 ਤੀਰ, 1 ਜਮਦਾੜ, 1 ਕਟਾਰ, 1 ਛੋਟੀ ਢਾਲ ਪਈ ਹੈ ਗੁਰੂ ਜਿਹੜੀ ਮਹਾਰਾਜ ਬਚਪਨ ਵਿੱਚ ਵਰਤਦੇ ਹੁੰਦੇ, 1 ਹੱਥ ਲਿਖਤ ਹੁਕਮਨਾਮਾ ਸਾਹਿਬ ਵੀ ਪਿਆ ਅਤੇ ਮਾਤਾ ਗੁਜਰ ਕੌਰ ਜੀ ਦੀਆਂ 2 ਪ੍ਰਾਂਤਾਂ ਪਈਆਂ ਜਿਨ੍ਹਾਂ ਦੇ ਵਿੱਚ ਆਟਾ ਗੁੰਨਦੇ ਹੁੰਦੇ ਖਾਣਾ ਬਣਾਉਣ ਵੇਲੇ। ਅਤੇ ਗੁਰੂ ਸਾਹਿਬ ਜਿਸ ਪਲੰਘ ਦੇ ਉੱਤੇ ਬਿਰਾਜਦੇ ਉਹ ਬੜਾ ਸੋਹਣਾ ਮਾਫਰੀ ਪਲੰਘ ਵੀ ਉੱਥੇ ਪਿਆ ਹੋਇਆ। ਇੱਥੇ ਵੀ ਮਹਾਰਾਜ ਨੇ ਬੱਚਿਆਂ ਨੂੰ ਕਹਿਣਾ ਵੀ ਆਓ ਭੱਜੋ ਮੇਰੇ ਨਾਲ, ਇਕੱਠੇ ਹੋ ਕੇ ਬੱਚੇ ਦੌੜਦੇ ਅਤੇ ਮੇਰੇ ਸਤਿਗੁਰ ਸਾਰਿਆਂ ਤੋਂ ਮੂਹਰੇ ਲੰਘ ਜਾਂਦੇ। ਆਖੋ ਸਤਨਾਮ, ਐਂ ਖੇਡਾਂ ਵਰਤਾਉਂਦਿਆਂ ਪਤਾ ਹੀ ਨਹੀਂ ਲੱਗਿਆ ਗੁਰਮੁਖੋ ਕਦੋਂ 6 ਮਹੀਨੇ ਲੰਘ ਗਏ। ਫੇਰ ਗਏ ਸੀ ਅਨੰਦਪੁਰ ਸਾਹਿਬ। ਆਖੋ ਸਤਨਾਮ, ਵਾਹਿਗੁਰੂ,
ਭਾਣੋ ਖੇੜੀ ਹੈ ਗੁਰਦੁਆਰਾ ਗੇਂਦ ਸਰ, ਜਿੱਥੇ ਮਹਾਰਾਜ ਗੇਂਦ ਮਾਰਦੇ ਚਲਾ ਕੇ ਇੰਨੀ ਇੰਨੀ ਦੂਰ ਜਾਂਦੀ ਸੀ। ਜਦੋਂ ਆਨੰਦਪੁਰ ਸਾਹਿਬ ਪਹੁੰਚੇ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੇ ਨਾਲ ਮਿਲਾਪ ਹੋਇਆ। ਸਾਰੇ ਪਰਿਵਾਰ ਨੂੰ ਇੱਥੇ ਸਿਰਫ ਡੇਢ ਕੁ ਸਾਲ ਇਕੱਠੇ ਰਹਿਣ ਦਾ ਸਮਾਂ ਮਿਲਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂਕਿ 7 ਸਾਲ ਪਟਨਾ ਸਾਹਿਬ ਲਾਏ, ਕੁਛ ਸਮਾਂ ਫਿਰ ਨਾਨਕੇ ਘਰ ਲੰਘਿਆ ਅਤੇ ਐਂ ਖੇਡਾਂ ਵਰਤਾਉਂਦਿਆਂ ਵਰਤਾਉਂਦਿਆਂ ਮਹਾਰਾਜ ਦੀ ਉਮਰ 7.5-8 ਸਾਲ ਦੇ ਲਾਗੇ ਆ ਗਈ ਜਦੋਂ ਅਨੰਦਪੁਰ ਸਾਹਿਬ ਆਏ ਸੀ। ਇੱਥੇ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਯੋਗ ਵਿੱਦਿਆ ਪੜ੍ਹਾਈ। ਫਾਰਸੀ ਪੜ੍ਹਨ ਵਾਸਤੇ ਸਲੋਹ ਪਿੰਡ ਤੋਂ ਕਾਜੀ ਪੀਰ ਮੁਹੰਮਦ ਨੂੰ ਸੱਦਿਆ, ਉਹਨੇ ਫਾਰਸੀ ਪੜ੍ਹਾਈ, ਗੁਰਮੁਖੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਪੜ੍ਹਾਈ। ਆਖੋ ਸਤਨਾਮ ਵਾਹਿਗੁਰੂ। ਇਸ ਤਰ੍ਹਾਂ ਸੱਚੇ ਪਾਤਸ਼ਾਹ ਸਮਝਾਉਂਦੇ ਰਹੇ, ਪਤਾ ਹੀ ਨਹੀਂ ਲੱਗਿਆ 1.5 ਸਾਲ ਕਦੋਂ ਲੰਘ ਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਆਪ ਲਿਖਦੇ ਨੇ, ਕਹਿੰਦੇ ਮੇਰੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਮੈਨੂੰ ਸਿੱਖਿਆ ਦੇਣੀ, ਪਤਾ ਕਿਹੜੀ, ਕਿ ਬੇਟਾ ਵੱਡੇ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਉਹ ਪਹੁੰਚੇ ਸੀ ਰਾਜੇ ਸ਼ਿਵਨਾਭ ਕੋਲੇ, ਉਹਨੇ ਗੁਰੂ ਨਾਨਕ ਨੂੰ ਪਰਖਣ ਵਾਸਤੇ ਕਈ ਤਰ੍ਹਾਂ ਦੇ ਨਾਚ ਗਾਰੇ ਕਰਾਏ, ਨੱਚਣ ਗਾਉਣ ਵਾਲੀਆਂ ਭੇਜੀਆਂ ਵੀ, ਦੇਖੋ ਇਹਨਾਂ ਦਾ ਮਨ ਡੋਲਦਾ ਜਾਂ ਨਹੀਂ। ਪਰ ਆਪਣੀ ਪਰੰਪਰਾ ਉਹ ਹੈ ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣੈ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ। ਇਹ ਗੁਰੂ ਤੇਗ ਬਹਾਦਰ ਨੇ ਸਿੱਖਿਆ ਦਿੱਤੀ ਸੀ, ਬਸ ਇੱਥੋਂ ਬਚਿਆ ਰਹੀ। ਸ਼ੁੱਧ ਜੰਬ ਤੇ ਹਮ ਲਈ ਬਚਨ ਗੁਰ ਦਏ ਹਮਾਰੇ, ਪੜ੍ਹੋ ਮਹਾਰਾਜ ਦੀ ਬਾਣੀ। ਆਪਾਂ ਤਾਂ ਦਸਮ ਗ੍ਰੰਥ ਦਾ ਵਿਰੋਧ ਹੀ ਕਰਨ ਜੋਗੇ ਹਾਂ, ਪਰ ਜਿਵੇਂ ਜਿਵੇਂ ਸਤਿਗੁਰ ਨਾਲ ਹੋਇਆ, ਮੇਰੇ ਸਤਿਗੁਰ ਨੇ ਦਸਮ ਵਿੱਚ ਸਾਰਾ ਕੁਛ ਲਿਖਿਆ। ਆਖੋ ਸਤਨਾਮ ਵਾਹਿਗੁਰੂ। ਕਥਾ ਬਾਕੀਆਂ ਦੀ ਵੀ ਲਿਖੀ ਵੀ ਆਹ ਰਾਜੇ ਨਾਲ ਇੱਦਾਂ ਹੋਇਆ, ਉਹਦੇ ਨਤੀਜੇ ਆਹ ਨਿਕਲੇ, ਉਹ ਕੁਛ ਵੀ ਹੈਗਾ। ਕਥਾ ਦੇਵੀ ਦੇਵਤਿਆਂ ਦੀ ਵੀ ਲਿਖੀ ਵੀ ਇਹਨੇ ਆਹ ਕੀਤਾ, ਇਹਦੀ ਆਹ ਕਦਰ ਪਈ। 24 ਅਵਤਾਰਾਂ ਦੀ ਕਥਾ ਲਿਖ ਕੇ ਫਿਰ ਕਿਹਾ ਸੀ ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧਤ ਜਿਹ ਵਿਧ ਮੋਹੇ ਆਨੋ। ਉਹ ਸਾਰੀ ਕਥਾ ਫਿਰ ਆਪ ਲਿਖੀ ਆਪਣੀ। ਦਸਮ ਦਰਬਾਰ ਵਿੱਚ ਇਹ ਵੀ ਦੱਸਿਆ ਕਿ ਗੁਰੂ ਤੇਗ ਬਹਾਦਰ ਜੀ ਨੇ ਮੈਨੂੰ ਸਿਖਾਇਆ ਇਹਨਾਂ ਕੰਮਾਂ ਤੋਂ ਬਚਣਾ, ਆਹ ਕੰਮ ਵੱਧ ਚੜ੍ਹ ਕੇ ਕਰਨੇ। ਇੱਥੇ ਘੋੜ ਸਵਾਰੀ ਵੀ ਸਿੱਖੀ, ਤਲਵਾਰਬਾਜ਼ੀ ਤੀਰ ਅੰਦਾਜ਼ੀ ਤਿਆਰੀ ਪਹਿਲਾਂ ਵੀ ਚੱਲਦੀ ਸੀ, ਗੁਰੂ ਤੇਗ ਬਹਾਦਰ ਜੀ ਨੇ ਵੀ ਸਿਖਾਇਆ। ਕਿਉਂਕਿ ਗੁਰੂ ਤੇਗ ਬਹਾਦਰ ਸਨ ਨਾ ਜਿਹੜੇ 9ਵੇਂ ਪਾਤਸ਼ਾਹ, ਇਹਨਾਂ ਦਾ ਅਸਲ ਵਿੱਚ ਤਾਂ ਨਾਂ ਸੀ ਤਿਆਗ ਮੱਲ, ਪਹਿਲਾਂ ਬਚਪਨ ਦਾ। 6ਵੇਂ ਪਾਤਸ਼ਾਹ ਦੇ ਸਪੁੱਤਰ ਸਨ 9ਵੇਂ ਸਤਿਗੁਰੂ ਤੇਗ ਬਹਾਦਰ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਯੁੱਧ ਕੀਤਾ ਸੀ ਕਰਤਾਰਪੁਰ ਸਾਹਿਬ ਜਲੰਧਰ ਜ਼ਿਲ੍ਹੇ 'ਚ, ਉਦੋਂ ਗੁਰੂ ਤੇਗ ਬਹਾਦਰ ਜੀ ਗੁਰੂ ਨਹੀਂ ਸੀ ਹਜੇ ਬਣੇ। ਇਹਨਾਂ ਨੇ ਵੀ ਮੈਦਾਨੇ ਜੰਗ ਵਿੱਚ ਤਲਵਾਰ ਚਲਾਈ ਬਹੁਤ ਜ਼ੋਰ ਨਾਲ। ਉਦੋਂ 6ਵੇਂ ਪਾਤਸ਼ਾਹ ਨੇ ਕਿਹਾ ਸੀ
ਕਿ ਮੇਰਾ ਤਿਆਗ ਮੱਲ ਤੇਗ ਬਹਾਦਰ ਵੀ ਹੈ। ਇਹ ਤੇਗ ਦਾ ਧਨੀ, ਉੱਥੋਂ ਨਾਂ ਪਿਆ ਸੀ ਤੇਗ ਬਹਾਦਰ, ਅਤੇ ਤੇਗ ਦੇ ਧਨੀ ਸਨ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਾਰੇ ਤਰ੍ਹਾਂ ਦੇ ਸ਼ਸਤਰ ਸਿਖਾਏ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਉਮਰ ਹੋਈ 9 ਸਾਲ ਦੀ, ਤਾਂ ਉਦੋਂ ਨੂੰ ਆ ਜਿਹੜਾ ਆਪਣਾ ਹਿੰਦੁਸਤਾਨ ਹੈ ਨਾ, ਇਹਦੇ ਉੱਤੇ ਜ਼ੁਲਮ ਹੋਣ ਲੱਗ ਗਿਆ। ਗੁਰੂ ਜ਼ੁਲਮ ਕਾਹਦਾ? ਉਦੋਂ ਔਰੰਗਜ਼ੇਬ ਦਿੱਲੀ ਦਾ ਮਾਲਕ ਸੀ, ਐਂ ਕਹਿ ਲਓ ਵੀ ਪ੍ਰਧਾਨ ਮੰਤਰੀ ਜਿਵੇਂ ਹੋਣਾ ਹੈ ਨਾ, ਜਿਹੜਾ ਵੀ ਹੁਕਮ ਲਾਗੂ ਕਰਦੇ, ਚੰਗਾ ਕਰਦੇ ਮਾੜਾ ਕਰਦੇ ਮੰਨਣਾ ਪੈਂਦਾ। ਉਹਨੇ ਕਿਹੜਾ ਦੇਖਣਾ, ਹੁਣ ਵਾਲੇ ਕਿਹੜਾ ਦੇਖਦੇ ਆ ਵੀ ਜਨਤਾ ਸੁਖੀ ਹੈ ਜਾਂ ਦੁਖੀ ਹੈ, ਹੁਕਮ ਹੀ ਚਲਾਈ ਜਾਣੇ ਆ ਪਿਆਰਿਓ। ਉਦੋਂ ਵੀ ਔਰੰਗਜ਼ੇਬ ਮੁਗਲ ਬਾਦਸ਼ਾਹ ਸੀ, ਮੁਸਲਮਾਨ। ਇਹਨੇ ਜਦੋਂ ਹੀ ਤਖ਼ਤ ਸੰਭਾਲਿਆ ਉਦੋਂ ਤੋਂ ਹੀ ਜ਼ੁਲਮ ਸ਼ੁਰੂ ਕੀਤਾ ਸੀ। ਸਭ ਤੋਂ ਪਹਿਲਾਂ ਤਾਂ ਆਪਣੇ ਬਾਪ ਨੂੰ ਕੈਦ ਕੀਤਾ ਸੀ। ਸ਼ਾਹਜਹਾਨ ਦੀ ਬੇਗਮ ਸੀ ਮੁਮਤਾਜ਼, ਉਹ ਸੋਹਣੀ ਬਹੁਤ ਸੀ, ਉਹਦੀ ਮੌਤ ਹੋ ਗਈ। ਉਹਦੀ ਯਾਦ ਵਿੱਚ ਸ਼ਾਹਜਹਾਨ ਨੇ ਤਾਜ ਮਹਿਲ ਬਣਾਇਆ ਸੀ, ਅਤੇ ਉਹ ਤਾਜ ਮਹਿਲ ਬਣਾਉਣ ਵੇਲੇ ਸਾਰਾ ਹੀ ਖਜ਼ਾਨਾ ਉਹ 'ਤੇ ਲਾਤਾ, ਪਰਜਾ ਭੁੱਖੀ 'ਤੇ ਹੀ ਮਰਨ ਲੱਗ ਗਈ। ਇਸੇ ਗੱਲ ਨੂੰ ਮੁੱਖ ਰੱਖ ਕੇ ਔਰੰਗਜ਼ੇਬ ਨੇ ਆਪ ਰਾਜਗੱਦੀ ਸਾਂਭ ਲਈ ਅਤੇ ਆਪਣੇ ਬਾਪ ਨੂੰ ਕੈਦ ਕਰ ਦਿੱਤਾ। ਇੱਥੋਂ ਤੱਕ ਹੁਕਮ ਕੀਤਾ ਸੀ ਵੀ ਇਹਨੂੰ ਅੱਧਾ ਪਿਆਲਾ ਪਾਣੀ ਦਾ ਦੇਣਾ, ਹੋਰ ਨਾ ਮਿਲੇ ਕੁਛ। ਅਤੇ ਸ਼ਾਹਜਹਾਨ ਹੋ ਗਿਆ ਕਮਜ਼ੋਰ। ਇੱਕ ਦਿਨ ਜਦੋਂ ਸੰਤਰੀ ਨੇ ਜੇਲ੍ਹ 'ਚ ਦਿੱਤਾ ਨਾ ਪਿਆਲਾ ਪਾਣੀ ਦਾ, ਕੁੱਜੇ 'ਚ ਪਾ ਕੇ ਹੱਥ ਕੰਬ ਗਏ ਅਤੇ ਉਹ ਲੋਟਾ ਡੁੱਲ ਗਿਆ ਪਾਣੀ ਵਾਲਾ। ਸੰਤਰੀ ਨੂੰ ਕਹਿੰਦਾ ਮੈਨੂੰ ਪਾਣੀ ਹੋਰ ਦੇ ਦੇ। ਸੰਤਰੀ ਕਹਿੰਦਾ ਵੀ ਮੈਂ ਨੌਕਰੀ ਤਾਂ ਤੇਰੀ ਵੀ ਕੀਤੀ ਹੈ, ਪਰ ਹੁਣ ਮੈਂ ਤੇਰੇ ਪੁੱਤਰ ਔਰੰਗਜ਼ੇਬ ਦਾ ਨੌਕਰ ਹਾਂ। ਤੇਰੇ ਪੁੱਤ ਦਾ ਹੁਕਮ ਹੈ ਵੀ ਜੇ ਇਹਨੂੰ ਅੱਧੇ ਪਿਆਲੇ ਤੋਂ ਵੱਧ ਪਾਣੀ ਦੇ ਤਾ ਮੈਂ ਉਹਨੂੰ ਜਿਉਂਦਾ ਨਹੀਂ ਛੱਡਣਾ, ਮੈਂ ਤੇਰੇ ਪਿੱਛੇ ਥੋੜ੍ਹੀ ਮਰਨਾ। ਉਹ ਸ਼ਾਹਜਹਾਨ ਕਹਿੰਦਾ ਚੰਗਾ ਫਿਰ ਐਂ ਕਰ, ਜੇ ਮੈਨੂੰ ਪਾਣੀ ਨਹੀਂ ਦੇ ਸਕਦਾ ਤਾਂ ਇੱਕ ਕਾਗਜ਼ ਲਿਆ, ਕਲਮ ਦਵਾਤ ਲਿਆ, ਮੈਂ ਆਪਣੇ ਪੁੱਤ ਨੂੰ ਚਿੱਠੀ ਲਿਖਣੀ ਹੈ। ਅਰਬੀ ਵਿੱਚ ਲਿਖੀ ਸੀ, ਬਾਬਾਏ ਮਰਦ ਬਹਾਦਰ ਮੱਧੀ ਰੋਜ਼ ਹਮ ਲਕਸ਼ ਬਾਰ ਬੂਦਮ। ਇਹ ਤੁਹਾਨੂੰ ਸਮਝ ਤਾਂ ਨਹੀਂ ਆਉਣੀ ਪਰ ਆਪਣੀ ਬੋਲੀ 'ਚ ਸਮਝ ਲਿਓ। ਇਹਦਾ ਭਾਵ ਇਹ ਸੀ, ਬਾਬਾਏ ਮੱਦ ਬਹਾਦਰ, ਐ ਮੇਰੇ ਬਹਾਦਰ ਪੁੱਤਰ, ਮੱਧੀ ਰੋਜ਼ ਹਮ ਲਕਸ਼ ਬਾਰ ਬੂਦਮ, ਤੇਰੇ ਵਾਂਗੂ ਮੈਂ ਵੀ ਇਸੇ ਰਾਜ ਦਾ ਮਾਲਕ ਸੀ, ਪਰ ਮੈਂ ਤੇਰੇ ਵਾਲੇ ਜ਼ੁਲਮ ਨਹੀਂ ਕੀਤੇ। ਆਖੋ ਸਤਨਾਮ, ਮੈਂ ਤੇਰਾ ਬਾਪ ਹਾਂ, ਅੱਜ ਮੈਨੂੰ ਪਾਣੀ ਦੀ ਘੁੱਟ ਨਹੀਂ ਮਿਲੀ, ਮੈਂ ਧਿਆਇਆ ਬੈਠਾ, ਮੈਨੂੰ ਅੱਧਾ ਪਿਆਲਾ ਪਾਣੀ ਦਾ ਹੋਰ ਦੇ ਦੇ। ਆ ਜਿਨ੍ਹਾਂ ਹਿੰਦੂਆਂ 'ਤੇ ਤੂੰ ਜ਼ੁਲਮ ਕਰਦਾ ਇਹਨਾਂ ਤੋਂ ਸਿੱਖਿਆ ਲੈ ਲਾ, ਇਹਨਾਂ ਦੇ ਤਾਂ ਜਦੋਂ ਪਿਓ ਦਾਦੇ ਮਰ ਜਾਣ
ਇਹ ਤਾਂ ਵੀ ਸੂਰਜ ਨੂੰ ਪਾਣੀ ਦਿੰਦੇ ਆ ਵੀ ਸਾਡੇ ਬਜ਼ੁਰਗਾਂ ਨੂੰ ਸੁੱਖ ਮਿਲੇ। ਤੇ ਤੂੰ ਕਹੇ ਜਾ ਪੁੱਤ ਜਿੰਦਾ ਪਿਸਰ ਦਹਿੰਦ ਬਾਪ, ਮੈਨੂੰ ਜਿਉਂਦੇ ਨੂੰ ਪਾਣੀ ਤੋਂ ਤਿਹਾਇਆ ਮਾਰਦਾ ਹੈ। ਇਹ ਚਿੱਠੀ ਔਰੰਗਜ਼ੇਬ ਨੇ ਪੜ੍ਹੀ, ਪਰ ਮੁੜ ਕੇ ਉੱਤਰ ਪਤਾ ਕੀ ਦਿੱਤਾ ਹੈ? ਕਹਿੰਦਾ ਅੱਬਾ, ਚੰਗਾ ਰਹਿੰਦਾ ਜਿਹੜੀ ਸ਼ਾਹੀ ਤੂੰ ਕਾਗਜ਼ ਤੇ ਲਿਖਣ ਵਾਸਤੇ ਖਰਾਬ ਕੀਤੀ, ਉਸੇ ਦੀ ਘੁੱਟ ਭਰ ਲੈਂਦਾ। ਮੈਂ ਤੈਨੂੰ ਪਾਣੀ ਨਹੀਂ ਦੇਣਾ, ਕਹਿੰਦਾ ਜਿਹੜਾ ਹੁਣ ਆਪਣੇ ਬਾਪ ਦਾ ਨਹੀਂ ਬਣਿਆ, ਆਪਣੇ ਭਰਾ ਕਤਲ ਕਰਾਏ, ਪੁੱਤਰ ਵੀ ਮਰਵਾਇਆ ਆਪਣਾ ਇੱਕ, ਕਿਉਂਕਿ ਵਿਰੋਧ ਕਰਦਾ ਸੀ, ਹੁਣ ਐਡਾ ਵੱਡਾ ਜ਼ਾਲਮ ਰਾਜਾ ਜੇ ਕਿਤੇ ਉਹ ਰਹਿ ਜਾਂਦਾ ਤੇ ਆਪਣਾ ਕੀ ਹਾਲ ਹੋਣਾ ਸੀ, ਤੁਸੀਂ ਸੋਚਿਆ ਕਿਤੇ? ਗੁਰਮੁਖ ਗੁਰੂ ਗੋਬਿੰਦ ਸਿੰਘ ਨੂੰ ਕੋਈ ਚਾਅ ਨਹੀਂ ਸੀ ਪੁੱਤ ਮਰਵਾਉਣ ਦਾ। 9 ਸਾਲ ਦੀ ਉਮਰ ਚ ਪਿਤਾ ਨੂੰ ਸ਼ਹੀਦ ਕਰਨ ਤੋਰਿਆ ਕੋਈ ਚਾਅ ਨਹੀਂ ਸੀ, ਪਰ ਉਹਨਾਂ ਦੀ ਅਕਾਲ ਪੁਰਖ ਵੱਲੋਂ ਡਿਊਟੀ ਹੋਈ ਇਹ ਲੱਗੀ ਸੀ। ਆਖੋ ਸਤਨਾਮ। ਵਾਹਿਗੁਰੂ। ਕਹਿੰਦੇ ਹਮ ਇਹ ਕਾਜ ਜਗਤ ਮੋਂ ਆਏ, ਧਰਮ ਹੇਤ ਗੁਰਦੇਵ ਪਠਾਏ, ਜਾਹੀ ਕਾਜ ਧਰਾ ਹਮ ਜਨਮ, ਸਮਝ ਲੇ ਹੋ ਸਾਧੂ ਸਭ ਮਨਮ। ਕਹਿੰਦੇ ਸਾਰੇ ਮਨ ਚ ਸਮਝ ਲਓ, ਮੇਰਾ ਜਨਮ ਹੀ ਇਸ ਵਾਸਤੇ ਹੋਇਆ ਕਿ ਜ਼ੁਲਮ ਕਰਨ ਵਾਲਿਆਂ ਨੂੰ ਰੋਕਣਾ। ਆਖੋ ਸਤਨਾਮ। ਲੜਾਈ ਕਿਸੇ ਧਰਮ ਨਾਲ ਨਹੀਂ ਸੀ, ਨਾ ਹਿੰਦੂਆਂ ਨਾਲ ਨਾ ਮੁਸਲਮਾਨਾਂ ਨਾਲ। ਹਾਂ, ਜਿਹੜਾ ਜ਼ੁਲਮ ਕਰਦਾ ਸੀ ਉਹ ਭਾਵੇਂ ਹਿੰਦੂ ਸੀ, ਭਾਵੇਂ ਮੁਸਲਮਾਨ ਸੀ, ਭਾਵੇਂ ਸਿੱਖ ਸੀ, ਉਹਨੂੰ ਮੇਰੇ ਮਾਲਕ ਨੇ ਬਖਸ਼ਿਆ ਨਹੀਂ ਹੈ। ਆਖੋ ਸਤਨਾਮ। ਵਾਹਿਗੁਰੂ। ਜਦੋਂ ਅਨੰਦਪੁਰ ਸਾਹਿਬ ਕਿਤੇ ਜਾਓ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨ ਕਰਿਓ, ਨਾਲ ਹੀ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਦੇ ਸੀਸ ਦਾ ਸੰਸਕਾਰ ਹੋਇਆ, ਉਹਦੇ ਨਾਲ ਹੀ ਮਹਾਰਾਜ ਦਾ ਕਿਲ੍ਹਾ ਹੈ ਜਿੱਥੇ ਇੱਕ ਖੂਹ ਹੈ, ਉਹਦੇ ਵਿੱਚ ਜਿਹੜੇ ਸਿੱਖ ਗਲਤੀਆਂ ਕਰਦੇ ਸੀ ਮੇਰੇ ਸਤਿਗੁਰ ਨੇ ਤੇਲ ਪਾ ਕੇ ਜਿਉਂਦੇ ਸਾੜੇ ਸੀ। ਖੂਹ ਹੈਗਾ, ਉੱਥੇ ਹੀ ਪਰਿਵਾਰ ਰਹਿੰਦਾ ਰਿਹਾ। ਸਾਹਿਬਜ਼ਾਦਾ ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ ਦਾ ਜਨਮ ਵੀ ਉੱਥੇ ਹੋਇਆ। ਉਹ ਸਥਾਨ ਅੱਡ ਹੈ, ਇਕੱਲੇ ਕੇਸਗੜ੍ਹ ਸਾਹਿਬ ਤੋਂ ਨਾ ਮੁੜਿਆ ਕਰੋ ਗੁਰੂ, ਆ ਦਰਸ਼ਨ ਕਰਕੇ ਆਇਓ ਜਿੱਦੇ ਹੁਣ ਗਏ। ਉੱਥੇ ਹੀ ਗੁਰੂ ਤੇਗ ਬਹਾਦਰ ਸਾਹਿਬ ਭੋਰਾ ਉੱਥੇ ਵੀ ਬਣਿਆ ਅਤੇ ਭਗਤੀ ਕਰਦੇ ਹੁੰਦੇ। ਔਰੰਗਜ਼ੇਬ ਦੇ ਜ਼ੁਲਮ ਵੱਧਦੇ ਗਏ, ਆਪਣਿਆਂ ਨੂੰ ਵੀ ਤਸੀਹੇ ਦਿੱਤੇ। ਤੇ ਇੱਕ ਦਿਨ ਕਥਾ ਕਰਨ ਵਾਲਾ ਕਥਾ ਕਰਦਾ ਸੀ ਤੇ ਕਥਾ ਦੇ ਵਿੱਚ ਬਚਨ ਆ ਗਿਆ ਵੀ ਹਰ ਬੰਦੇ ਨੂੰ ਆਪਣੇ ਧਰਮ 'ਚ ਵਾਧਾ ਕਰਨਾ ਚਾਹੀਦਾ। ਆਪਾਂ ਵੀ ਦੇਖੋ ਕਹਿੰਦੇ ਹਾਂ ਨਾ, ਕੱਲ੍ਹ ਵੀ ਬੇਨਤੀ ਕੀਤੀ, ਅੱਜ ਵੀ ਕਰਾਂਗੇ, ਹੁਣ ਵੀ ਕਰ ਰਹੇ ਹਾਂ, ਭਾਈ ਆਪਣੇ ਧਰਮ 'ਚ ਵਾਧਾ ਕਰੋ, ਪਰ ਤਰੀਕਾ ਸਿੱਖ ਲਿਓ, ਕਿਤੇ ਤਰੀਕਾ ਔਰੰਗਜ਼ੇਬ ਵਾਲਾ ਨਾ ਅਪਣਾ ਲਿਓ, ਫਿਰ ਨਹੀਂ ਗੱਲ ਬਣਨੀ। ਧਰਮ ਕਿਵੇਂ ਵਾਧੇ ਹੈ? ਸੱਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਔਰੰਗਜ਼ੇਬ ਕਹਿੰਦਾ ਵੀ ਧਰਮ 'ਚ ਵਾਧਾ ਕਰਨਾ ਚਾਹੀਦਾ, ਕਥਾ ਕਰਨ ਵਾਲਾ ਕਹਿੰਦਾ ਹਾਂਜੀ। ਕਹਿੰਦਾ ਬਸ ਫਿਰ ਰਹਿਣ ਦੇ ਹੁਣ ਕਥਾ, ਆ ਗੱਲ ਪੱਲੇ ਬੰਨ ਲਈ, ਹੁਕਮ ਕਰਤਾ। ਕਹਿੰਦਾ ਵੀ ਮੈਂ ਆ ਮੁਸਲਮਾਨ,
ਮੇਰੇ ਰਾਜ ਵਿੱਚ ਜਿਹੜਾ ਵੀ ਰਹਿੰਦਾ ਉਹ ਮੁਸਲਮਾਨ ਹੋ ਜਾਓ ਤੇ ਜਿਹੜਾ ਨਹੀਂ ਹੋਊਗਾ ਉਹਨੂੰ ਮੈਂ ਮਾਰ ਦੂੰ। ਆਖੋ ਸਤਨਾਮ। ਵਾਹਿਗੁਰੂ। ਸਤ ਸੰਗਤ ਜੀ, ਸਭ ਤੋਂ ਪਹਿਲਾਂ ਹੁਕਮ ਭੇਜਿਆ ਕਸ਼ਮੀਰ। ਕਸ਼ਮੀਰ ਦੇ ਵਿੱਚ ਹਿੰਦੂਆਂ ਦਾ ਵੱਡਾ ਸਥਾਨ ਹੈ ਜਿਹਨੂੰ ਸ੍ਰੀ ਅਮਰਨਾਥ ਗੁਫਾ ਕਹਿੰਦੇ ਆ, ਜਾਂਦੇ ਆ ਨਾ ਅਮਰਨਾਥ ਯਾਤਰਾ ਕਰਨ। ਸਿੱਖਾਂ ਦਾ ਵੱਡਾ ਸਥਾਨ ਹੈ ਅੰਮ੍ਰਿਤਸਰ, ਸ੍ਰੀ ਅਕਾਲ ਤਖਤ ਸਾਹਿਬ। ਹਿੰਦੂਆਂ ਦਾ ਵੱਡਾ ਸਥਾਨ ਹੈ ਸ੍ਰੀ ਅਮਰਨਾਥ ਗੁਫਾ। ਉੱਥੇ ਸ਼ਿਵਜੀ ਜੀ ਨੇ ਪਾਰਵਤੀ ਨੂੰ ਅਮਰ ਕਥਾ ਸੁਣਾਉਣੀ ਚਾਹੀ ਸੀ ਗੁਰੂ। ਈਸਾਈਆਂ ਦਾ ਵੱਡਾ ਸਥਾਨ ਹੈ ਯੂਰੋਸਲਮ ਤੇ ਬੁੱਧ ਧਰਮ ਦਾ ਸਥਾਨ ਹੈ ਗਯਾ ਜੀ ਗੁਰਮੁਖੋ, ਉਹ ਪਟਨਾ ਸਾਹਿਬ ਤੋਂ ਅੱਗੇ। ਹੁਣ ਹਿੰਦੂਆਂ ਦਾ ਧਰਮ ਸਥਾਨ ਸੀ ਵੱਡਾ ਅਮਰਨਾਥ ਗੁਫਾ ਕਸ਼ਮੀਰ। ਔਰੰਗਜ਼ੇਬ ਦੀ ਨੀਤੀ ਵੇਖ ਲਿਓ, ਦਿੱਲੀ 'ਚ ਕਿੰਨੇ ਹਿੰਦੂ ਸੀ ਕਿਸੇ ਨੂੰ ਕੁਛ ਨਹੀਂ ਆਖਿਆ, ਹਰਿਦੁਆਰ ਕਿੰਨੇ ਹਿੰਦੂ ਸੀ ਕਿਸੇ ਨੂੰ ਕੁਛ ਨਹੀਂ ਆਖਿਆ, ਸਿੱਧਾ ਜਾ ਕੇ ਕਸ਼ਮੀਰ ਪੰਗਾ ਲਿਆ। ਉਹਦਾ ਕਾਰਨ ਇਹ ਸੀ ਜਿਵੇਂ ਆਪਣੇ ਸਿੱਖਾਂ ਨਾਲ ਹੋਇਆ ਹੈ, ਸਰਕਾਰਾਂ ਕੀ ਕਰਦੀਆਂ, ਜਿਹੜੇ ਸਾਡੇ ਆਗੂ ਨੇ ਨਾ ਉਹਨਾਂ ਨੂੰ ਪਾੜ ਲੈਂਦੀਆਂ ਗੁਰਮੁਖ ਵੀ, ਜੇ ਆਗੂ ਸਾਡੇ ਪੱਖ 'ਚ ਹੋਣਗੇ ਮਗਰਲੇ ਤਾਪੀ ਤੁਰਨਗੇ। ਇਹੀ ਔਰੰਗਜ਼ੇਬ ਦੀ ਨੀਤੀ ਸੀ, ਕਹਿੰਦਾ ਜਿਹੜੇ ਅਮਰਨਾਥ ਗੁਫਾ ਦੇ ਮੁੱਖ ਪੁਜਾਰੀ ਨੇ ਮੈਂ ਉਹਨਾਂ ਨੂੰ ਇਸਲਾਮ 'ਚ ਲਿਆਵਾਂ, ਮਗਰਲਿਆਂ ਨੂੰ ਤਾਂ ਉਹ ਆਪ ਹੀ ਲਿਆਉਣਗੇ। ਇਹ ਸੋਚ ਕੇ ਕਸ਼ਮੀਰ ਹੁਕਮ ਭੇਜਤਾ ਕਿ ਸਵਾ ਮਨ ਜੰਜੂ ਰੋਜ਼ ਲਾਉਣੇ ਹੈ, ਫਿਰ ਮੈਂ ਰੋਟੀ ਖਾਊਂਗਾ। ਜੰਜੂ ਬਾਰੇ ਵੀ ਸੁਣ ਲਿਓ, ਜੰਜੂ ਦਾ ਅਸਲੀ ਨਾਮ ਹੈ ਜੱਗੇ ਉਪਵਿੱਤ, ਸੰਸਾਰ 'ਚੋਂ ਪਵਿੱਤਰ ਚੀਜ਼। ਇੱਕ ਕਹਿਰਾ ਹੁੰਦਾ, ਇੱਕ ਦੂਰਾ ਹੁੰਦਾ, ਇੱਕ ਤੀਰਾ ਹੁੰਦਾ, ਤਿੰਨ ਤਰ੍ਹਾਂ ਦੇ ਜਨੇਊ। ਜਾਂ ਤਾਂ ਬ੍ਰਾਹਮਣ ਪਾ ਸਕਦਾ ਸੀ, ਜਾਂ ਖੱਤਰੀ ਪਾ ਸਕਦਾ ਹੈ, ਜਾਂ ਵੈਸ਼ ਪਾ ਸਕਦਾ ਹੈ। ਇੱਕ ਤਾਂ ਸ਼ੂਦਰ, ਇੱਕ ਔਰਤ ਨੂੰ ਜਨੇਊ ਪਾਉਣ ਦਾ ਹੱਕ ਨਹੀਂ ਸੀ। ਉਹ ਹੁੰਨਾ ਕਿੰਨਾ ਕਹਿ, ਗਲੋਟੇ ਦਾ ਧਾਗਾ ਚੌਰਾ ਲੈ ਕੇ ਨਾ ਖੂਹ ਦੀ ਮਨ 'ਤੇ ਬਹਿ ਕੇ ਮੰਤਰ ਪੜ੍ਹ ਪੜ੍ਹ ਕੇ ਗੰਢਾਂ ਦੇ ਦੇ ਕੇ ਬਣਾਉਂਦੇ ਆ ਜਨੇਊ। ਕਿਸੇ ਪੰਡਿਤ ਦੇ ਜਨੇਊ ਪਾਇਆ ਹੋਵੇ, ਉਹਦਾ ਕਿਤੇ ਲਾ ਕੇ ਸੁਨਿਆਰ ਦੀ ਕੰਡੀ 'ਤੇ ਜੋਖ ਕੇ ਦੇਖਿਓ, ਉਹਦਾ ਵਜ਼ਨ ਹੋਊਗਾ ਇੱਕ ਮਾਸਾ। ਹੁਣ ਇੱਕ ਮਾਸੇ ਦੀ ਚੀਜ਼ 50 ਕਿਲੋ ਇਕੱਠੀ ਕਰਨੀ ਹੋਵੇ, ਸੋਚ ਕੇ ਦੇਖਿਓ ਵੀ ਕਿੰਨੇ ਹਿੰਦੂ ਵੱਢਦਾ ਹੋਊਗਾ। ਸਵਾ ਮਨ ਜੰਜੂ ਕਹਿੰਦਾ ਰੋਜ਼ ਲਾਉਣੇ ਹੈ, ਲੱਖਾਂ ਦੇ ਹਿਸਾਬ ਨਾਲ ਹਿੰਦੂਆਂ ਨੂੰ ਵੱਢਣ ਲੱਗ ਗਿਆ। ਫਿਰ ਉੱਥੋਂ ਦੇ ਪੁਜਾਰੀਆਂ ਨੇ ਅਮਰਨਾਥ ਗੁਫਾ ਦੇ ਮੂਹਰੇ ਖੜ ਕੇ ਆਰਤੀਆਂ ਕੀਤੀਆਂ, ਮੰਤਰ ਪੜ੍ਹੇ, ਆਕਾਸ਼ਬਾਣੀ ਹੋਈ ਤੇ ਇੱਕ ਅਗੰਮੀ ਚਿੱਠੀ ਵੀ ਮਿਲੀ ਸੀ, ਸੁਨਹਿਰੀ ਅੱਖਰਾਂ 'ਚ ਲਿਖੀ ਹੋਈ। ਉਹ 'ਤੇ ਲਿਖਿਆ ਸੀ ਵੀ ਐ ਬ੍ਰਾਹਮਣੋ, ਜੇ ਆਪਣਾ ਧਰਮ ਬਚਾਉਣਾ ਚਾਹੁੰਦੇ ਹੋ ਗੁਰੂ ਨਾਨਕ ਦੇ ਦਰ 'ਤੇ ਜਾਓ। ਹੁਣ ਕਲਯੁੱਗ ਦਾ ਸਮਾਂ,
ਕਲ ਤਾਰਨ ਗੁਰੂ ਨਾਨਕ ਆਇਆ ਆਖੋ ਸਤਨਾਮ। ਆ ਗੱਲ ਤੁਸੀਂ ਹਮੇਸ਼ਾ ਯਾਦ ਰੱਖਣੀ ਹੈ, ਕਿਤੇ ਇਹ ਨਹੀਂ ਸੁਣੋਗੇ ਵੀ ਤਾਰ ਕੇ ਚਲਿਆ ਗਿਆ ਗੁਰੂ ਨਾਨਕ। ਜੋਤ ਉਹੀ ਗੁਰੂ ਅੰਗਦ ਦੇਵ ਚ, ਗੁਰੂ ਅੰਗਦ ਦੇਵ ਤੋਂ ਗੁਰੂ ਅਮਰਦਾਸ, ਗੁਰੂ ਅਮਰਦਾਸ ਤੋਂ ਗੁਰੂ ਰਾਮਦਾਸ, ਗੁਰੂ ਰਾਮਦਾਸ ਤੋਂ ਗੁਰੂ ਅਰਜਨ ਦੇਵ ਸਾਹਿਬ ਚ ਟਿਕੀ, ਗੁਰੂ ਅਰਜਨ ਦੇਵ ਸਾਹਿਬ ਤੋਂ ਹਰਗੋਬਿੰਦ ਸਾਹਿਬ ਚ, ਗੁਰੂ ਹਰਗੋਬਿੰਦ ਸਾਹਿਬ ਤੋਂ ਗੁਰੂ ਹਰ ਰਾਏ ਸਾਹਿਬ ਚ, ਗੁਰੂ ਹਰ ਰਾਏ ਸਾਹਿਬ ਤੋਂ ਗੁਰੂ ਹਰਕ੍ਰਿਸ਼ਨ ਵਿੱਚ, ਅਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਤੋਂ ਉਹੀ ਜੋਤ ਗੁਰੂ ਤੇਗ ਬਹਾਦਰ ਸਾਹਿਬ ਚ ਆ ਗਈ। ਆਕਾਸ਼ਬਾਣੀ ਹੋਈ ਪੰਡਤੋ ਬ੍ਰਹਮਣੋ, ਜੇ ਆਪਣਾ ਧਰਮ ਬਚਾਉਣਾ ਗੁਰੂ ਨਾਨਕ ਦੇ ਦਰ ਤੇ ਜਾਓ, ਜਿਹੜਾ ਦਰ ਸਤਿਗੁਰ ਦੇ ਆਇਆ ਕੋਈ ਵੀ ਖਾਲੀ ਮੁੜਿਆ ਨੀ, ਜਿਹੜਾ ਦਰ ਸਤਿਗੁਰ ਦੇ ਆਇਆ ਕੋਈ ਵੀ ਖਾਲੀ ਮੁੜਿਆ ਨੀ, ਕਲ ਤਾਰਨ ਗੁਰੂ ਨਾਨਕ ਆਇਆ, 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 ਤਰ੍ਹਾਂ ਜਦੋਂ ਪਤਾ ਲੱਗਿਆ ਫਿਰ ਉਹ ਕਸ਼ਮੀਰ ਤੋਂ ਚੱਲੇ ਸੀ। ਜੇ ਆਪਣਾ ਧਰਮ ਬਚਾਉਣਾ ਗੁਰੂ ਨਾਨਕ ਦੇ ਦਰ ਤੇ ਜਾਓ। ਇਹ ਤੁਹਾਨੂੰ ਵੀ ਬੇਨਤੀ ਹੈ, ਦੇਖੋ ਕੋਈ ਸਮਾਨਾ ਸੀ, ਖੱਦਰ ਦੇ ਕੱਪੜੇ ਵੀ ਪਾ ਲੈਂਦੇ ਸੀ, ਕੋਈ ਸਮਾਂ ਸੀ ਜਦੋਂ ਪੈਦਲ ਹੀ ਜਾਂਦੇ ਰਿਸ਼ਤੇਦਾਰੀਆਂ 'ਚ, ਹੁਣ ਕੋਈ ਜਾਂਦਾ ਹੈ? ਨਵੇਂ ਨਵੇਂ ਸੂਟ, ਪਤਾ ਹੀ ਨਹੀਂ ਲੱਗਦਾ ਵਰਾਇਟੀ ਕਿੰਨੀ ਆ ਗਈ, ਮੋਟਰ ਗੱਡੀਆਂ ਆ ਗਈਆਂ, ਹੁਣ ਕੌਣ ਗੱਡੇ 'ਤੇ ਜਾਵੇ ਜਾਂ ਪੈਦਲ ਜਾਵੇ? ਜਿਵੇਂ ਸੁੱਖਾਂ ਦੇ ਸਾਧਨ ਬਦਲ ਗਏ, ਇਸੇ ਤਰ੍ਹਾਂ ਭਾਈ ਕਦੇ ਵੇਦ ਮੰਤਰ ਪੜ੍ਹ ਕੇ ਭਲਾ ਹੁੰਦਾ ਸੀ, ਅਸੀਂ ਨਹੀਂ ਕਹਿੰਦੇ ਵੀ ਨਹੀਂ ਹੁੰਦਾ, ਹੁੰਦਾ ਸੀ, ਕਿਉਂ ਜਦੋਂ ਬਾਣੀ ਨਹੀਂ ਸੀ ਕੋਈ ਤਾਂ ਆਸਰਾ ਹੋਊ ਨਾ ਦੁਨੀਆਂ ਦਾ, ਕਦੇ ਮੜੀਆਂ ਮਸਾਣਾਂ ਨੂੰ ਮੱਥਾ ਟੇਕ ਕੇ ਭਲਾ ਹੁੰਦਾ ਸੀ, ਲੋਕ ਮਰ ਕੇ ਭੂਤ ਬਣਦੇ, ਪਰ ਗੁਰੂ ਰਾਮਦਾਸ ਨੇ ਚਾਰ ਲਾਵਾਂ ਉਚਾਰਤੀਆਂ, ਜਿਹਦੇ ਵਿਆਹ ਮੌਕੇ ਚਾਰ ਲਾਵਾਂ ਪੜ੍ਹੀਆਂ ਜਾਣ ਉਹ ਸ਼ੁਭ ਕਰਮ ਕਰੇ ਨਾ ਕਰੇ, ਜਦੋਂ ਮਰੂਗਾ ਤੇ ਮਰ ਕੇ ਭੂਤ ਨਹੀਂ ਬਣਦਾ ਗੁਰਮੁਖ, ਹੋਰ ਜਿਹੜੀ ਮਰਜ਼ੀ ਜੂਨੀ 'ਚ ਪੈ ਜਾਏ। ਨੌਜਵਾਨ ਵੀਰਾਂ ਭੈਣਾਂ ਨੂੰ, ਬੱਚੇ ਬੱਚੀਆਂ ਨੂੰ ਵੀ ਬੇਨਤੀ ਹੈ, ਆ ਜਿਹੜੇ ਘਰਾਂ 'ਚੋਂ ਭੱਜ ਭੱਜ ਕੋਰਟ ਮੈਰਿਜਾਂ ਕਰਾਉਂਦੇ ਹੋ ਨਾ, ਇਹ ਚੰਗੀ ਗੱਲ ਨਹੀਂ ਹੈ, ਇਹ ਕੋਈ ਲੁਕਾਉਣ ਵਾਲੀ ਗੱਲ ਨਹੀਂ, ਸ਼ਰੇਆਮ ਹੁੰਦੀਆਂ ਗੱਲਾਂ। ਆ ਮਰਿਆਦਾ ਧਰਮ ਦੀ, ਮਾਂ ਬਾਪ ਦੀ ਸਹਿਮਤੀ ਨਾਲ ਜਿਹੜੇ ਵਿਆਹ ਹੁੰਦੇ ਨੇ, ਸ਼ਰਧਾ ਨਾਲ ਗ੍ਰੰਥੀ ਸਿੰਘ ਵੀ ਲਾਵਾਂ ਪੜ੍ਹੇ, ਮੁੰਡਾ ਕੁੜੀ ਬੈਠ ਕੇ ਸ਼ਰਧਾ ਨਾਲ ਸੁਣਨ,
ਉਹ ਮਰ ਕੇ ਭੂਤ ਨਹੀਂ ਬਣਦੇ, ਹੋਰ ਜਿਹੜੀ ਮਰਜ਼ੀ ਜੁਨੀ ਪੈ ਜਾਵੇ। ਪਰ ਕੋਈ ਸਮਾਂ ਸੀ ਜਦੋਂ ਬਾਣੀ ਨਹੀਂ ਸੀ, ਲੋਕ ਮਰ ਕੇ ਭੂਤ ਬਣਦੇ ਸੀ। ਤਾਂ ਹੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ 'ਚ, ਕਰੋੜਾਂ ਦੇ ਹਿਸਾਬ ਨਾਲ ਹੁਣ ਗਿਣਤੀ ਘੱਟ ਗਈ ਗੁਰੂ। ਉਦੋਂ ਲੋਕ ਧਾਗੇ ਤਵੀਤ ਵੀ ਕਰਾਉਂਦੇ, ਟੂਣੇ ਕਰਦੇ, ਕਬਰਾਂ ਨੂੰ ਮੱਥਾ ਟੇਕਦੇ, ਘਰਾਂ 'ਚ ਦੀਵੇ ਲਾਉਂਦੇ, ਗੱਦੀਆਂ ਲਾਉਂਦੇ। ਪਰ ਕਲਯੁੱਗ ਦੇ ਸਮੇਂ ਵਿੱਚ ਜਦੋਂ ਗੁਰੂ ਨਾਨਕ ਦੇ ਮਹਾਰਾਜ ਆ ਗਏ, ਇਹਨਾਂ ਨੇ ਸਾਰੇ ਸੰਸਾਰ ਦਾ ਭਲਾ ਕੀਤਾ ਗੁਰੂ। ਤਾਂ ਹੀ ਤਾਂ ਦੇਖੋ ਮੱਕੇ ਦੇ ਪੁਜਾਰੀ ਵੀ ਗੁਰੂ ਨਾਨਕ ਅੱਗੇ ਮੰਨ ਗਏ ਵੀ ਗੁਰੂ ਨਾਨਕ ਵੱਡਾ ਹੈ। ਇੱਧਰ ਨੂੰ ਜਾਓ ਨਾਨਕ ਮੱਤੇ, ਵੱਡੇ ਵੱਡੇ ਜੋਗੀ ਸੀ, ਰਿਧੀਆਂ ਸਿੱਧੀਆਂ ਵਾਲੇ, ਉਹਨਾਂ ਨੇ ਵੀ ਗੁਰੂ ਨਾਨਕ ਦੀ ਕਲਾ ਵੇਖੀ ਤੇ ਕਹਿਣਾ ਪਿਆ, ਧੰਨ ਨਾਨਕ ਤੇਰੀ ਵੱਡੀ ਕਮਾਈ। ਸਿੱਧ ਬੋਲਣ ਸ਼ੁਭ ਵਚਨ, ਕਹਿੰਦੇ ਨਾਨਕਾ ਤੂੰ ਧੰਨ ਹੈ, ਤੇਰੀ ਕਮਾਈ ਸਾਥੋਂ ਵੀ ਵੱਡੀ ਹੈ। ਹਿੰਦੂ ਵੀ ਮੰਨ ਗਏ, ਹਰਿਦੁਆਰ ਗਏ, ਚਤਰਦਾਸ ਪੰਡਿਤ ਉਹਦਾ ਗੁਰੂ ਗੁਰਮੁਖ ਪਿਆਰਿਓ ਕੁੱਤੇ ਦੀ ਜੂਨੇ ਪਿਆ ਹੋਇਆ ਸੀ, ਕੁਰਸ਼ੇਤਰ। ਮੈਂ ਹਰਿਦੁਆਰ ਕਹਿ ਗਿਆ, ਮਾਫੀ ਦਿਓ, ਕੁਰਸ਼ੇਤਰ। ਕੁਰਸ਼ੇਤਰ ਜਦੋਂ ਮਹਾਰਾਜ ਗਏ, ਉੱਥੇ ਗ੍ਰਹਿਣ ਲੱਗਿਆ ਹੋਇਆ। ਪੰਡਿਤਾਂ ਨੇ ਵਹਿਮ ਪਾਤਾ ਸੀ ਵੀ ਸੂਰਜ ਨੂੰ ਰਾਹੂ ਕੇਤੂ ਘੇਰ ਲੈਂਦੇ ਆ ਤਾਂ ਗ੍ਰਹਿਣ ਲੱਗਦਾ। ਮਹਾਰਾਜ ਕਹਿੰਦੇ ਐਸਾ ਕੁਛ ਨਹੀਂ ਹੈ। ਪੰਡਿਤ ਕਹਿੰਦੇ ਸੀ ਵੀ ਚੁੱਲ੍ਹੇ ਅੱਗ ਨਹੀਂ ਬਾਲਣੀ, ਆਹ ਨਹੀਂ ਕਰਨਾ, ਉਹ ਨਹੀਂ ਕਰਨਾ। ਕਈ ਮਾਈਆਂ ਹੁਣ ਵੀ ਵਹਿਮਾਂ 'ਚ ਫਸੀਆਂ ਹੁੰਦੀਆਂ। ਕਿਸੇ ਬੀਬੀ ਨੂੰ ਬੱਚਾ ਪੈਦਾ ਹੋਣ ਵਾਲਾ ਹੋਵੇ, ਗ੍ਰਹਿਣ ਲੱਗ ਜੇ ਤੇ ਮਾਈਆਂ ਸੌ ਫਿਕਰ ਕਰਦੀਆਂ। ਬੀਬੀ ਓਲਾ, ਮੇਰੀ ਬੇਨਤੀ ਹੈ, ਤੁਹਾਨੂੰ ਕੋਈ ਗ੍ਰਹਿਣ ਤੋਂ ਡਰਨ ਦੀ ਲੋੜ ਨਹੀਂ। ਜਿਨ੍ਹਾਂ ਦਾ ਧਰਮ ਕਹਿੰਦਾ ਉਹ ਡਰਨ, ਆਪਣਾ ਐਡਾ ਗੁਰੂ ਮਹਾਨ ਐਵੇਂ ਡਰੀ ਜਾਣਾ? ਜੇ ਕਿਤੇ ਇਹ ਸਮਾਂ ਹੋਵੇ, ਤੁਸੀਂ ਵਹਿਮ 'ਚ ਪਹਿਲੀ ਗੱਲ ਤਾਂ ਪੈਣਾ ਹੀ ਨਹੀਂ। ਜੇ ਮੰਨਦੇ ਹੋ ਤਾਂ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ, ਤੱਤੀ ਵਾਹ ਲੱਗ ਹੀ ਨਹੀਂ ਸਕਦੀ। ਤਾਤੀ ਵਾਹ ਨਾ ਲੱਗਈ, ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ। ਇਹ ਵਹਿਮ ਉਹਨਾਂ ਨੂੰ ਦੁੱਖ ਦਿੰਦੇ ਆ ਜਿਹੜੇ ਕਿਸੇ ਦੇ ਬਣੇ ਨਹੀਂ ਹੈਗੇ। ਇੱਥੇ ਤਾਂ ਛੇਵੇਂ ਪਾਤਸ਼ਾਹ ਦਾ ਸਿੱਖ ਬਣਿਆ ਸੀ ਬਹਾਦਰ ਬਾਬਾ ਬਿਧੀ ਚੰਦ, ਦੁਸ਼ਾਲੇ ਲਈ ਆਉਂਦਾ ਸੀ, ਲਾਹੌਰ ਘੇਰਾ ਪੈ ਗਿਆ ਤੇ ਬਲਦੀ ਹੋਈ ਭੱਠੀ 'ਚ ਵੜ ਗਿਆ, ਭੋਰਾ ਵੀ ਸੇਕ ਨਹੀਂ ਲੱਗਿਆ ਗੁਰਮੁਖੋਂ। ਕਿਉਂ ਬਣਿਆ ਸੀ? ਆਪਾਂ ਬਣੇ ਨਹੀਂ ਨਾ ਹੈ ਪੱਕੇ, ਵਹਿਮ 'ਚ ਨਹੀਂ ਪੈਣਾ। ਗੁਰੂ ਨਾਨਕ ਦੇ ਮਹਾਰਾਜ ਗਏ ਕੁਰਸ਼ੇਤਰ, ਉੱਥੇ ਮੇਰੇ ਸਤਿਗੁਰ ਨੇ ਅੱਗ ਵੀ ਬਾਲੀ, ਭੰਡਾਰਾ ਤਿਆਰ ਕਰਕੇ ਸੰਗਤ ਨੂੰ ਵੀ ਵਰਤਾਇਆ, ਤੇ ਚਤਰਦਾਸ ਪੰਡਿਤ ਦਾ ਗੁਰੂ ਗੋਪਾਲ ਦੱਤ ਕੁੱਤੇ ਦੀ ਜੂਨ ਪਿਆ ਹੋਇਆ ਸੀ, ਮੇਰੇ ਸਤਿਗੁਰ ਨੇ ਕੋਲ ਬਹਿ ਕੇ ਆਸਾ ਦੀ ਵਾਰ ਦਾ ਕੀਰਤਨ ਕੀਤਾ, ਕੁੱਤੇ ਦੀ ਜੂਨ 'ਚ ਪਏ ਹੋਏ ਨੂੰ ਵੀ ਮੁਕਤੀ ਮਿਲ ਗਈ। ਐਡਾ ਗੁਰੂ ਮਹਾਨ ਤੇ ਚਤਰਦਾਸ ਪੰਡਿਤ ਨੇ ਵੀ ਮੰਨਿਆ ਵੀ ਨਾਨਕ ਜੀ ਤੁਸੀਂ ਧੰਨੋ। ਉਹ ਹਿੰਦੂਆਂ ਦਾ ਵੱਡਾ ਸੀ ਉਸ ਵੇਲੇ। ਆ ਜਿਹੜੀ ਗ੍ਰੰਥੀ ਸਿੰਘਾਂ ਨੂੰ ਪਤਾ ਹੈ, ਸਹਿਸਕ੍ਰਿਤੀ ਉਚਾਰੀ ਹੈ ਨਾ, ਇਹ ਗੁਰੂ ਨਾਨਕ ਦੇ ਮਹਾਰਾਜ ਨੇ ਉੱਥੇ
ਚਾਰ ਸ਼ਬਦ ਉਚਾਰੇ ਸੀ ਕੁਰਸ਼ੇਤਰ। ਪੜ ਪੁਸਤਕ ਸੰਧਿਆ ਬਾਦੰਗ ਸਿਲ ਪੂਜ ਸਬਗਲ ਸਮਾਧ, ਕਿਉਂਕਿ ਉਹ ਪੰਡਿਤ ਸੰਸਕ੍ਰਿਤ ਬੋਲਦੇ ਸੀ। ਫਿਰ ਪੰਡਿਤ ਚਤਰਦਾਸ ਨੇ ਉਹ ਉਚਾਰੇ ਹੋਏ ਸ਼ਬਦ ਸੰਭਾਲ ਕੇ ਰੱਖੇ। ਬਾਅਦ ਦੇ ਵਿੱਚ ਉਹਦੀ ਔਲਾਦ ਜਦੋਂ ਪਤਾ ਲੱਗਿਆ ਗੁਰੂ ਅਰਜਨ ਦੇ ਬਾਣੀ ਲਿਖ ਰਹੇ ਹੈ, ਫਿਰ ਗੁਰਮੁਖ ਪਿਆਰਿਓ ਕੁਰਸ਼ੇਤਰ ਤੋਂ ਚੱਲ ਕੇ ਅੰਮ੍ਰਿਤਸਰ ਆਏ ਉਹਦੇ ਪੋਤੇ ਲੈ ਕੇ ਬਾਣੀ। ਕਹਿੰਦੇ ਜੀ ਆ ਗੁਰੂ ਨਾਨਕ ਨੇ ਸਾਡੇ ਬਜ਼ੁਰਗਾਂ ਨੂੰ ਸਿੱਖਿਆ ਦਿੱਤੀ ਸੀ, ਹੁਣ ਉਹ ਬੋਲਦੇ ਸੀ ਸੰਸਕ੍ਰਿਤ, ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਨਾਂ ਨਾਲ ਸੰਸਕ੍ਰਿਤ 'ਚ ਗੱਲਾਂ ਕੀਤੀਆਂ। 6 ਅੰਗ ਆਪਾਂ ਪੱਤਰੇ ਨਹੀਂ ਕਹਿੰਦੇ, ਕਿਉਂਕਿ ਪ੍ਰਗਟ ਗੁਰਾਂ ਕੀ ਦੇਹ ਹੈ, ਇਸ ਕਰਕੇ ਪੱਤਰਿਆਂ ਨੂੰ ਅੰਗ ਕਿਹਾ ਜਾਂਦਾ ਹੈ। ਗੁਰੂ ਅਰਜਨ ਦੇਵ ਨੇ ਫਿਰ ਸੰਸਕ੍ਰਿਤ 'ਚ ਗੱਲਾਂ ਕੀਤੀਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਹੁਤ ਵੱਡਾ ਇਤਿਹਾਸ ਹੈ, ਡਰਨ ਦੀ ਲੋੜ ਨਹੀਂ ਹੈ, ਕਿਉਂਕਿ ਕਲਯੁਗ ਦੇ ਸਮੇਂ ਵਿੱਚ ਸਭ ਦਾ ਉਧਾਰ ਗੁਰੂ ਨਾਨਕ ਦੇ ਦਰ 'ਤੇ ਹੋਇਆ। ਠੀਕ ਵੇਦ ਮੰਤਰ ਹੋਰਾਂ ਦੇ ਵੀ ਚੰਗੇ ਹੈ, ਅਸੀਂ ਨਹੀਂ ਮਾੜਾ ਕਹਿੰਦੇ, ਪਰ ਕਲਯੁਗ ਦੇ ਸਮੇਂ ਵਿੱਚ ਤਾਂ ਭਾਈ ਗੁਰੂ ਨਾਨਕ ਦੀ ਬਾਣੀ ਪੜ੍ਹ ਕੇ ਜ਼ਿਆਦਾ ਭਲਾ ਹੁੰਦਾ। ਅੱਗੇ ਤੁਹਾਡੀ ਮਰਜ਼ੀ ਹੈ ਤੁਸੀਂ ਕੀ ਕਰਨਾ, ਪਰ ਅਸੀਂ ਤਾਂ ਆਪਣਾ ਫਰਜ਼ ਨਿਭਾਵਾਂਗੇ। ਹੁਣ ਜਿੱਥੋਂ ਇਤਿਹਾਸ ਚੱਲਦਾ ਸੀ, ਔਰੰਗਜ਼ੇਬ ਜ਼ੁਲਮ ਕਰਦਾ ਸੀ, ਹਿੰਦੂ ਵੀਰਾਂ ਨੇ ਮੰਤਰ ਪੜ੍ਹੇ, ਆਰਤੀਆਂ ਕੀਤੀਆਂ, ਆਕਾਸ਼ਬਾਣੀ ਹੋ ਗਈ, ਭਾਈ ਗੁਰੂ ਨਾਨਕ ਦੇ ਦਰ 'ਤੇ ਜਾਓ, ਕੱਲ੍ਹ ਤਾਰਨ ਗੁਰੂ ਨਾਨਕ ਆਇਆ। ਫਿਰ ਉਹ ਕਸ਼ਮੀਰ ਤੋਂ ਚੱਲੇ ਸੀ, ਪੰਡਿਤ ਤਾਂ ਸੀਗੇ ਕੋਨੇ ਕੋਨੇ 'ਚੋਂ ਹਿੰਦੁਸਤਾਨ ਦੇ, ਪਰ ਕਸ਼ਮੀਰੀ ਜਥਾ ਤਾਂ ਪੈ ਗਿਆ ਕਿਉਂਕਿ ਚੱਲੇ ਕਸ਼ਮੀਰ ਤੋਂ ਸੀ। ਆ ਸੰਨ 84 ਵੇਲੇ ਕਈ ਬਜ਼ੁਰਗ ਬੈਠੇ ਹੋਣਗੇ ਜਿਨ੍ਹਾਂ ਨੇ ਜੇਲ੍ਹਾਂ ਕੱਟੀਆਂ, ਉਹ ਚਾਹੇ ਕੋਈ ਭਦੌੜ ਤੋਂ ਗਿਆ ਸੀ, ਚਾਹੇ ਕੋਈ ਚੱਠੇ ਵਾਲੇ ਤੋਂ ਗਿਆ ਸੀ, ਚਾਹੇ ਕੋਈ ਤਲਵੰਡੀ ਤੋਂ ਗਿਆ ਸੀ, ਤੁਰਦਾ ਸੀ ਜਥਾ ਅੰਮ੍ਰਿਤਸਰ ਤੋਂ, ਅਤੇ ਜਥਾ ਅੰਮ੍ਰਿਤਸਰ ਦਾ ਹੀ ਵੱਜਦਾ ਹੁੰਦਾ ਸੀ, ਕਿਉਂ ਤੁਰਦੇ ਸੀ ਉੱਥੋਂ। ਇਸੇ ਤਰ੍ਹਾਂ ਜਿਹੜੇ ਜਿਹੜੇ ਹਿੰਦੂ ਪੰਡਿਤ ਬ੍ਰਾਹਮਣ ਕਸ਼ਮੀਰ ਤੋਂ ਚੱਲੇ, ਉਹਨਾਂ ਨੂੰ ਕਹਿਤਾ ਇਹ ਕਸ਼ਮੀਰੀ ਜਥਾ ਆਇਆ। ਉਹ ਫਿਰ ਚੱਲਦੇ ਚੱਲਦੇ ਆਏ ਗੁਰੂ ਤੇਗ ਬਹਾਦਰ ਸਾਹਿਬ ਕੋਲ ਅਨੰਦਪੁਰ ਸਾਹਿਬ, ਨੌਵੇਂ ਨਾਨਕ ਗੁਰੂ ਤੇਗ ਬਹਾਦਰ ਜੀ। ਇੱਕ ਗੱਲ ਕਮਾਲ ਦੀ ਦੇਖ ਲਿਓ, ਉਹਨਾਂ ਪੰਡਿਤਾਂ ਨੇ ਆ ਕੇ ਬੇਨਤੀ ਕੀਤੀ ਵੀ ਸਤਿਗੁਰ ਔਰੰਗਜ਼ੇਬ ਸਾਡੇ ਜੰਜੂ ਲਾਉਂਦਾ ਹੈ। ਮਹਾਰਾਜ ਕਹਿੰਦੇ ਫਿਰ ਤੁਸੀਂ ਸਹਿਮਤ ਹੋ? ਕਹਿੰਦੇ ਨਹੀਂ ਜੀ, ਅਸੀਂ ਤਾਂ ਆਪਣੇ ਧਰਮ 'ਚ ਰਹਿਣਾ ਚਾਹੁੰਦੇ ਹਾਂ, ਉਹ ਧੱਕੇ ਨਾਲ ਲਾਉਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਤੁਸੀਂ ਇੱਥੇ ਆ ਗਏ, ਸਾਡਾ ਵਾਅਦਾ ਹੈ ਹੁਣ ਅਸੀਂ ਇਹ ਜੰਜੂ ਲੈਣ ਨਹੀਂ ਦੇਣਾ। ਪਹਿਲੇ ਜਾਮੇ 'ਚ ਉਹੀ ਜੋਤ ਗੁਰੂ ਨਾਨਕ ਸਾਹਿਬ ਦੇ ਵਿੱਚ ਕਹਿੰਦੇ ਰਹੇ ਮੈਂ ਜੰਜੂ ਪੈਣ ਨਹੀਂ ਦੇਣਾ, ਇੱਥੇ ਕਹਿੰਦੇ ਨੇ ਲੈਣ ਨਹੀਂ ਦੇਣਾ। ਫਰਕ ਪਤਾ ਕੀ ਸੀ? ਧਰਮ ਇੱਕ ਪ੍ਰੇਮ ਦਾ ਵਿਸ਼ਾ, ਧਰਮ ਪ੍ਰੇਮ ਨਾਲ ਬਦਲਿਆ ਜਾ ਸਕਦਾ ਹੈ, ਪਰ ਧੱਕੇ ਨਾਲ ਆਪਾਂ ਕਿਸੇ ਨੂੰ ਧਰਮੀ ਨਹੀਂ ਬਣਾ ਸਕਦੇ। ਉੱਥੇ ਜ਼ੁਲਮ ਸੀ, ਧੱਕਾ ਸੀ। ਗੁਰੂ ਨਾਨਕ ਨੇ ਭਲਾ ਜਨੇਊ ਕਹੋ ਨਹੀਂ ਕਿਉਂ ਨਹੀਂ ਪਾਇਆ? ਪਤਾ ਤੁਹਾਨੂੰ ਬੀਬੀ, ਉਹ ਤੁਸੀਂ ਖਾਸ ਖਿਆਲ ਕਰਿਓ ਇਸ ਗੱਲ ਵੱਲ। ਪੰਡਿਤ ਕਹਿੰਦਾ ਸੀ, ਹਰਦਿਆਲ ਜੀ ਪੰਡਿਤ ਕਹਿੰਦੇ ਵੀ ਜਨੇਊ ਪਾ ਕੇ ਬੰਦਾ ਧਰਮੀ ਬਣ ਜਾਂਦਾ ਹੈ, ਉਹਨੂੰ ਮੁਕਤੀ ਮਿਲਦੀ ਹੈ।
ਸਤਿਗੁਰ ਕਹਿੰਦੇ ਮੈਥੋਂ ਵੱਡੀ ਮੇਰੀ ਭੈਣ ਹੈ, ਫਿਰ ਇਹਦੇ ਕਿਉਂ ਨਹੀਂ ਪਾਇਆ ਤੁਸੀਂ? ਉਹ ਪੰਡਿਤ ਹਰਦਿਆਲ ਜੀ ਕਹਿੰਦੇ ਔਰਤ ਨੂੰ ਤਾਂ ਹੱਕ ਹੀ ਨਹੀਂ ਹੈ, ਇਹ ਸ਼ੁੱਧ ਨਹੀਂ ਅਪਵਿੱਤਰ ਹੈ ਕਹਿੰਦਾ ਔਰਤ। ਮਹਾਰਾਜ ਕਹਿੰਦੇ ਫਿਰ ਸਾਨੂੰ ਮਨਜ਼ੂਰ ਨਹੀਂ ਹੈ, ਅਸੀਂ ਇਹ ਧਰਮ ਨਹੀਂ ਅਪਣਾ ਸਕਦੇ ਜਿਹਦੇ ਵਿੱਚ ਵਿਤਕਰਾ ਹੋਵੇ। ਆ ਬੀਬੀ ਉਹ ਇੱਥੇ ਹੀ ਰੌਲਾ ਪਿਆ ਸੀ। ਸਤਿਗੁਰ ਕਹਿੰਦੇ ਸਿੱਖਿਆ ਸਭ ਨੂੰ ਸਾਂਝੀ ਚਾਹੀਦੀ ਹੈ, ਫਿਰ ਮੈਂ ਵੀ ਜਨੇਊ ਨਹੀਂ ਪਾਉਣਾ। ਜਿਹੜੇ ਜਨੇਊ ਪਾਉਣ ਨਾਲ ਇੱਕ ਉੱਚਾ ਇੱਕ ਨੀਵਾਂ ਹੁੰਦਾ, ਮੈਨੂੰ ਨਹੀਂ ਮਨਜ਼ੂਰ, ਤਾਂ ਨਹੀਂ ਸੀ ਪਾਇਆ ਮਹਾਰਾਜ ਨੇ। ਅਤੇ ਤੁਹਾਨੂੰ ਤਾਂ ਇੱਥੇ ਜੇ ਬਾਣੀ ਪੜ੍ਹਨੀ ਹੈ ਤਾਂ ਵੀ ਬਰਾਬਰ ਦਾ ਹੱਕ। ਕੀਰਤਨ ਕਈ ਬੀਬੀਆਂ ਕਰਦੀਆਂ, ਜੇ ਅੰਮ੍ਰਿਤ ਦੀ ਦਾਤ ਗੁਰੂ ਗੋਬਿੰਦ ਸਿੰਘ ਨੇ ਬਖਸ਼ੀ ਭਾਈਆਂ ਨੇ ਤਾਂ ਪੰਜ ਸੀਸ ਭੇਟ ਕੀਤੇ, ਤੁਹਾਨੂੰ ਤਾਂ ਉਹ ਵੀ ਨਹੀਂ ਕਰਨਾ ਪਿਆ। ਬੈਠੇ ਬਿਠਾਏ ਅੰਮ੍ਰਿਤ ਦੀ ਦਾਤ ਬਰਾਬਰ ਮਿਲੀ। ਉੱਤੋਂ ਸਤਿਗੁਰ ਕਹਿੰਦੇ ਨੇ ਸੋ ਕਿਉਂ ਮੰਦਾ ਆਖੀਐ ਜਿੱਤ ਜੰਮੈ ਹੈ ਰਾਜਾਨ। ਕਿੰਨਾ ਸਤਿਕਾਰ ਕੀਤਾ ਹੈ, ਜੇ ਸਿੱਖਾਂ ਨੂੰ ਮੰਜੀਆਂ ਬਖਸ਼ੀਆਂ। 22 ਪ੍ਰਚਾਰਕ ਥਾਪੇ ਸੀ ਗੁਰੂ ਅਮਰਦਾਸ ਨੇ, 52 ਪੀੜੇ ਵੀ ਤਿਆਰ ਕੀਤੇ ਸੀ। 52 ਪੀੜੇ ਦਾ ਮਤਲਬ ਸੀ ਜਿਹੜੀ ਬੀਬੀ ਸਿਆਣੀ ਹੁੰਦੀ ਉਹਨੂੰ ਮਹਾਰਾਜ ਕਹਿੰਦੇ ਸੀ ਵੀ ਇਹ ਵੀ ਸਾਡੇ ਵੱਲੋਂ ਥਾਪਨਾ ਮਿਲ ਗਈ, ਇਹ ਸਿੱਖੀ ਦਾ ਪ੍ਰਚਾਰ ਕਰੋ। 22 ਪ੍ਰਚਾਰਕ ਮੰਜੀਆਂ ਬਖਸ਼ੀਆਂ, 52 ਪੀੜੇ ਬਖਸ਼ੇ ਸੀ, 72 ਉਮਰ ਆਪ ਬਣਾਏ ਸੀ ਗੁਰੂ ਅਮਰਦਾਸ ਜੀ ਨੇ ਚੰਗੇ ਪ੍ਰਚਾਰਕ। ਬਰਾਬਰ ਤੁਹਾਨੂੰ ਪ੍ਰਚਾਰਕ ਬਣਾਇਆ ਅਤੇ ਤੁਸੀਂ ਵਹਿਮਾਂ 'ਚ ਨਾ ਪਿਆ ਕਰੋ, ਗੁਰਬਾਣੀ ਪੜ੍ਹਿਆ ਕਰੋ, ਤਾਂ ਤੁਹਾਡੀ ਔਲਾਦ ਚੰਗੀ ਬਣਨੀ ਹੈ। ਕਿਉਂਕਿ 99% ਬੱਚੇ ਦੇ ਵਿੱਚ ਮਾਂ ਹੁੰਦੀ ਹੈ। ਆਖੋ ਸਤਨਾਮ। ਬੱਚੇ ਦਾ ਸਰੀਰ ਬਣਦਾ ਮਾਂ ਦੇ ਸਰੀਰ ਤੋਂ, ਦੁੱਧ ਜਿਹੜਾ ਚੁੰਘਦਾ ਉਹ ਵੀ ਮਾਂ ਦੇ ਖੂਨ ਤੋਂ ਬਣਦਾ। ਅਤੇ ਜਿਹੇ ਜੇ ਖਿਆਲ ਮਾਂ ਦੇ ਹੋਣ ਉਸ ਵੇਲੇ ਜਦੋਂ ਬੱਚਾ ਮਾਂ ਦੇ ਢਿੱਡ 'ਚ ਹੁੰਦਾ, ਉਦੋਂ ਖਿਆਲ ਅਤੇ ਬੱਚੇ ਦਾ ਮਨ ਵੀ ਉਹੇ ਜਿਹੀ ਹੁੰਦਾ ਗੁਰਮੁਖੋ। ਇਸ ਕਰਕੇ ਭਾਈ ਭੈਣਾਂ ਨੂੰ ਖਾਸ ਕਰਕੇ ਬੇਨਤੀ ਹੈ, ਵੱਧ ਤੋਂ ਵੱਧ ਤੁਸੀਂ ਆਪ ਬਾਣੀ ਨਾਲ ਜੁੜੋ, ਅੰਮ੍ਰਿਤ ਛਕੋ, ਗੁਰੂ ਵਾਲੀਆਂ ਬਣੋ, ਮਹਾਰਾਜ ਦੀਆਂ ਧੀਆਂ ਬਣੋ। ਹੁਣ ਹਿੰਦੂ ਵੀਰ ਆ ਗਏ, ਪਾਤਸ਼ਾਹ ਸਾਡਾ ਧਰਮ ਖਤਰੇ ਵਿੱਚ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਫਿਕਰ ਨਾ ਕਰੋ, ਅਸੀਂ ਜੰਜੂ ਲੈਣ ਨਹੀਂ ਦਿੰਦੇ। ਪਰ ਕੀਤਾ ਕੀ ਜਾਵੇ, ਇਹ ਸੋਚਦੇ ਸੀ ਵੀ ਹੁਣ ਕਰੀਏ ਕੀ। ਪੰਡਿਤਾਂ ਨੂੰ ਕਹਿੰਦੇ ਤੁਸੀਂ ਬਹਿ ਜਾਓ, ਉਹ ਕਹਿੰਦੇ ਅਸੀਂ ਓਨਾ ਚਿਰ ਬਹਿੰਦੇ ਨਹੀਂ ਜਿੰਨਾ ਚਿਰ ਸਾਡਾ ਮਸਲਾ ਹੱਲ ਨਹੀਂ ਹੁੰਦਾ, ਦੁਖੀ ਨੂੰ ਕਿੱਥੇ ਚੈਨ। ਮਹਾਰਾਜ ਕਹਿੰਦੇ ਆਪਾਂ ਸੋਚਦੇ ਹਾਂ। ਸਤਿਗੁਰ ਸੋਚ ਰਹੇ ਸੀ, ਪੰਡਿਤ ਖੜ੍ਹੇ ਦਰਬਾਰ ਦੇ ਵਿੱਚ, ਇੰਨੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ, ਉਦੋਂ ਨਾਂ ਸੀ ਗੋਬਿੰਦ ਰਾਏ, 9 ਸਾਲ ਦੀ ਉਮਰ, ਸਾਥੀ ਹਾਣੀਆਂ ਨਾਲ ਖੇਡਦੇ ਖੇਡਦੇ ਆਏ। ਅਤੇ ਜਦੋਂ ਆਏ ਗੁਰੂ ਤੇਗ ਬਹਾਦਰ ਨੂੰ ਮੱਥਾ ਟੇਕ ਕੇ ਕੋਲ ਬਹਿ ਗਏ, ਦੇਖਿਆ ਮਹਾਰਾਜ ਡੂੰਘੀ ਸੋਚ 'ਚ ਡੁੱਬੇ ਹੋਏ। ਪੁੱਛ ਲਿਆ, ਕਹਿੰਦੇ ਪਿਤਾ ਜੀ ਅੱਗੇ ਜਿਹੜਾ ਵੀ ਆਉਂਦਾ ਮੱਥਾ ਟੇਕ ਕੇ ਬਹਿ ਜਾਂਦਾ, ਤੁਸੀਂ ਪਿਆਰੇ ਪਿਆਰੇ ਬਚਨ ਸੰਗਤ ਨਾਲ ਕਰਦੇ ਹੁੰਦੇ ਹੋ, ਅੱਜ ਕੀ ਗੱਲ ਹੈ, ਦਰਬਾਰ 'ਚ ਇੰਨੀ ਉਦਾਸੀ ਕਾਹਤੋਂ ਛਾਈ ਹੈ? ਆਹ ਧੋਤੀਆਂ ਬੋਧੀਆਂ ਵਾਲੇ ਅੱਗੇ ਤਾਂ ਕਿਤੇ ਦੇਖੇ ਨਹੀਂ, ਇਹ ਕੌਣ ਨੇ, ਕਿੱਥੋਂ ਆਏ ਨੇ,
ਕੀ ਗੱਲ ਹੈ ਦੱਸੋ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਪੁੱਤਰਾ ਇਹ ਕਸ਼ਮੀਰ ਤੋਂ ਆਏ ਹੋਏ ਦੁਖੀ ਪੰਡਿਤ ਨੇ, ਇਹਨਾਂ ਦਾ ਧਰਮ ਖਤਰੇ ਵਿੱਚ ਹੈ, ਇਹ ਹੁਣ ਅਰਜ਼ ਲੈ ਕੇ ਆਏ ਆ ਵੀ ਸਾਡੀ ਰਾਖੀ ਕਰੋ। ਬਾਲ ਗੋਬਿੰਦ ਰਾਏ ਕਹਿੰਦੇ ਫਿਰ ਇਹਨਾਂ ਦਾ ਧਰਮ ਕਿਵੇਂ ਬਚੂਗਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਔਰੰਗਜ਼ੇਬ ਦਿੱਲੀ ਦਾ ਬਾਦਸ਼ਾਹ ਬੜਾ ਜ਼ਾਲਮ ਹੈ, ਜੇ ਉਹਦੇ ਜ਼ੁਲਮਾਂ ਨੂੰ ਠੱਲ ਪਾਉਣੀ ਹੈ, ਇਹਨਾਂ ਹਿੰਦੂਆਂ ਨੂੰ ਬਚਾਉਣਾ ਹੈ, ਗੱਲਬਾਤ ਨਾਲ ਮਸਲਾ ਹੱਲ ਨਹੀਂ ਹੋਣਾ, ਕਿਸੇ ਮਹਾਨ ਸੂਰਬੀਰ ਨੂੰ ਹੁਣ ਕੁਰਬਾਨੀ ਦੇਣੀ ਪੈਣੀ ਹੈ, ਜਾਂ ਮਰਨਾ ਪਊ ਜਾਂ ਮਾਰਨਾ ਪਊ। ਤੇ ਬਾਲ ਗੋਬਿੰਦ ਰਾਏ ਕਹਿੰਦੇ ਫਿਰ ਤੁਸੀਂ ਕੀ ਸੋਚਿਆ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੈਂ ਸੋਚ ਰਿਹਾ ਵੀ ਕੀ ਕਰੀਏ। ਦੇਖੋ 9 ਸਾਲ ਦੀ ਉਮਰ ਸੀ, ਆਪਣੇ ਪਿਤਾ ਗੁਰੂ ਤੇਗ ਬਹਾਦਰ ਨੂੰ ਬਾਲ ਗੋਬਿੰਦ ਰਾਏ ਕਹਿੰਦੇ ਸੋਚਣ ਵਾਲੀ ਕਿਹੜੀ ਗੱਲ ਹੈ, ਤੁਸੀਂ ਆਪਣੇ ਘਰ ਦਾ ਅਸੂਲ ਵੇਖੋ, ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਪਿਤਾ ਜੀ ਜਿਹੜਾ ਦਰ ਸਤਿਗੁਰ ਦੇ ਆਇਆ ਕੋਈ ਵੀ ਖਾਲੀ ਮੁੜਿਆ ਨੀ, ਜਿਹੜਾ ਦਰ ਸਤਿਗੁਰ ਦੇ ਆਇਆ ਕੋਈ ਵੀ ਖਾਲੀ ਮੁੜਿਆ ਨੀ, ਸਤਿਗੁਰ ਦੇ ਆਇਆ ਕੋਈ ਵੀ ਖਾਲੀ ਮੁੜਿਆ ਨੀ, ਜਿਹੜਾ ਦਰ ਸਤਿਗੁਰ ਦੇ ਆਇਆ ਕੋਈ ਵੀ ਖਾਲੀ ਮੁੜਿਆ ਨੀ, ਕਹਿੰਦੇ ਗੁਰੂ ਨਾਨਕ ਦੇ ਦਰ ਤੋਂ ਤਾਂ ਕੋਈ ਖਾਲੀ ਨਹੀਂ ਮੁੜਦਾ, ਜੇ ਕੁਰਬਾਨੀ ਦੇਣ ਨਾਲ ਧਰਮ ਬਚਦਾ ਹੈ, ਤੁਹਾਡੇ ਨਾਲੋਂ ਵੱਡਾ ਕੌਣ ਹੈ, ਫਿਰ ਤੁਸੀਂ ਉਹੀ ਦੇ ਦਿਓ ਕੁਰਬਾਨੀ। ਹੁਣ ਆਹ ਗੱਲ ਜਦੋਂ ਕਹੀ ਕਈ ਹੱਸ ਪਏ ਵੀ ਬੱਚਾ ਇਹਨੂੰ ਪਤਾ ਨਹੀਂ, ਪਰ ਹਿੰਦੂ ਪੰਡਿਤ ਤੇ ਗੁਰੂ ਤੇਗ ਬਹਾਦਰ ਮਹਾਰਾਜ ਐਂ ਦੇਖਣ ਬਾਲ ਗੋਬਿੰਦ ਰਾਏ ਵੱਲ, ਹੈਂ ਵੀ 9 ਸਾਲ ਦਾ ਕਹਿ ਰਿਹਾ ਤੁਸੀਂ ਕੁਰਬਾਨੀ ਦੇ ਦਿਓ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਪੁੱਤਰਾ ਤੈਨੂੰ ਪਤਾ ਨਹੀਂ ਹੈ, ਕੁਰਬਾਨੀ ਤਾਂ ਮੈਂ ਦੇ ਦਿਆਂਗਾ, ਤੇਰੀ ਮਾਂ ਵਿਧਵਾ ਹੋ ਜੂ, ਤੂੰ ਅਨਾਥ ਹੋ ਜਾਏਗਾ, ਤੇ ਗਾਹਾਂ ਵੀ ਔਰੰਗਜ਼ੇਬ ਨੇ ਘੱਟ ਨਹੀਂ ਕਰਨੀ, ਅੱਗੇ ਸਾਡੇ ਪਰਿਵਾਰ ਵੱਲ ਦੇਖ। ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਿਤਾ ਜੀ ਸਨ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਦੇ ਪਿਤਾ ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ ਜੀ ਦੇ ਦਾਦਾ ਜੀ ਨੇ ਗੁਰੂ ਅਰਜਨ ਦੇਵ।
ਹੁਣ ਗੁਰੂ ਅਰਜਨ ਦੇਵ ਦੀ ਸ਼ਹੀਦੀ ਤੋਂ ਬਾਅਦ ਕਿਹੜਾ ਘੱਟ ਕੀਤੀ ਸੀ ਸਰਕਾਰ ਨੇ? 11 ਸਾਲ ਦੀ ਉਮਰ ਸੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਜਦੋਂ ਚੱਕ ਕੇ ਗਵਾਲੀਅਰ ਦੇ ਕਿਲੇ 'ਚ ਕੈਦ ਕਰਤਾ ਸੀ। ਆ 11-11 ਸਾਲ ਦੇ ਤੁਹਾਡੇ ਬੱਚੇ ਹੈਗੇ, ਅਤੇ ਕਿਲਾ ਵੀ ਗਵਾਲੀਅਰ ਦਾ ਉਹ ਸੀ ਜੀ ਉਹਨੂੰ ਲਿਜਾਂਦੇ ਜਿਹਨੂੰ ਜਿਉਂਦਾ ਬਾਹਰ ਨਹੀਂ ਸੀ ਕੱਢਣਾ ਹੁੰਦਾ। ਹੁਣ ਜਿਹਦੇ ਪਿਤਾ ਨਾਲ ਜਿਹਦੇ ਦਾਦੇ ਨਾਲ ਇਹ ਹੋਈ ਹੋਵੇ ਉਹ ਕਿਤੇ ਭੁੱਲ ਸਕਦਾ? ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸਰਕਾਰ ਨੇ ਘੱਟ ਨਹੀਂ ਕਰਨੀ, ਮੈਂ ਸੋਚਦਾ ਵੀ ਤੇਰਾ ਕੀ ਬਣੂ, ਤੇਰੀ ਮਾਂ ਵਿਧਵਾ ਹੋ ਜੂ। ਬਾਲ ਗੋਬਿੰਦ ਰਾਏ ਕਹਿੰਦੇ ਜੇ ਮੇਰੀ ਮਾਂ ਦੇ ਵਿਧਵਾ ਹੋਣ ਨਾਲ ਲੱਖਾਂ ਹਿੰਦੂ ਬੀਬੀਆਂ ਵਿਧਵਾ ਹੋਣੋਂ ਬਚਦੀਆਂ ਤਾਂ ਮੇਰੀ ਮਾਂ ਨੂੰ ਵਿਧਵਾ ਹੋ ਹੀ ਲੈਣ ਦਿਓ, ਜੇ ਮੇਰੇ ਇਕੱਲੇ ਦੇ ਅਨਾਥ ਹੋਣ ਨਾਲ ਲੱਖਾਂ ਹੀ ਹਿੰਦੂ ਬੱਚੇ ਅਨਾਥ ਹੋਣੋਂ ਬਚਦੇ ਨੇ ਫਿਰ ਮੈਨੂੰ ਅਨਾਥ ਹੋ ਹੀ ਲੈਣ ਦਿਓ। ਜਦੋਂ ਆਹ ਗੱਲ ਕਹੀ ਨਾ ਸਤਿਗੁਰੂ ਤੇਗ ਬਹਾਦਰ ਉਦੋਂ ਵੀ ਡੂੰਘੀ ਸੋਚ 'ਚ ਡੁੱਬ ਗਏ। ਬਾਲ ਗੋਬਿੰਦ ਰਾਏ ਕਹਿੰਦੇ ਪਿਤਾ ਜੀ ਹੁਣ ਤਾਂ ਫੈਸਲਾ ਹੋ ਗਿਆ, ਹੁਣ ਕੀ ਸੋਚਦੇ ਹੋ? ਨੌਵੇਂ ਪਾਤਸ਼ਾਹ ਕਹਿੰਦੇ ਪਹਿਲਾਂ ਤਾਂ ਸੋਚਦਾ ਸੀ ਇਹਨਾਂ ਬਾਰੇ, ਹੁਣ ਸੋਚਦਾ ਤੇਰੇ ਬਾਰੇ ਵੀ ਬਾਅਦ 'ਚ ਤੇਰਾ ਕੀ ਬਣੂੰਗਾ। ਪਤਾ ਉਦੋਂ ਬਚਨ ਕੀ ਕਿਹਾ? ਕਹਿੰਦੇ ਮੇਰੀ ਫਿਕਰ ਨਾ ਕਰੋ, ਜਬ ਥੇ ਮਾਤਾ ਉਧਰ ਮੇ ਤਬ ਰਾਖਾ ਥਾ ਜੋਏ, ਅਬ ਤੋਂ ਭਏ 9 ਸਾਲ ਕੇ ਕਿਉਂ ਨਾ ਸਹਾਈ ਹੋਏ। ਕਹਿੰਦੇ ਪਿਤਾ ਜੀ ਜਦੋਂ ਮੈਂ ਮਾਂ ਦੇ ਪੇਟ 'ਚ ਸੀ ਉਦੋਂ ਕਿਹੜੇ ਡਾਕਟਰ ਨੇ ਅੱਖਾਂ ਬਣਾਈਆਂ? ਕੋਈ ਡਾਕਟਰ ਨੇ ਦੱਸਿਆ ਸੀ ਵੀ ਇਹਦਾ ਦਿਲ ਬਣ ਗਿਆ ਜਾਂ ਨਹੀਂ? ਜਿਹੜੇ ਵਾਹਿਗੁਰੂ ਨੇ ਉੱਥੇ ਸਰੀਰ ਬਣਾਇਆ ਰੱਖਿਆ ਕੀਤੀ, ਹੁਣ ਤਾਂ ਮੈਂ 9 ਸਾਲ ਦਾ ਹੋ ਗਿਆ, ਉਹ ਹੁਣ ਵੀ ਮੇਰੀ ਰਾਖੀ ਕਰੂ। ਆਖੋ ਸਤਨਾਮ। ਵਾਹਿਗੁਰੂ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਾਖਨ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰੋ ਤਾਰਨ ਹਾਰੇ। ਕਹਿੰਦੇ ਉਹ ਹੈਗਾ ਵਾਹਿਗੁਰੂ, ਜਦੋਂ ਆਪਣੇ ਪੁੱਤਰ ਦੀ ਐਡੀ ਦਲੇਰੀ ਦੇਖੀ, ਗੁਰੂ ਤੇਗ ਬਹਾਦਰ ਸਾਹਿਬ ਹਿੰਦੂਆਂ ਨੂੰ ਕਹਿੰਦੇ ਜਾਓ ਔਰੰਗਜ਼ੇਬ ਨੂੰ ਕਹਿ ਦਿਓ ਕਿ ਤੇਗ ਬਹਾਦਰ ਜੀ ਨੂੰ ਮੁਸਲਮਾਨ ਬਣਾ ਲੇ, ਅਸੀਂ ਆਪੇ ਬਣ ਜਾਂਗੇ। ਔਰੰਗਜ਼ੇਬ ਕੋਲ ਗਏ ਹਿੰਦੂ, ਇਹ ਸ਼ਰਤ ਰੱਖੀ ਸੀ ਵੀ ਬਾਦਸ਼ਾਹ ਅਸੀਂ ਸਾਰੇ ਗੁਰੂ ਤੇਗ ਬਹਾਦਰ ਦੇ ਮੰਗਰ ਚੱਲਦੇ ਹਾਂ, ਜਿਵੇਂ ਉਹ ਕਹਿਣਗੇ ਉਵੇਂ ਕਰ ਲਾਂਗੇ, ਤੂੰ ਇੰਨਿਆਂ ਨਾਲ ਕਾਹਤੋਂ ਲੜਦਾ ਹੈ, ਸਾਡੇ ਤੇ ਜ਼ੁਲਮ ਕਰਕੇ ਕਿਉਂ ਪਾਪ ਦਾ ਭਾਗੀਦਾਰ ਬਣਦਾ ਹੈ? ਇਕੱਲੇ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਬਣਾ ਲੈ, ਅਸੀਂ ਸਾਰੇ ਬਣ ਜਾਂਗੇ। ਔਰੰਗਜ਼ੇਬ ਕਹਿੰਦਾ ਲੈ ਵੀ ਮੇਰਾ ਵਾਅਦਾ ਹੈ, ਮੈਂ ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਣਾਊਂ, ਜੇ ਨਾ ਬਣਾ ਸਕਿਆ ਮੈਨੂੰ ਬਾਦਸ਼ਾਹ ਨਾ ਕਿਉਂ, ਮੈਂ ਤੁਹਾਡੇ ਤੇ ਨਹੀਂ ਜ਼ੁਲਮ ਕਰਦਾ। ਆਹ ਸ਼ਰਤ ਮੰਨ ਗਿਆ ਸੀ, ਤੁਹਾਨੂੰ ਨਹੀਂ ਕੁਛ ਕਹਿੰਦਾ। ਉਹ ਕਹਿੰਦੇ ਠੀਕ ਹੈ, ਉਹ ਤਾਂ ਚਲੇ ਗਏ ਆਪੋ ਆਪਣੇ ਘਰ। ਇੱਧਰੋਂ ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਅਨੰਦਪੁਰ ਸਾਹਿਬ ਦੀ ਸਾਰੀ ਜ਼ਿੰਮੇਵਾਰੀ ਫਿਰ ਗੁਰਸਿੱਖਾਂ ਨੂੰ ਸੰਭਾਈ, ਪਤਾ ਸੀ ਵੀ ਹੁਣ ਮੁੜ ਕੇ ਨਹੀਂ ਆਉਣਾ।
ਮਾਤਾ ਗੁਜਰ ਕੌਰ ਜੀ ਨੂੰ ਕਹਿੰਦੇ, ਗੁਜਰੀ ਬੇਟਾ ਨਿਆਣਾ ਹੈ, ਬਹੁਤ ਵੱਡੀ ਜ਼ਿੰਮੇਵਾਰੀ ਆ ਗਈ ਆਪਣੇ ਸਿਰ। ਮਾਤਾ ਗੁਜਰੀ ਕਹਿੰਦੀ, ਹਾਂ ਸਵਾਮੀ ਜੀ ਗੁਰਦੇਵ, ਹੁਣ ਕਿਵੇਂ ਕਰੋਂਗੇ, ਫਿਰ ਦਿੱਲੀ ਜਾਓਗੇ? ਸਤਿਗੁਰ ਕਹਿੰਦੇ, ਹਾਂ ਦਿੱਲੀ ਵੀ ਜਾਵਾਂਗੇ ਔਰ ਹਿੰਦੂਆਂ ਦਾ ਧਰਮ ਵੀ ਜ਼ਰੂਰ ਬਚਾਵਾਂਗੇ। ਮਾਤਾ ਗੁਜਰੀ ਕਹਿੰਦੀ, ਤੁਹਾਡੇ ਸਿਰ ਤਾਂ ਬਾਹਲੀ ਜ਼ਿੰਮੇਵਾਰੀ ਆ ਗਈ। ਉਦੋਂ ਨਾਮ ਗੁਜਰੀ ਸੀ, ਬਾਅਦ 'ਚ ਗੁਜਰ ਕੌਰ ਪਿਆ ਜਦੋਂ ਅੰਮ੍ਰਿਤ ਛਕ ਲਿਆ ਸੀ, ਪਰ ਸਤਿਕਾਰ ਨਾਲ ਆਪਾਂ ਕਹੀਏ ਮਾਤਾ ਗੁਜਰ ਕੌਰ ਜੀ ਕਹਿੰਦੇ, ਤੁਹਾਡੇ ਸਿਰ ਤਾਂ ਬਾਹਲੀ ਵੱਡੀ ਜ਼ਿੰਮੇਵਾਰੀ ਆ ਗਈ। ਨੌਵੇਂ ਸਤਿਗੁਰੂ ਕਹਿੰਦੇ, ਗੁਜਰੀ ਮੈਂ ਤਾਂ ਜ਼ਿੰਮੇਵਾਰੀ ਨਿਭਾ ਲੂੰਗਾ, ਪਰ ਇਦੋਂ ਵੱਡੀ ਜ਼ਿੰਮੇਵਾਰੀ ਤਾਂ ਤੇਰੇ ਸਿਰ ਆ ਗਈ, ਖਿਆਲ ਰੱਖੀ ਬੱਚਾ ਨਿਆਣਾ। ਤੇ ਜਾਣ ਵੇਲੇ ਇਹ ਵੀ ਕਹਿ ਕੇ ਗਏ ਨੇ, ਕਹਿੰਦੇ ਇਹਨਾਂ ਦੀ ਸ਼ਾਦੀ ਛੇਤੀ ਕਰ ਦਿਓ, ਆਪਣੇ ਪੁੱਤਰ ਗੋਬਿੰਦ ਰਾਏ ਦੀ ਸ਼ਾਦੀ ਛੇਤੀ ਕਰ ਦਿਓ, ਇਹਨਾਂ ਨੇ ਬਹੁਤਾ ਸਮਾਂ ਨਹੀਂ ਭੋਗਣਾ, ਉਮਰ ਇਹਨਾਂ ਦੀ ਸਰੀਰਕ ਤੌਰ 'ਤੇ ਬਹੁਤ ਥੋੜ੍ਹੀ ਹੈ, ਪਰ ਇਹਨਾਂ ਦੀ ਔਲਾਦ ਨੇ, ਕਾਰਜ ਉਹ ਕਰਨੇ ਆ ਜਿਹੜੇ ਹੋਰ ਕੋਈ ਨਹੀਂ ਕਰ ਸਕਿਆ। ਗੁਰੂ ਇਹ ਕਹਿ ਕੇ ਗਏ ਸੀ। ਤਾਂ ਫਿਰ ਗੁਰਮੁਖ ਪਿਆਰਿਓ, ਆਨੰਦਪੁਰ ਸਾਹਿਬ ਤੋਂ ਗੁਰੂ ਤੇਗ ਬਹਾਦਰ ਮਹਾਰਾਜ ਚੱਲੇ। ਲਓ ਸਾਰੀ ਸੰਗਤ ਬੋਲਿਓ, ਸਤਿਗੁਰ ਕਰ ਅਰਦਾਸਾ ਤੁਰ ਪਏ, ਡੁੱਬਦਾ ਧਰਮ ਬਚਾਵਣ ਲਈ। ਸਤਿਗੁਰ ਕਰ ਅਰਦਾਸਾ ਤੁਰ ਪਏ, ਡੁੱਬਦਾ ਧਰਮ ਬਚਾਵਣ ਲਈ। ਧਰਮ ਬਚਾਵਣ ਲਈ ਡੁੱਬਦਾ ਧਰਮ ਬਚਾਵਣ ਲਈ, ਡੁੱਬਦਾ ਧਰਮ ਬਚਾਵਣ ਲਈ, ਡੁੱਬਦਾ ਧਰਮ ਬਚਾਵਣ ਲਈ। ਸਤਿਗੁਰ ਕਰ ਅਰਦਾਸਾ ਤੁਰ ਪਏ, ਡੁੱਬਦਾ ਧਰਮ ਬਚਾਵਣ ਲਈ। ਸਤਿਗੁਰ ਕਰ ਅਰਦਾਸਾ ਤੁਰ ਪਏ, ਡੁੱਬਦਾ ਧਰਮ ਬਚਾਵਣ ਲਈ। ਧੰਨ ਗੁਰੂ
ਸਿੰਘ ਬਹਾਦਰ ਸਾਹਿਬ ਅਨੰਦਪੁਰ ਸਾਹਿਬ ਤੋਂ ਚੱਲੇ ਗਏ। ਕਈ ਥਾਵਾਂ 'ਤੇ ਚਰਨ ਪਾਉਂਦੇ ਪਾਉਂਦੇ ਆਗਰੇ ਪਹੁੰਚੇ ਸੀ। ਇਤਿਹਾਸ ਤਾਂ ਲੰਬਾ ਹੈ, ਪਰ ਆਪਾਂ ਜੀਵਨ ਗੁਰੂ ਗੋਬਿੰਦ ਸਿੰਘ ਦਾ ਸਾਂਝਾ ਕਰ ਰਹੇ ਹਾਂ, ਉਹ ਸਮਝਿਓ ਵੀ ਕਿਵੇਂ ਕਿਵੇਂ ਹੋਇਆ। ਆਗਰੇ ਗਏ, ਗੁਰੂ ਕਾ ਬਾਗ ਹੈ ਉੱਥੇ ਗੁਰਦੁਆਰਾ ਗੁਰੂ ਕਾ ਬਾਗ, ਉੱਥੇ ਗੁਰਮੁਖ ਪਿਆਰਿਓ ਇੱਕ ਆਜੜੀ ਭੇਡਾਂ ਚਾਰਦਾ ਫਿਰਦਾ ਸੀ ਉਹ ਮੁਸਲਮਾਨ। ਔਰੰਗਜ਼ੇਬ ਦੇ ਸਿਪਾਹੀ ਹੋਕਾ ਦਿੰਦੇ ਫਿਰਦੇ ਹੈ, ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਅਨੰਦਪੁਰ ਸਾਹਿਬ ਤੋਂ ਆਪਣੀ ਜਾਨ ਬਚਾਉਣ ਦਾ ਮਾਰਾ ਲੁਕਦਾ ਫਿਰਦਾ ਹੈ, ਜਿਹੜਾ ਕੋਈ ਉਹਦੀ ਦੱਸ ਪਾਊਗਾ ਉਹਨੂੰ ਇਨਾਮ ਦੇਵਾਂਗੇ। ਉਹ ਆਜੜੀ ਨੇ ਕਿਤੇ ਸੁਣ ਲਿਆ, ਉਹਨੂੰ ਪਤਾ ਨਹੀਂ ਸੀ ਵੀ ਗੁਰੂ ਤੇਗ ਬਹਾਦਰ ਕੌਣ ਹੈ, ਜਾਣਦਾ ਨਹੀਂ ਸੀ। ਮਨ 'ਚ ਸੋਚਦਾ ਕਹਿੰਦਾ ਹੇ ਅੱਲਾ, ਜੇ ਕਿਤੇ ਆਹ ਮੈਨੂੰ ਮਿਲ ਜੇ ਨਾ, ਮੈਂ ਫੜਾ ਦਿਆਂ, ਇਨਾਮ ਮਿਲ ਜੇ ਤੇ ਮੇਰੀਆਂ ਦੋ ਧੀਆਂ, ਘਰ 'ਚ ਗਰੀਬੀ ਹੈ, ਨਿਕਾਹ ਦਾ ਦਿਨ ਸੀ ਨੇੜੇ, ਵਿਆਹ ਦਾ ਪ੍ਰਬੰਧ ਹੋ ਨਹੀਂ ਸਕਿਆ, ਤੇ ਇਨਾਮ ਦੀ ਮਾਇਆ ਨਾਲ ਮੈਂ ਕੁੜੀਆਂ ਵਿਆਹ ਦਿਆਂ। ਕਹਿੰਦਾ ਕੁਦਰਤ ਤੋਂ ਹੀ ਸੋਚਦਾ ਸੀ ਤੇ ਮੂਹਰੇ ਸਤਿਗੁਰ ਬੈਠੇ, ਇਹਨੂੰ ਆਪ ਆਵਾਜ਼ ਮਾਰੀ, ਕਹਿੰਦੇ ਭਾਈ ਆਜੜੀਆ ਆ ਲੈ ਕੁਛ ਮਾਇਆ ਦਿੱਤੀ। ਇਤਿਹਾਸਕਾਰ ਦਿਸਦੇ ਆ ਇੱਕ ਮੁੰਦਰੀ ਦਿੱਤੀ ਸੋਨੇ ਦੀ, ਬਹੁਤ ਕੀਮਤੀ, ਕਹਿੰਦੇ ਆਹ ਵੇਚਿਆ, ਇਹਨੂੰ ਵੇਚ ਕੇ ਜੋ ਮਾਇਆ ਮਿਲੀ ਉਹਦੀ ਮਠਿਆਈ ਲਿਆ, ਅਸੀਂ ਛਕਣੀ ਹੈ, ਦੂਰੋਂ ਆਏ ਹਾਂ। ਉਹ ਕਹਿੰਦਾ ਜੀ ਕੱਪੜਾ ਤਾਂ ਕੋਈ ਹੈ ਨਹੀਂ, ਨਾ ਭਾਂਡਾ ਲਿਆਊਂ ਕਾਹਦੇ 'ਚ, ਮਹਾਰਾਜ ਕੋਲੇ ਕੀਮਤੀ ਦੁਸ਼ਾਲਾ ਸੀ ਉੱਤੇ ਲੈਣ ਵਾਲਾ, ਉਹ ਦੇਤਾ। ਉਹ ਲੈ ਕੇ ਆਜੜੀ ਜਦੋਂ ਵੇਚਣ ਗਿਆ ਮੁੰਦਰੀ, ਉਹਦੇ ਉੱਤੇ ਗਾਹਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਮੋਹਰ ਲੱਗੀ ਹੋਈ। ਉਹ ਵੇਚਣ ਵਾਲੇ ਨੇ ਪਛਾਣ ਲਈ, ਕਹਿੰਦਾ ਇਹ ਕਿੱਥੋਂ ਲਿਆਇਆ ਐਡਾ ਕੀਮਤੀ ਦੁਸਾਲਾ ਅਤੇ ਇੰਨੀ ਸੋਹਣੀ ਇਹ ਮੁੰਦਰੀ ਚੱਕੀ ਫਿਰਦਾ ਹੈ। ਉਹ ਭੇਡਾਂ ਚਾਰਨ ਵਾਲੇ ਨੇ ਦੱਸਤਾ, ਕਹਿੰਦਾ ਬਾਹਰ ਫਕੀਰ ਬੈਠੇ ਆ, ਉਹਨਾਂ ਨੇ ਦਿੱਤੀ। ਉਹ ਕਹਿੰਦਾ ਝੂਠ ਬੋਲਦਾ ਹੈ। ਉਹ ਸੁਨਿਆਰੇ ਨੇ ਸਿਪਾਹੀਆਂ ਕੋਲ ਗੱਲ ਕਰਤੀ, ਸਿਪਾਹੀ ਕਹਿੰਦੇ ਦੱਸ ਕਿੱਥੇ ਹੈ। ਹੁਣ ਜਿਹਨੂੰ ਸਰਕਾਰ ਭਾਲਦੀ ਹੋਵੇ ਉਹਦਾ ਸਮਾਨ ਜਿਹਦੇ ਕੋਲੋਂ ਵੀ ਮਿਲ ਜੇ, ਤੁਹਾਨੂੰ ਪਤਾ ਪੁਲਿਸ ਵਾਲੇ ਉਸੇ ਨੂੰ ਢਾਲ ਲੈਂਦੇ ਆ ਵੀ ਤੈਨੂੰ ਪਤਾ ਹੋਊ ਕਿੱਥੇ ਆ, ਇਹਨੂੰ ਵੀ ਕਹਿੰਦੇ ਦੱਸ। ਉਹ ਲੈ ਕੇ ਆ ਗਿਆ ਫਿਰ ਗੁਰੂ ਮਹਾਰਾਜ, ਉੱਥੋਂ ਆਗਰੇ ਤੋਂ ਗ੍ਰਿਫਤਾਰ ਹੋਏ। ਆਖੋ ਸਤਨਾਮ। ਆਗਰੇ ਤੋਂ ਫਿਰ ਸਤਿਗੁਰ ਨੂੰ ਗ੍ਰਿਫਤਾਰ ਕਰਕੇ ਦਿੱਲੀ ਲੈ ਕੇ ਗਏ। ਉੱਥੇ ਪਹਿਲਾਂ ਤਾਂ ਭਾਈ ਹਵੇਲੀ 'ਚ ਬੰਦ ਰੱਖਿਆ, ਭੂਤਾਂ ਵਾਲੀ ਹਵੇਲੀ ਕਹਿੰਦੇ ਸੀ ਉਹਨੂੰ। ਪੰਜ ਸਿੱਖ ਨਾਲ ਗਏ ਸੀ, ਉਹਨਾਂ ਨੂੰ ਵੀ ਦੁੱਖ ਤਕਲੀਫਾਂ ਭੁੱਖ ਰੱਖਿਆ। ਔਰੰਗਜ਼ੇਬ ਨਾਲ ਮੁਲਾਕਾਤ ਹੋਈ, ਸਮਾਂ ਵੀ ਇਜਾਜ਼ਤ ਨਹੀਂ ਦਿੰਦਾ, ਬਸ ਮੋਟੀ ਮੋਟੀ ਬੇਨਤੀ ਕਰਦਿਆਂ ਸਮਝ ਲਿਓ ਕਿਤੇ ਫਿਰ ਸਮਾਂ ਮਿਲਿਆ, ਫਿਰ ਆਪਾਂ ਖੁੱਲ੍ਹੀ ਵਿਚਾਰ ਕਰਾਂਗੇ, ਖੋਲ੍ਹ ਕੇ ਇਤਿਹਾਸ ਚੰਗੀ ਤਰ੍ਹਾਂ। ਪਰ ਮੁੱਕਦੀ ਗੱਲ ਸਮਝ ਲਿਓ, ਔਰੰਗਜ਼ੇਬ ਨੂੰ ਜਦੋਂ ਮਹਾਰਾਜ ਮਿਲੇ ਨਾ, ਉਹਨੇ ਕਿਹਾ ਸੀ, ਕਹਿੰਦਾ ਮੈਂ ਤੁਹਾਨੂੰ ਪੀਰੀ ਦੀ ਕੁਰਸੀ ਦੇ ਦਿੰਦਾ, ਸਿੱਖ ਤਾਂ ਹੈਗੇ ਹੀ ਹੈਗੇ ਤੁਹਾਡੇ ਮਗਰ, ਹਿੰਦੂ ਵੀ ਸਾਰੇ ਕਹਿੰਦੇ ਨੇ ਅਸੀਂ ਗੁਰੂ ਤੇਗ ਬਹਾਦਰ ਨੂੰ ਮੰਨਦੇ ਹਾਂ, ਉਹ ਵੀ ਤੁਹਾਡੇ ਬਣਨਗੇ।
ਤੁਸੀਂ ਮੁਸਲਮਾਨ ਹੋ ਜਾਓ, ਮੁਸਲਮਾਨ ਵੀ ਤੁਹਾਨੂੰ ਪੂਜਣਗੇ, ਇਸਲਾਮ 'ਚ ਆ ਜਾਓ। ਸਤਿਗੁਰ ਕਹਿੰਦੇ ਔਰੰਗਜ਼ੇਬ, ਇਹ ਤਾਂ ਨਹੀਂ ਹੋ ਸਕਦਾ, ਜਿਵੇਂ ਤੈਨੂੰ ਆਪਣਾ ਧਰਮ ਪਿਆਰਾ ਉਵੇਂ ਸਭ ਨੂੰ ਹੀ ਆਪਣਾ ਧਰਮ ਪਿਆਰਾ। ਹੋਰ ਗੱਲ ਕਰ, ਕਹਿੰਦਾ ਫਿਰ ਕਰਾਮਾਤ ਦਿਖਾ ਦਿਓ। ਇੱਥੇ ਸਤਿਗੁਰ ਕਹਿੰਦੇ ਤੈਨੂੰ ਕਰਾਮਾਤ ਵੀ ਨਹੀਂ ਦਿਖਾਉਣੀ, ਹਾਲਾਂਕਿ ਬਹੁਤ ਥਾਂ 'ਤੇ ਕਰਾਮਾਤ ਵਰਤੀ, ਪਰ ਕਰਾਮਾਤ ਉਹਨੂੰ ਦਿਖਾਈ ਸੀ ਜਿੱਥੇ ਕੋਈ ਆਪ ਕਰਾਮਾਤੀਆ ਸੀ ਗੁਰੂ। ਹੁਣ ਇੱਕ ਬੰਦਾ ਅੰਗਰੇਜ਼ੀ ਜਾਣਦਾ, ਤੁਸੀਂ ਉਹਦੇ ਮੂਹਰੇ ਪੰਜਾਬੀ ਬੋਲੀ ਜਾਓ, ਨਾ ਉਹਨੂੰ ਸਮਝ ਆਉਣੀ ਹੈ ਨਾ ਤੁਹਾਨੂੰ ਆਉਣੀ ਹੈ, ਫਾਇਦਾ ਕੀ? ਉੱਥੇ ਤਾਂ ਆਪਣਾ ਟਾਈਮ ਖਰਾਬ ਕਰਨੀ ਹੈ ਨਾ। ਸਤਿਗੁਰ ਕਹਿੰਦੇ ਸਰਮਦ ਵਰਗੇ ਫਕੀਰਾਂ ਦੀ ਕਰਾਮਾਤ ਨੂੰ ਤੂੰ ਸਮਝ ਸਕਿਆ, ਸਾਡੀ ਕੀ ਸਮਝੇਗਾ? ਕਰਾਮਾਤ ਨਹੀਂ ਦਿਖਾਉਣੀ, ਕਹਿੰਦਾ ਫਿਰ ਮੈਂ ਮਾਰ ਦੂੰ, ਮਰਨ ਵਾਸਤੇ ਤਿਆਰ ਹੋ ਜਾਓ। ਮਹਾਰਾਜ ਕਹਿੰਦੇ ਉਹ ਤੇਰੀ ਮਰਜ਼ੀ, ਸਾਨੂੰ ਮੌਤ ਦਾ ਡਰ ਨਹੀਂ। ਫਿਰ ਗੁਰੂ ਜੀ ਨੂੰ ਡਰਾਉਣ ਵਾਸਤੇ ਪਹਿਲਾਂ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ, ਸਤੀ ਦਾਸ ਜੀ ਨੂੰ ਜਿਉਂਦੇ ਨੂੰ ਰੂੰ ਦੇ ਵਿੱਚ ਲਪੇਟ ਕੇ ਅੱਗ ਲਾਤੀ, ਭਾਈ ਦਿਆਲਾ ਜੀ ਨੂੰ ਦੇਗ 'ਚ ਉਬਾਲਿਆ, ਅਤੇ ਗੁਰਮੁਖ ਪਿਆਰਿਓ ਨਵੰਬਰ ਦਾ ਮਹੀਨਾ 1675 ਈਸਵੀ ਗੁਰੂ ਤੇਗ ਬਹਾਦਰ ਜੀ ਨੂੰ ਐਨ ਸਾਰੀ ਦਿੱਲੀ ਦੇ ਲੋਕ ਵੇਖਦੇ ਸੀ, ਚਾਂਦਨੀ ਚੌਂਕ ਵਿੱਚ ਬਿਠਾ ਕੇ ਸਭ ਦੇ ਸਾਹਮਣੇ ਸ਼ਹੀਦ ਕੀਤਾ, ਸੀਸ ਧੜ ਨਾਲੋਂ ਅਲੱਗ। ਫਿਰ ਤੁਹਾਨੂੰ ਪਤਾ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ, ਉਹ ਮਹਾਰਾਜ ਦਾ ਸੀਸ ਲੈ ਕੇ ਆਏ ਆਨੰਦਪੁਰ ਸਾਹਿਬ ਪੈਦਲ ਚੱਲ ਕੇ। ਉਸ ਵੇਲੇ ਧੰਨ ਮਾਤਾ ਗੁਜਰ ਕੌਰ ਜੀ ਨੇ ਦਰਸ਼ਨ ਕੀਤੇ, ਬਾਲ ਗੋਬਿੰਦ ਰਾਏ ਨੇ ਦਰਸ਼ਨ ਕੀਤੇ। ਕੀ ਹੋਊ ਭਲਾ ਮਨ 'ਚ, 9 ਸਾਲ ਦਾ ਪੁੱਤਰ ਆਪਣੇ ਪਿਤਾ ਦੇ ਇਕੱਲੇ ਸੀਸ ਦੇ ਦਰਸ਼ਨ ਕਰਦਾ ਖੂਨ ਨਾਲ ਲੱਥ ਪੱਥ ਹੋਏ ਵੇ, ਮਨ 'ਚ ਕੀ ਚੱਲਿਆ ਹੁਣ? ਸੰਗਤ ਤਾਂ ਰੋਂਦੀ ਸੀ ਧਾਹਾਂ ਮਾਰ ਮਾਰ ਕੇ, ਪਰ ਮਾਤਾ ਜੀ ਨੇ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਰਦਾਸ ਕੀਤੀ, ਪਾਤਸ਼ਾਹ ਜਿਵੇਂ ਤੁਸੀਂ ਲੱਗੀ ਨਿਭਾ ਗਏ ਹੋ, ਸਾਨੂੰ ਨਿਭਾਉਣ ਦਾ ਬਲ ਬਖਸ਼ਿਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੰਗਤ ਰੋਵੇ, ਸੀਸ ਦਾ ਤਾਂ ਸੰਸਕਾਰ ਕਰਤਾ ਇੱਥੇ ਆਨੰਦਪੁਰ ਸਾਹਿਬ। ਫਿਰ ਜੈਤੇ ਨੂੰ ਕਹਿੰਦੇ, ਜੈਤੇ ਆਏ ਦੱਸ, ਜਦੋਂ ਪਿਤਾ ਨੂੰ ਸ਼ਹੀਦ ਕੀਤਾ ਉੱਥੇ ਕੋਈ ਬੋਲਿਆ ਨਹੀਂ? ਕੋਈ ਸਿੱਖ ਹੈ ਨਹੀਂ ਸੀ? ਭਾਈ ਜੈਤਾ ਜੀ ਕਹਿੰਦੇ, ਮਹਾਰਾਜ ਬਥੇਰੇ ਲੋਕ ਸੀ, ਬੜੇ ਤਕੜੇ ਤਕੜੇ ਸਰਦਾਰ, ਜ਼ਿਮੀਂਦਾਰ, ਉੱਚੀਆਂ ਜਾਤਾਂ ਦੇ ਲੋਕ, ਔਰੰਗਜ਼ੇਬ ਨਾਲ ਮਿੱਤਰਤਾ ਰੱਖਣ ਵਾਲੇ ਲੋਕ ਉੱਥੇ ਬਹੁਤ ਸੀ, ਪਰ ਔਰੰਗਜ਼ੇਬ ਤੋਂ ਡਰਦਾ ਬੋਲੇ ਹੀ ਨਹੀਂ ਕੋਈ। ਔਰੰਗਜ਼ੇਬ ਨੇ ਤਾਂ ਇਹ ਵੀ ਕਿਹਾ ਸੀ ਕਿ ਗੁਰੂ ਤੇਗ ਬਹਾਦਰ ਦੇ ਸਰੀਰ ਦੇ 4 ਟੋਟੇ ਕਰਕੇ ਕਿਲੇ ਦੀਆਂ 4 ਕੰਧਾਂ 'ਤੇ ਟੰਗ ਦਿਓ, ਸੁੱਕੂਗਾ ਗਲੂਗਾ, ਲੋਕ ਡਰਨਗੇ ਵੀ ਔਰੰਗਜ਼ੇਬ ਨਾਲ ਟੱਕਰ ਨਹੀਂ ਲੈਣੀ, ਮਾੜਾ ਹਸ਼ਰ ਹੁੰਦਾ, ਡਰਾਵਾ ਰਹੇ। ਪਰ ਮੈਂ ਤਾਂ ਕਹਿੰਦਾ ਕੋਈ ਪਰਵਾਹ ਨਹੀਂ ਕੀਤੀ, ਵੀ ਮਰਨਾ ਤਾਂ ਇੱਕ ਦਿਨ ਹੀ ਹੈ। ਮੈਂ ਤਾਂ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਚੁੱਕ ਕੇ ਆਨੰਦਪੁਰ ਸਾਹਿਬ ਤੱਕ ਪੈਦਲ ਹੀ ਆਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਐਵੇਂ ਨਹੀਂ ਮਾਣ ਮਿਲਿਆ, ਰੰਗਰੇਟਾ ਗੁਰੂ ਕਾ ਬੇਟਾ।
ਮਹਾਰਾਜ ਨੇ ਇਹ ਵੀ ਕਿਹਾ ਸੀ ਜੈਤਿਆ, ਅਸਲੀ ਪੁੱਤਰ ਉਹ ਹੁੰਦਾ ਜਿਹੜਾ ਪਿਤਾ ਨੂੰ ਰੋਲਣ ਨਾ ਦੇਵੇ। ਅੱਜ ਤੂੰ ਹੈ ਪੁੱਤਰ, ਤਾਂ ਕਿਹਾ ਸੀ ਗੁਰੂ ਕਾ ਬੇਟਾ। ਤੇ ਮਹਾਰਾਜ ਇਹਨੂੰ ਫਿਰ ਪੰਜਵਾਂ ਸਾਹਿਬਜ਼ਾਦਾ ਵੀ ਕਹਿੰਦੇ ਹੁੰਦੇ, ਪੰਜਵਾਂ ਸਾਹਿਬਜ਼ਾਦਾ। ਨਾਲੇ ਤਾਂ ਭਾਈ ਜੈਤੇ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ, ਤੇ ਨਾਲੇ ਕਹਿੰਦੇ ਜੈਤੇ ਵਾਲਾ ਯਾਦ ਰੱਖੀ, ਅੱਜ ਤੁਸੀਂ ਆਖਿਆ ਨਾ ਵੀ ਦਿੱਲੀ 'ਚ ਦਿਸਿਆ ਨਹੀਂ ਵੀ ਕਿਹੜਾ ਸਿੱਖ ਹੈ। ਇਹ ਨਹੀਂ ਸੀ ਵੀ ਉੱਥੇ ਸਿੱਖ ਨਹੀਂ ਸੀ, ਗੁਰੂ ਨਾਨਕ ਸਾਹਿਬ ਗਏ, ਛੇਵੇਂ ਪਾਤਸ਼ਾਹ ਵੀ ਗਏ ਦਿੱਲੀ, ਅਤੇ ਅੱਠਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਤਾਂ ਜਦੋਂ ਚੇਚਕ ਦਾ ਰੋਗ ਫੈਲਿਆ ਸੀ ਦਿੱਲੀ ਮਰਦੀ ਬਚਾਈ ਹੈ। ਇਹ ਹੋ ਸਕਦਾ ਵੀ ਸਿੱਖ ਨਾ ਹੋਵੇ, ਪਰ ਮੌਤ ਤੋਂ ਡਰਦੇ ਚੁੱਪ ਹੋ ਗਏ ਸੀ, ਤਾਂ ਮੇਰੇ ਸਤਿਗੁਰ ਨੇ ਮੁਰਦਾ ਰੂਹ ਵਿੱਚ ਦੁਬਾਰੇ ਜਾਨ ਪਾਈ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰ ਕਹਿੰਦੇ ਜੈਤਿਆ ਲੈ ਯਾਦ ਰੱਖੀ, ਜਿਹੜਾ ਲੱਖਾਂ ਵਿੱਚੋਂ ਦਿਸੇਗਾ ਨਿਆਰਾ, ਐਸਾ ਮੈਂ ਸਜਾਉਂ ਖਾਲਸਾ। ਜਿਹੜਾ ਲੱਖਾਂ ਵਿੱਚੋਂ ਦਿਸੇਗਾ ਨਿਆਰਾ, ਐਸਾ ਮੈਂ ਸਜਾਉਂ ਖਾਲਸਾ। ਵਚਨ ਕੀਤਾ ਸੀ ਉਹ ਵਚਨ ਪੂਰਾ ਕੀਤਾ, ਮੁਰਦਾ ਕੌਮਾਂ ਨੂੰ ਜਗਾ ਤਾ ਗੁਰਮੁਖੋ। ਦਸ਼ਮੇਸ਼ ਪਿਤਾ ਮੈਂ ਕੀ ਆਖਾਂ, ਕੀ ਅਸਰ ਦਿਖਾਇਆ ਅੰਮ੍ਰਿਤ ਨੇ। 1699 ਦੀ ਵਿਸਾਖੀ ਨੂੰ ਫਿਰ ਅੰਮ੍ਰਿਤ ਛਕਾਇਆ ਸੀ, ਮਰ ਚੁੱਕਾ ਸੀ ਭਾਰਤ ਸਦੀਆਂ ਤੋਂ, ਸਾਹ ਮੁੜ ਕੇ ਪਾਇਆ ਅੰਮ੍ਰਿਤ ਨੇ। ਅਸੀਂ ਗਿੱਦੜਾਂ ਵਾਂਗੂ ਜਿਉਂਦੇ ਸੀ, ਗਿੱਦੜਾਂ ਵਾਲਾ ਹੀ ਕੰਮ ਸੀ ਨਾ, ਕੋਈ ਜਿਵੇਂ ਮਰਜ਼ੀ ਜ਼ੁਲਮ ਕਰੀ ਜਾਂਦਾ, ਕੋਈ ਬੋਲਦਾ ਹੀ ਨਹੀਂ ਸੀ। ਪਰ ਹੁਣ ਨਹੀਂ ਚੁੱਪ ਰਹਿੰਦੇ ਗੁਰਮੁਖ, ਅਸੀਂ ਗਿੱਦੜਾਂ ਵਾਂਗੂ ਜਿਉਂਦੇ ਸੀ, ਸਾਨੂੰ ਸ਼ੇਰ ਬਣਾਇਆ ਅੰਮ੍ਰਿਤ ਨੇ। ਅਸੀਂ ਮੋਏ ਸਾਂ, ਅਸੀਂ ਮੁੱਕੇ ਸਾਂ, ਸਾਨੂੰ ਅਮਰ ਬਣਾਇਆ ਅੰਮ੍ਰਿਤ ਨੇ। ਤੁਹਾਨੂੰ ਵੀ ਬੇਨਤੀ ਹੈ ਭਾਈ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਅਤੇ ਜਿਹੜੀ ਗੁਰੂ ਸਾਹਿਬਾਂ ਨੇ ਮਰਿਆਦਾ ਚਲਾਈ ਹੈ ਉਹ ਤੋਂ ਟੁੱਟੋ ਨਾ। ਅੱਜ ਕੱਲ੍ਹ ਬਹੁਤ ਲੋਕ ਸਾਡੇ ਵਿੱਚ ਵੜ ਗਏ ਸਿੱਖੀ ਦਾ ਬਾਣਾ ਪਾ ਕੇ, ਸਿੱਖੀ ਦੀਆਂ ਹੀ ਜੜ੍ਹਾਂ ਵੱਢੀ ਜਾਂਦੇ ਆ ਗੁਰਮੁਖ। ਗੁਰਬਾਣੀ 'ਤੇ ਕਿੰਤੂ ਪਰੰਤੂ, ਇਤਿਹਾਸ 'ਤੇ ਕਿੰਤੂ ਪਰੰਤੂ, ਕਹਿੰਦੇ ਰੱਬ ਵੀ ਕੋਈ ਹੈ ਨਹੀਂ,
ਇੱਥੋਂ ਤੱਕ ਆ ਗਏ। ਜੋ ਕਰ ਸਕਦਾ ਬੰਦਾ ਹੀ ਕਰ ਸਕਦਾ, ਰੱਬ ਹੈ ਹੀ ਨਹੀਂ ਕਹਿੰਦੇ, ਮੰਨਦੇ ਹੀ ਨਹੀਂ, ਇਸ ਤਰ੍ਹਾਂ ਉਹਨਾਂ ਮਗਰ ਨਹੀਂ ਲੱਗਣਾ। ਗੁਰਬਾਣੀ ਪੜ੍ਹੋ ਵੱਧ ਤੋਂ ਵੱਧ, ਅੰਮ੍ਰਿਤ ਛਕੋ ਸਿੰਘ ਸਜੋ। ਜਿਹੜਾ ਮਾਨ ਮਹਾਰਾਜ ਨੇ ਸਾਡੇ 'ਤੇ ਕੀਤਾ ਹੈ, ਕਿਹਾ ਸੀ ਨਾ ਇਨ ਪੁੱਤਰਨ ਕੇ ਸੀਸਪੁਰ ਵਾਰ ਦੀਏ ਸੁੱਤ ਚਾਰ ਚਾਰ, ਮੂਹੇ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ। ਉਸ ਮਾਣ ਨੂੰ ਤੋੜੀਏ ਨਾ ਗੁਰਮੁਖੋ, ਕਿੱਡਾ ਭਰੋਸਾ ਸਾਡੇ 'ਤੇ ਕੀਤਾ, ਬੜੀਆਂ ਦੁੱਖ ਤਕਲੀਫਾਂ ਝੱਲੀਆਂ। ਆ ਹਿੰਦੁਸਤਾਨ, ਆ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ। ਪੰਜਾਬ ਵੱਸਦਾ ਗੁਰਾਂ ਦੇ ਨਾਂ 'ਤੇ, ਇਹ ਗੁਰੂਆਂ ਦੀ ਕਿਰਪਾ ਹੈ। ਭਾਗਾਂ ਵਾਲੇ ਹੋ ਜਿਹੜੇ ਸਿੱਖ ਘਰਾਣਿਆਂ ਵਿੱਚ ਜਨਮੇ ਹੋ, ਅਤੇ ਹੁਣ ਕਿਰਪਾ ਕਰਕੇ ਬੇਨਤੀ ਹੈ, ਸਤਿਗੁਰ ਕਹਿ ਜਨਮੇ ਗਵਨ ਮਿਟਾਇਆ, ਅਵਗਵਨ ਦੇ ਚੱਕਰਾਂ 'ਚੋਂ ਬਾਹਰ ਹੋ ਜਾਓ, ਗੁਰੂ ਵਾਲੇ ਬਣ ਜਾਓ ਭਾਈ। ਇਹੀ ਇਹਨਾਂ ਪ੍ਰੋਗਰਾਮਾਂ ਦਾ ਮੁੱਖ ਮਕਸਦ ਹੈ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਚੱਠੇਵਾਲ ਨਗਰ ਦੀ ਬੜੇ ਪਿਆਰ ਨਾਲ ਸੰਗਤ ਨੇ ਬੈਠ ਕੇ ਸੁਣਿਆ, ਕੱਲ੍ਹ ਵੀ ਅੱਜ ਵੀ, ਭਾਵੇਂ ਕਿ ਠੰਡ ਵੀ ਬੜੀ ਹੈ, ਰਜਾਈਆਂ 'ਚੋਂ ਨਿਕਲਣਾ ਔਖਾ ਬਹੁਤ ਹੈ, ਪਰ ਜਿਹੜੇ ਆਏ ਹੋ, ਬਹੁਤ ਸੰਗਤ ਆਈ ਹੈ, ਸਾਰਿਆਂ ਦਾ ਧੰਨਵਾਦ। ਨਿੱਕੇ ਨਿੱਕੇ ਬੱਚੇ ਕਿਵੇਂ ਪ੍ਰੇਮ ਨਾਲ ਬੈਠ ਕੇ ਸੁਣ ਰਹੇ ਆ ਗੁਰਮੁਖੋ, ਇਹ ਸਤਿਗੁਰੂ ਦੀ ਕਿਰਪਾ ਨਾਲ ਹੀ ਆਇਆ ਜਾਂਦਾ ਹੈ। ਸੋ ਹੁਣ ਮਹਾਰਾਜ ਦੀਆਂ ਬਖਸ਼ਿਸ਼ਾਂ ਨੂੰ ਸੰਭਾਲੋ। ਜੋ ਗੁਰੂ ਘਰ ਦੀ ਪਰੰਪਰਾ ਹੈ, ਉਹ ਪ੍ਰਾਤਨ ਮਰਿਆਦਾ ਨੂੰ ਤੋੜੋ ਨਾ ਭਾਈ, ਕਾਇਮ ਰੱਖਿਆ ਕਰੋ। ਅੱਜ ਕੱਲ੍ਹ ਜਿਹੜੇ ਕੁਛ ਲੋਕ ਸਾਡੇ ਵਿੱਚ ਆ ਗਏ, ਵੈਸੇ ਤਾਂ ਮੈਂ ਕਰਨੀ ਨਹੀਂ ਚਾਹੁੰਦਾ, ਪਰ ਹੁਣ ਮੂਹਰੇ ਆ ਗਈ ਗੱਲ, ਕੋਈ ਕਹਿੰਦਾ ਜਪਜੀ ਸਾਹਿਬ ਦੀ ਕੀ ਲੋੜ ਹੈ, ਪਾਠ ਇਕੱਲੇ ਹੀ ਕਰ ਲਓ ਅਖੰਡ ਪਾਠ ਸਾਹਿਬ, ਕੋਈ ਕਹਿੰਦਾ ਜੋਤ ਧੂਫ ਵੀ ਨਾ ਲਾਓ, ਖਰਚੇ ਵੱਧ ਗਏ, ਜਿਹੜੇ ਵਿਆਹਾਂ ਸ਼ਾਦੀਆਂ 'ਚ ਬੇਲੋੜੇ ਹੁੰਦੇ ਆ ਉੱਥੇ ਜਾ ਕੇ ਹਟਾ ਲਿਆ ਕਰੋ ਭਾਈ। ਗੁਰੂ ਘਰ ਦੇ ਖਰਚਿਆਂ ਬਾਰੇ ਸੋਚਦੇ ਆ ਵੀ ਖਰਚੇ ਵੱਧ ਗਏ, ਇਹ ਤਾਂ ਧਰਮ ਹੈ, ਜਿੰਨਾ ਕਰੋਗੇ ਓਨਾ ਹੀ ਫਲ ਵੱਧ ਮਿਲਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਇਹ ਸਤਿਗੁਰੂ ਦੀ ਮਰਿਆਦਾ ਹੈ। ਹਾਂ, ਸਾਰਾ ਸਰਬੰਸ ਕੁਰਬਾਨ ਕਰਕੇ ਸਤਿਗੁਰ ਨੇ ਮਰਿਆਦਾ ਬਣਾਈ ਹੈ ਨਾ, ਇਹਨੂੰ ਬਦਲਣ ਦਾ ਹੱਕ ਵੀ ਉਸੇ ਨੂੰ ਹੈ ਜਿਹੜਾ ਓਡੀ ਕੁਰਬਾਨੀ ਕਰ ਸਕਦਾ ਹੋਵੇ, ਨਹੀਂ ਦੂਜੇ ਨੂੰ ਕੋਈ ਹੱਕ ਨਹੀਂ ਗੁਰਮੁਖੋ। ਇਸ ਕਰਕੇ ਭਾਈ, ਚਾਹੀਦਾ ਤਾਂ ਵੈਸੇ ਪੰਥਕ ਵਿਦਵਾਨਾਂ ਨੂੰ ਹੈ ਵੀ ਰਲ ਕੇ ਬੈਠਣ, ਰਲ ਮਿਲ ਕੇ ਬੈਠ ਕੇ ਇੱਕ ਫੈਸਲਾ ਦੇਣ ਵੀ ਆਹ ਕਰਨਾ ਨਹੀਂ ਕਰਨਾ, ਪਰ ਪੰਥਕ ਮਰਿਆਦਾ ਪਿੱਛੇ ਵੀ ਬੜੇ ਰੌਲੇ ਪੈਂਦੇ ਹੈ, ਪਰ ਜਿੰਨਾ ਚਿਰ ਕੋਈ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਆਪਾਂ ਭਾਈ ਉਸੇ ਮਰਿਆਦਾ ਵਿੱਚ ਰਹੋ ਜਿਹੜੀ ਪਹਿਲਾਂ ਤੋਂ ਚੱਲਦੀ ਆ ਰਹੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਟੁੱਟੋ ਨਾ ਗੁਰਮੁਖ ਪਿਆਰੇ। ਆ ਜਿਹੜੇ ਰੌਲਾ ਪਾਉਣ ਵਾਲੇ ਹੈ, ਇਹਨਾਂ ਦਾ ਤਾਂ ਆਪਦਾ ਹੀ ਕੋਈ ਸਟੈਂਡ ਨਹੀਂ, ਅੱਜ ਗੱਲ ਹੋਰ ਕਹਿ ਕੇ ਕੱਲ੍ਹ ਨੂੰ ਫਿਰ ਬਦਲ ਜਾਂਦੇ, ਪਰਸੋਂ ਨੂੰ ਫਿਰ ਬਦਲ ਜਾਣਗੇ, ਫਿਰ ਕੀ ਕਰਾਂਗੇ ਆਪਾਂ। ਜੇ ਲੱਗਣਾ ਗੁਰੂ ਸਾਹਿਬ ਮੰਗਰ ਲੱਗੋ। ਗੁਰੂ ਪਾਤਸ਼ਾਹ ਨੇ ਜਿਹੜੀ ਮਰਿਆਦਾ ਚਲਾਈ ਹੈ ਉਸ ਮਾਨ ਮਰਿਆਦਾ 'ਚ ਆਪਾਂ ਕਾਇਮ ਰਹਿਣਾ। ਸੋ ਇੰਨੀ ਕੀ ਬੇਨਤੀ ਪ੍ਰਵਾਨ ਕਰ ਲਿਓ, ਸਾਰੀ ਸੰਗਤ ਦਾ ਧੰਨਵਾਦ ਹੈ। ਗੁਰਦੁਆਰਾ ਪ੍ਰੇਮ ਸਾਗਰ ਸਾਹਿਬ ਦੇ ਸਾਰੇ ਹੀ ਪ੍ਰਬੰਧਕ ਸਹਿਬਾਨ, ਸਤਿਕਾਰਯੋਗ ਬਾਬਾ ਜੀ ਗ੍ਰੰਥੀ ਸਿੰਘ ਸਹਿਬਾਨ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿੱਥੇ ਪ੍ਰੋਗਰਾਮ ਕਰਦੇ ਹੋ ਉੱਥੇ ਭਾਈ ਇਹ ਵੀ ਯਤਨ ਕਰਿਆ ਕਰੋ, ਗੁਰਬਾਣੀ ਦੀ ਸੰਥਿਆ ਕਰੋ,
ਚੰਗੇ ਸੂਝਵਾਨ ਗ੍ਰੰਥੀ ਸਿੰਘ ਜਦੋਂ ਮਿਲਣ ਉਹਨਾਂ ਤੋਂ ਮਾਈਆਂ ਵੀ ਅਤੇ ਭਾਈ ਵੀ ਪਾਠ ਸਿੱਖਿਆ ਕਰੋ, ਪਿੰਡ ਦੇ ਪੰਜ ਚਾਰ ਗ੍ਰੰਥੀ ਬਣੋ, ਬੀਬੀਆਂ ਵੀ ਪਾਠ ਕਰਨ, ਜੇ ਬੱਚੀਆਂ ਨੇ ਇਹਨਾਂ ਨੂੰ ਪਾਠ ਸਿਖਾਓ। ਤੁਹਾਨੂੰ ਪਤਾ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜਿਹੜੇ ਹੋਏ 72 ਸਾਲ ਉਮਰ ਲੰਘ ਗਈ ਸੀ ਉਹਨਾਂ ਦੀ, ਕਦੇ ਤੀਰਥ 'ਤੇ ਜਾਣਾ, ਕਦੇ ਕਿਤੇ ਜਾਣਾ, ਕਦੇ ਕਿਤੇ ਜਾਣਾ, ਅਤੇ ਲਾਸਟ ਵਿੱਚ ਜਦੋਂ ਕਿਰਪਾ ਹੋਈ ਘਰੇ ਉਹਨਾਂ ਦੀ ਭਤੀਜ ਨੂੰ ਨਾਲੇ ਦੁੱਧ ਰਿੜਕੀ ਜਾਵੇ ਨਾਲ ਪਾਠ ਕਰੀ ਜਾਵੇ, ਉਹਦੇ ਕੋਲੋਂ ਪਾਠ ਸੁਣ ਕੇ ਬਾਬਾ ਅਮਰਦਾਸ ਗੁਰੂ ਘਰ ਨਾਲ ਜੁੜੇ ਸੀ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਠੀਕ ਹੈ, ਬੱਚੀਆਂ ਨੂੰ ਪੜ੍ਹਾਓ, ਚੰਗੀ ਪੜ੍ਹਾਈ ਪੜ੍ਹਾਓ, ਪਰ ਨਾਲ ਗੁਰਬਾਣੀ ਵੀ ਪੜ੍ਹਾਇਆ ਕਰੋ। ਜੇ ਸਾਡੀਆਂ ਧੀਆਂ ਬਾਣੀ ਦੀਆਂ ਜਾਣੂ ਹੋਣਗੀਆਂ, ਫੇਰ ਹੀ ਇਹ ਕਿਤੇ ਦੁੱਖ ਸੁੱਖ ਵਿੱਚ ਬੱਚੇ ਕੋਲ ਬਹਿ ਕੇ ਪਾਠ ਕਰਨਗੀਆਂ। ਅੱਜ ਸਕੂਲ ਕਾਲਜਾਂ ਦੀ ਅਸੀਂ ਮਹਿੰਗੀ ਮਹਿੰਗੀ ਪੜ੍ਹਾਈ ਪੜ੍ਹਾਤੀ, ਪਰ ਅਰਦਾਸ ਕਿਸੇ ਬਿਰਲੇ ਨੂੰ ਹੀ ਯਾਦ ਹੋਣੀ ਹੈ, ਜਪਜੀ ਸਾਹਿਬ ਕਿਸੇ ਬਿਰਲੇ ਨੂੰ ਯਾਦ ਹੋਣਾ। ਬਾਣੀ ਬਿਨਾਂ ਸਰਨਾ ਨਹੀਂ ਗੁਰਮੁਖ। ਸੋ ਵੱਧ ਤੋਂ ਵੱਧ ਗੁਰਬਾਣੀ ਬੱਲੀ ਧਿਆਨ ਦਿਓ। ਜੇ ਸ਼ਾਂਤੀ ਚਾਹੁੰਦੇ ਹੋ, ਸਤਿਗੁਰ ਕਿਰਪਾ ਕਰੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਸਾਰੀ ਸੰਗਤ ਦਾ ਭਲਾ ਹੋਵੇ, ਨਗਰ ਦਾ ਭਲਾ ਹੋਵੇ, ਸਾਡੀ ਤਾਂ ਇਹੀ ਅਰਦਾਸ ਹੈ ਭਾਈ। ਸੋ ਦਾਸ ਦਾ ਨਗਰ ਵਾਲਿਆਂ ਵਾਲੀ ਆਪ ਸਭ ਜਾਣਦੇ ਹੋ, ਸਤਿਗੁਰੂ ਕਿਰਪਾ ਕਰਕੇ ਸੇਵਾ ਲੈ ਰਹੇ ਨੇ। ਜਦੋਂ ਮੌੜ ਮੰਡੀ ਤੋਂ ਰਾਮਪੁਰੇ ਨੂੰ ਜਾਈਏ ਨਾ, ਮੌੜ ਮੰਡੀ ਤੋਂ 7 ਕਿਲੋਮੀਟਰ ਜਾ ਕੇ ਢੱਡਿਆਂ ਦੇ ਲਾਗੇ ਗੁਰਦੁਆਰਾ ਸਾਹਿਬ ਹੈ, ਜਿੱਥੇ ਲੰਗਰ ਦੀ ਸੇਵਾ ਹੈ, ਅਤੇ ਉੱਥੋਂ ਭਾਈ ਇਹ ਜਥਾ ਸਾਡਾ ਆਇਆ ਹੈ, ਬੱਚਿਆਂ ਨੂੰ ਪਾਠ ਕਥਾ ਕੀਰਤਨ ਵੀ ਸਿਖਾਇਆ ਜਾ ਰਿਹਾ, ਸੇਵਾਵਾਂ ਚੱਲ ਰਹੀਆਂ, ਬੇਸਹਾਰਾ ਬਜ਼ੁਰਗਾਂ ਜਾਂ ਬੱਚਿਆਂ ਵਾਸਤੇ ਵੀ ਕਮਰੇ ਤਿਆਰ ਹੋ ਰਹੇ ਹੈ। ਕਈ ਵਾਰੀ ਕੋਈ ਹੁੰਦਾ ਲੋੜਵੰਦ ਤਾਂ ਸਾਡਾ ਕਾਰਡ ਲੈ ਕੇ ਨੰਬਰ ਫੋਨ ਕਰਕੇ ਸੰਪਰਕ ਕਰਕੇ ਆ ਸਕਦੇ ਹੋ, ਤੁਸੀਂ ਰਹਿ ਲਿਆ ਕਰੋ, ਕੋਈ ਗੱਲ ਨਹੀਂ। ਲੀੜਾ ਕੱਪੜਾ ਦਵਾਈ ਬੂਟੀ ਲੰਗਰ ਪਾਣੀ ਗੁਰੂ ਘਰ 'ਚੋਂ ਜਿਹੋ ਜਿਹਾ ਹੈਗਾ, ਮਹਾਰਾਜ ਕਿਰਪਾ ਕਰਦੇ ਆ, ਫਰੀ ਦਿੱਤਾ ਜਾਂਦਾ ਭਾਈ। ਸੋ ਇਹ ਸੇਵਾਵਾਂ ਸੰਗਤ ਦੇ ਸਹਿਯੋਗ ਨਾਲ ਚੱਲਦੀਆਂ। ਉੱਥੇ ਵੀ 11 ਜਨਵਰੀ ਦਾ ਪ੍ਰੋਗਰਾਮ ਹੈ, 9 ਤਰੀਕ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ, 11 ਜਨਵਰੀ ਨੂੰ ਭੋਗ ਪਾਏ ਜਾਣਗੇ। ਹਰ ਸਾਲ ਜੋ ਮਾਲਕ ਸੇਵਾ ਲੈ ਰਹੇ ਨੇ ਇਹਦਾ ਸ਼ੁਕਰਾਨਾ ਕੀਤਾ ਜਾਂਦਾ, ਸ਼ੁਕਰਾਨੇ ਵਜੋਂ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਮਦ ਦੀ ਖੁਸ਼ੀ ਵਿੱਚ ਅਖੰਡ ਪਾਠ ਸਾਹਿਬ ਹੁੰਦੇ ਨੇ, ਦੂਰੋਂ ਦੂਰੋਂ ਸੰਗਤ ਆਉਂਦੀ ਹੈ, ਨਾਲੇ ਮਾਲ ਪੂੜਿਆਂ ਦਾ ਲੰਗਰ ਛਕਾਂਗੇ। ਸਾਰੇ ਆਇਓ ਭਾਈ, ਜਿਹਨਾਂ ਕੋਲ ਸਮਾਂ, ਪਹੁੰਚ ਕੇ ਦਰਸ਼ਨ ਦਿਓ 11 ਜਨਵਰੀ ਨੂੰ, 10 ਵਜੇ ਤੋਂ ਲੈ ਕੇ 2 ਵਜੇ ਤੱਕ ਅਸੀਂ ਦੀਵਾਨ ਸੱਜਦਾ, ਗੁਰੂ ਘਰ ਦੀਆਂ ਵਿਚਾਰਾਂ ਸੁਣਾਂਗੇ ਆਪਾਂ ਰਲ ਮਿਲ ਕਰਕੇ। ਸੋ ਇਹ ਵੀ ਬੇਨਤੀ ਪ੍ਰਵਾਨ ਕਰ ਲਿਓ, ਜਿਹਨਾਂ ਕੋਲ ਸਮਾਂ ਪਹੁੰਚ ਕੇ ਜ਼ਰੂਰ ਉਹਦੇ ਦਰਸ਼ਨ ਦਿਓ। ਆ ਮੂਹਰੇ ਆ ਰਹੀ ਆ 11 ਜਨਵਰੀ,